ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਸਾ ਮਹਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਨ ਸੁਕਿਆ ਚੂਕਾ ਜਮ ਸਿਓ ਮੇਲ ਲੁਕਾ ਮਤ ਕੋ ਫਕੜ ਪਾਏ ਲੱਖ ਮੜਿਆਂ ਕਰ ਇਕੱਠੇ ਏਕ ਰਤੀਲੇ ਭਾ ਲੁਕਾ ਮਤ ਕੋ ਫਕੜ ਪਾਏ ਲੱਖ ਮੜਿਆਂ ਕਰ ਇਕੱਠੇ ਏਕ ਰਤੀਲੇ ਭਾ ਰਹਾਉ ਪਿੰਡ ਪਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਛੇ ਇਹ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮ ਰਾਓ ਸੱਚਾ ਨਾਵਣ ਤਾਂ ਥੀਐ ਜਾਂ ਐਨਸ ਲਾਗੈ ਭਾਉ ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸ਼ਿਸ਼ ਕਾ ਕਬੂ ਨਿਖੂਟਸ ਨਾਹੀਂ ਨਾਨਕ ਪਿੰਡ ਬਖਸ਼ਿਸ਼ ਕਾ ਕਬੂ ਨਿਖੂਟਸ ਨਾਹੀਂ ਪਰਮ ਸਨਮਾਨਯੋਗ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ ਸੋਦਰ ਰਹਿਰਾਸ ਦੀ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਆਪਾਂ ਸਾਰਿਆਂ ਨੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਦਾ ਪਾਠ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ, ਜਿਸ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ, ਇਹ ਸ਼ਬਦ ਰਾਗ ਆਸਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ
358 ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਹੈ। ਗੁਰੂ ਨਾਨਕ ਪਿਤਾ ਮਹਾਰਾਜ ਇਸ ਸ਼ਬਦ ਵਿੱਚ ਕੀ ਉਪਦੇਸ਼ ਦਿੰਦੇ ਹਨ, ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਵੇ। ਇੱਕੇ ਵਾਰ ਕਹਿਣ 'ਤੇ ਸਾਰੀ ਸੰਗਤ ਬੁਲਾਓ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਜਿਹੜੇ ਦੁਨੀਆ ਦੇ ਵਿੱਚੋਂ ਆਪਣੀ ਰੋਜ਼ੀ ਰੋਟੀ ਦਾ ਵਸੀਲਾ ਬਣਾ ਕੇ ਜਜਮਾਨ ਦੇ ਘਰੋਂ ਕੋਈ ਨਾ ਕੋਈ ਤਰੀਕਾ ਲੱਭ ਕੇ ਖਾਣ ਦਾ ਟਕਵੰਜ ਕਰਦੇ ਸਨ, ਯਾਨੀ ਕਿ ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੀ ਦੇ ਚੜ੍ਹਾਈ ਕਰਨ ਤੱਕ, ਉਸ ਤੋਂ ਬਾਅਦ ਵੀ ਉਹ ਜਜਮਾਨ ਦੇ ਘਰੋਂ ਨਿਕਲਦੇ ਨਹੀਂ ਸਨ। ਉਸ ਹੋ ਰਹੀ ਲੁੱਟ ਕਸੁੱਟ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਦੇ ਵਿੱਚ ਬੜੇ ਤਰੀਕੇ ਨਾਲ ਖੋਲ੍ਹੇ ਅਤੇ ਸਮਝਾਇਆ ਹੈ ਜੋ ਕੁਝ ਵੀ ਸਮਾਜ ਵਿੱਚ ਵਾਪਰਦਾ ਹੈ। ਹੇ ਭਾਈ, ਇਸ ਸਰੀਰ ਦੇ ਰਹਿੰਦਿਆਂ ਇਹਨੂੰ ਚੰਗੀ ਖੁਰਾਕ ਦੇਣੀ, ਵੱਡ ਵਡੇਰਿਆਂ ਦੀ ਸੇਵਾ ਕਰਨੀ, ਉਹਨਾਂ ਦਾ ਇੱਜ਼ਤ ਮਾਣ ਕਰਨਾ, ਚੜ੍ਹਾਈ ਕਰਨ ਤੋਂ ਬਾਅਦ ਮਗਰੋਂ ਕੀਤੇ ਹੋਏ ਪਖੰਡ, ਮਗਰੋਂ ਕੀਤੇ ਹੋਏ ਕਰਮ ਕਾਂਡ ਕਿਸੇ ਥਾਂ ਨਹੀਂ ਰਹਿ ਜਾਂਦੇ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਹੈ। ਲੋਕਾਂ ਮੱਤ ਕੋ ਫੱਕੜ ਪਾਏ, ਫੱਕੜ ਦਾ ਅਰਥ ਹੁੰਦਾ ਮਖੌਲ ਉਡਾਉਣਾ। ਮਹਾਰਾਜ ਕਹਿੰਦੇ ਨੇ ਜਿਹੜੀ ਮੈਂ ਗੱਲ ਕਹਿ ਰਿਹਾ ਇਹਨੂੰ ਐਵੇਂ ਨਾ ਸਮਝੋ, ਇਹਨੂੰ ਕੇਵਲ ਮਜ਼ਾਕ ਹੀ ਨਾ ਸਮਝੋ। ਕਹਿਣ ਲੱਗੇ ਗੱਲ ਮੈਂ ਬੜਾ ਸੀਰੀਅਸ ਹੋ ਕੇ ਅੰਦਰ ਦੀਆਂ ਗਹਿਰਾਈਆਂ ਵਿੱਚੋਂ ਕਹਿ ਰਿਹਾ ਹਾਂ। ਲੋਕਾਂ ਮੱਤ ਕੋ ਫੱਕੜ ਪਾਏ, ਹੇ ਦੁਨੀਆ ਦੇ ਲੋਕੋ, ਮੇਰੀ ਇਸ ਕਹੀ ਹੋਈ ਗੱਲ ਦਾ ਮਜ਼ਾਕ ਨਾ ਉਡਾਓ। ਲੱਖ ਮੜਿਆਂ ਕਰ ਇਹ ਇਕੱਠੇ ਆਹ ਗੱਲ, ਵੀ ਲੱਖਾਂ ਮਣ ਲੱਕੜਾਂ ਦਾ ਢੇਰ ਇਕੱਠਾ ਕੀਤਾ ਹੋਵੇ ਅਤੇ ਉਹਦੇ ਵਿੱਚ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਰੱਖ ਦਈਏ ਅਤੇ ਇੱਕ ਨਿੱਕੀ ਜਿਹੀ ਚੰਗਿਆੜੀ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਬੋਲੋ ਜੀ ਸਵਾਹ ਕਰ ਦਿੰਦੀ ਹੈ। ਇੱਕ ਨਿੱਕੀ ਜਿਹੀ ਚੰਗਿਆੜੀ ਵਿੱਚ ਕਿੱਡੀ ਵੱਡੀ ਤਾਕਤ ਹੈ, ਉੱਥੋਂ ਭਾਂਬਣ ਮਚਣੇ ਸ਼ੁਰੂ ਹੋ ਜਾਂਦੇ ਨੇ, ਫਿਰ ਉਹ ਅੱਗ ਕੰਟਰੋਲ ਕਰਨੀ ਔਖੀ ਹੁੰਦੀ ਹੈ। ਉਦਾਹਰਣ ਦਿੱਤੀ ਗੁਰਦੇਵ ਨੇ ਇੱਕ ਅੱਗ ਦੀ ਚੰਗਿਆੜੀ ਦੀ, ਵੀ ਇੱਕ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ, ਹੁਣ ਇੱਕ ਨਿੱਕੀ ਜਿਹੀ ਮਾਚਸ ਦੀ ਤੀਲੀ, ਡੱਬੀ ਦੀ ਤੀਲੀ ਹੋਵੇ ਅਤੇ ਲੱਖਾਂ ਮਣ ਲੱਕੜਾਂ ਦਾ ਢੇਰ ਲੱਗਾ ਹੋਵੇ ਉਹਨੂੰ ਸਾੜ ਕੇ ਸਵਾਹ ਕਰ ਸਕਦੀ, ਇੰਨੀ ਤਾਕਤ ਹੈ ਉਹਦੇ ਵਿੱਚ। ਉਦਾਹਰਣ ਦਿੱਤੀ ਦੁਨਿਆਵੀ, ਗੱਲ ਕੀਤੀ ਹੈ ਗੁਰਦੇਵ ਪਿਤਾ ਮਹਾਰਾਜ ਨੇ ਅਧਿਆਤਮ ਖੇਤਰ ਦੀ। ਕਹਿਣ ਲੱਗੇ ਇੱਕ ਨਿੱਕੀ ਜਿਹੀ ਚੰਗਿਆਈ ਮਨੁੱਖ ਦੇ ਜੀਵਨ 'ਚ ਆ ਜਾਏ, ਨਾਮ ਦਾ ਕਿਣਕਾ ਅੰਦਰ ਵੱਸ ਜਾਏ, ਕੋਈ ਇੱਕ ਅੱਧਾ ਗੁਣ ਅੰਦਰ ਵੱਸ ਜਾਏ, ਲੱਖਾਂ ਕੀਤੇ ਹੋਏ ਐਬ ਇੱਕ ਚੰਗਿਆਈ ਅੰਦਰ ਆਉਣ ਕਰਕੇ ਹੌਲੀ ਹੌਲੀ, ਜਿਵੇਂ ਇੱਕ ਨਿੱਕੀ ਜਿਹੀ ਚੰਗਿਆੜੀ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇੱਕ ਗੁਣ ਆਪਣੇ ਅੰਦਰ ਧਾਰਨ, ਇੱਕ ਚੰਗਾ ਕੰਮ ਕਰਕੇ ਤਾਂ ਵੇਖ ਆਪਣੇ ਜੀਵਨ 'ਚ।
ਹੌਲੀ ਹੌਲੀ ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਚੌਥੇ ਤੋਂ ਪੰਜਵਾਂ। ਜੇ ਇੱਕ ਅੱਗ ਦੀ ਚੰਗਿਆੜੀ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ, ਤੇਰੇ ਜੀਵਨ ਦੇ ਵਿੱਚ ਆਈ ਹੋਈ ਇੱਕ ਚੰਗਿਆਈ ਤੇਰੀਆਂ ਹਜ਼ਾਰਾਂ ਗਲਤੀਆਂ, ਹਜ਼ਾਰਾਂ ਐਬਾਂ ਨੂੰ ਗੁਣਾਂ ਵਿੱਚ ਤਬਦੀਲ ਕਰ ਸਕਦੀ ਹੈ। ਪਰ ਇਹ ਗੱਲ ਕਿਸੇ ਸਧਾਰਨ ਬੰਦੇ ਨਾਲ ਕੀਤੀ ਜਾਵੇ ਉਹ ਕੀ ਕਹੇਗਾ ਕਿਉਂ ਇੱਦਾਂ ਕਿੱਦਾਂ ਹੋ ਸਕਦਾ? ਅਤੇ ਸੁਭਾਵਿਕ ਗੱਲ ਹੈ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਲੋਕਾਂ ਦਾ ਇਹ ਖੇਤਰ ਨਹੀਂ ਉਹਨਾਂ ਵਾਸਤੇ ਮਜ਼ਾਕ ਬਣ ਜਾਂਦਾ, ਉਹਨਾਂ ਦਾ ਵਾਸਤੇ ਅੱਜ ਵੀ ਤੁਸੀਂ ਕਿਸੇ ਦੇ ਕੋਲ ਉਹ ਗੱਲ ਕਰੋ ਜਿਹੜਾ ਉਹਦਾ ਵਿਸ਼ਾ ਨਾ ਹੋਵੇ, ਉਹ ਕਈ ਵਾਰੀ ਉਸ ਗੱਲ ਦਾ ਮਜ਼ਾਕ ਬਣਾਉਂਦਾ ਹੈ ਪਰ ਉਹਨੂੰ ਉਸ ਵਿਸ਼ੇ ਦਾ ਪਤਾ ਨਹੀਂ, ਉਸ ਗੱਲ ਦਾ ਪਤਾ ਨਹੀਂ। ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹਨੂੰ ਸੋਕਿਆ ਚੂਕਾ ਜਮ ਸਿਉਂ ਮੇਲ। ਆਓ ਸਾਹ ਸੰਗਤ, ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਗੁਰਬਾਣੀ ਗੁਰੂ ਸ਼ਬਦ ਦੀਆਂ ਵਿਚਾਰਾਂ ਵਾਸਤੇ ਤਿਆਰੀ ਵਿੱਚ ਆ ਸਕੇ। ਕੋਈ ਰਸਨਾ ਇੱਦਾਂ ਦੀ ਨਾ ਰਹੇ ਜਿਹੜੀ ਬਾਣੀ ਨਾ ਪੜ੍ਹੇ, ਤਾਂ ਕਿ ਸਾਨੂੰ ਬਾਣੀ ਗਾਉਂਦਿਆਂ ਗਾਉਂਦਿਆਂ ਇੱਕ ਅੱਧੀ ਤੁਕ ਘਰ ਜਾਂਦਿਆਂ ਤੱਕ ਯਾਦ ਹੋ ਸਕੇ, ਅਸੀਂ ਕੋਈ ਉਪਦੇਸ਼ ਗੁਰੂ ਦਾ ਨਾਲ ਬੰਨ ਕੇ ਖੜ ਸਕੀਏ। ਸਾਰੀ ਸੰਗਤ ਬੜੇ ਪਿਆਰ ਨਾਲ ਪੜੋ ਜੀ। ਦੀਵਾ ਮੇਰਾ ਏਕ ਨਾਮ, ਦੀਵਾ ਮੇਰਾ ਏਕ ਨਾਮ, ਦੀਵਾ ਮੇਰਾ ਏਕ ਨਾਮ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਕਿਆ, ਉਨ ਚਾਨਣ ਉਨ ਸੋਕਿਆ, ਚੂਕਾ ਜਮ ਸਿਓ ਮੇਲ, ਚੂਕਾ ਜਮ ਸਿਓ ਮੇਲ, ਵਾਹ ਵਾਹ, ਚੂਕਾ ਜਮ ਸਿਓ ਮੇਲ, ਚੂਕਾ ਜਮ ਸਿਓ ਮੇਲ, ਦੀਵਾ ਮੇਰਾ ਏਕ ਨਾਮ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਕਿਆ, ਉਨ ਚਾਨਣ ਉਨ ਸੋਕਿਆ, ਚੂਕਾ ਜਮ ਸਿਓ ਮੇਲ, ਚੂਕਾ ਜਮ ਸਿਓ ਮੇਲ, ਮਹਾਰਾਜ ਨੇ ਸ਼ਬਦ ਦੀਆਂ ਰਹਾਓ ਵਾਲੀਆਂ ਤੁਕਾਂ ਵਿੱਚ ਵਿਚਾਰ ਬਖਸ਼ਿਸ਼ ਕੀਤੀ ਹੈ। ਲੋਕਾ ਹੇ ਦੁਨੀਆਂ ਦੇ ਲੋਕੋ, ਮਤ ਕੋ ਫਕੜ ਪਾਏ
ਮੇਰੀ ਇਸ ਗੱਲ ਦਾ ਮਜ਼ਾਕ ਨਾ ਉਡਾਓ, ਮੇਰੀ ਇਸ ਗੱਲ ਨੂੰ ਕੇਵਲ ਹਾਸੇ ਦਾ ਇੱਕ ਹਿੱਸਾ ਨਾ ਸਮਝੋ ਵੀ ਇਹ ਕੇਵਲ ਮਨੋਰੰਜਨ ਹੈ। ਕਹਿਣ ਲੱਗੇ ਇਸ ਗੱਲ ਵਿੱਚ ਵਜਨ ਹੈ ਵੀ ਲੱਖ ਮੜਿਆਂ ਕਰ ਏ ਇਕੱਠੇ, ਵੀ ਲੱਖਾਂ ਮਾਣ ਲੱਕੜਾਂ ਦਾ ਢੇਰ ਲਾ ਲਈਏ ਅਤੇ ਇੱਕ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਉਹਨੂੰ ਸਾੜ ਕੇ ਸਵਾਹ ਕਰਨ ਦੀ ਸਮਰੱਥਾ ਰੱਖਦੀ ਹੈ। ਇੱਦਾਂ ਹੀ ਗੁਰਦੇਵ ਨੇ ਆਖਿਆ ਕਿਣਕਾ ਏਕ ਜਿਸ ਜੀਵ ਸਰ, ਕਿਣਕਾ ਕਿਣਕਾ ਮਾਤਰ ਵੀ ਜੇ ਹਿਰਦੇ ਵਿੱਚ ਵੱਸ ਜਾਏ ਅਤੇ ਤਾਂ ਕਿ ਮਹਿਮਾ। ਕਿੱਡੇ ਪਿਆਰੇ ਸ਼ਬਦ ਵਰਤੇ ਨੇ, ਮੰਨੇ ਕੀ ਗੱਤ ਜੇ ਕੋ ਕਹੈ। ਅਨੇਕਾਂ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਇੱਦਾਂ ਦੇ ਮਿਲ ਜਾਣਗੇ ਕਿ ਜੇ ਇੱਕ ਵੀ ਚੰਗਿਆਈ ਮਨੁੱਖ ਆਪਣੇ ਜੀਵਨ ਵਿੱਚ ਧਾਰਨ ਕਰੇ, ਇੱਕ ਗੱਲ ਦਾ ਖਿਆਲ ਰੱਖਣਾ, ਚੰਗਿਆਈ ਬੀਜਣੀ ਪੈਂਦੀ ਹੈ, ਚੰਗਿਆਈ ਜਿਹੜੀ ਹੈ ਉਹ ਬੀਜਣੀ ਪੈਂਦੀ ਹੈ, ਸਿੱਖਣੀ ਪੈਂਦੀ ਹੈ। ਚੰਗਾ ਕੰਮ ਇੰਝ ਹੀ ਕਹਿ ਲਓ, ਸੌਖੀਆਂ ਜਿਹੀਆਂ ਉਦਾਹਰਨਾਂ ਨੇ, ਕੱਪੜਾ ਧੋਣਾ ਪੈਂਦਾ, ਮੈਲਾ ਕਰਨ ਦੀ ਲੋੜ ਥੋੜ੍ਹਾ ਪੈਂਦੀ, ਤੁਸੀਂ ਤਨ 'ਤੇ ਪਾਓਗੇ ਮੈਲਾ ਆਪਣੇ ਆਪ ਹੀ ਹੋ ਜਾਣਾ। ਮੈਲੇ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ ਭਲਾ? ਸਫਾਈ ਕਰਨ ਲਈ ਮਿਹਨਤ ਦੀ ਲੋੜ ਹੈ, ਗੰਦਾ ਕਰਨ ਲਈ ਮਿਹਨਤ ਦੀ ਲੋੜ ਨਹੀਂ। ਤੁਸੀਂ ਕਦੀ ਵੇਖੋ ਘਰ ਨੂੰ ਆਪਾਂ ਸਫਾਈ ਮਿਹਨਤ ਦੇ ਨਾਲ ਕਿੰਨੀ ਮਿਹਨਤ ਨਾਲ ਸਫਾਈ ਕਰਦੇ ਹਾਂ, ਪਰ ਕਦੀ ਕਿਸੇ ਨੇ ਮਿਹਨਤ ਨਾਲ ਘਰ ਗੰਦਾ ਵੀ ਕੀਤਾ? ਉਹ ਤਾਂ ਆਪਣੇ ਆਪ ਹੀ ਹੋ ਜਾਣਾ, ਬਾਹਰੋਂ ਮਿੱਟੀ ਉੱਡਣੀ। ਗੱਡੀ ਮਿਹਨਤ ਨਾਲ ਸਾਫ਼ ਕੀਤੀ ਜਾਂਦੀ ਹੈ, ਪਰ ਗੱਡੀ ਨੂੰ ਗੰਦਿਆਂ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ? ਗੰਦੇ ਪੈਰ ਲੈ ਕੇ ਵਿੱਚ ਚੜ੍ਹਾਂਗੇ, ਬਾਹਰੋਂ ਡਸਟ ਮਿੱਟੀ ਉੱਡੇਗੀ, ਬਾਹਰੋਂ ਵੀ ਗੰਦੀ ਹੋ ਜਾਣੀ, ਵਿੱਚੋਂ ਵੀ ਗੰਦ ਪੈ ਜਾਣਾ ਹੈ। ਸਿਰਫ ਸਾਨੂੰ ਚੰਗਿਆਈ ਬੀਜਣੀ ਪੈਣੀ ਹੈ, ਬੁਰਿਆਈ ਬੀਜਣ ਦੀ ਲੋੜ ਥੋੜ੍ਹਾ, ਬੁਰਿਆਈ ਤਾਂ ਵਾਤਾਵਰਣ ਵਿੱਚ ਪਹਿਲਾਂ ਹੀ ਬਹੁਤ ਹੈ, ਸਮਾਜ ਵਿੱਚ ਪਹਿਲਾਂ ਹੀ ਬਹੁਤ ਹੈ। ਬੱਚਿਆਂ ਨੂੰ ਸੱਚ ਬੋਲਣਾ ਸਿਖਾਉਣਾ ਪੈਣਾ ਹੈ, ਸੱਚਾਈ ਦੇ ਰਸਤੇ 'ਤੇ ਤੁਰਨਾ ਸਿਖਾਉਣਾ ਪੈਣਾ ਹੈ, ਚੋਰੀ ਨਹੀਂ ਕਰਨੀ ਸਿਖਾਉਣਾ ਪੈਣਾ ਹੈ, ਚੋਰੀ ਕਰਨ ਵਾਸਤੇ ਸਿੱਖਿਆ ਦੀ ਲੋੜ ਥੋੜ੍ਹਾ, ਬੇਈਮਾਨੀ ਨਹੀਂ ਕਰਨੀ ਇਹ ਸਿਖਾਉਣਾ ਪੈਣਾ, ਬੇਈਮਾਨੀ ਕਰਨੀ ਕਿੱਦਾਂ ਇਹ ਸਿਖਾਉਣ ਦੀ ਲੋੜ ਥੋੜ੍ਹਾ, ਇਹ ਤਾਂ ਉਹਨੇ ਵੇਖ ਲੈਣਾ ਜੇ ਘਰ 'ਚ ਮਾਂ ਬਾਪ ਕਰਦੇ ਹੋਣਗੇ ਉੱਥੋਂ ਸਿੱਖ ਲੈਣਾ, ਸਮਾਜ ਵਿੱਚ ਚੋਰੀ ਉੱਥੋਂ ਸਿੱਖ ਲੈਣਾ। ਰੌਸ਼ਨੀ ਕਰਨ ਦੀ ਲੋੜ ਹੈ, ਹਨੇਰਾ ਕਰਨ ਦੀ ਲੋੜ ਥੋੜ੍ਹਾ, ਹਨੇਰਾ ਆਪਣੇ ਆਪ ਹੀ ਹੋ ਜਾਂਦਾ ਜਦੋਂ ਛਾਵਾਂ ਪੈਂਦੀਆਂ, ਰੌਸ਼ਨੀ ਵਾਸਤੇ ਬਲਬ ਟਿਊਬ ਲਾਉਣੀ ਪੈਂਦੀ ਹੈ, ਦੀਵਾ ਜਗਾਉਣਾ ਪੈਂਦਾ। ਗੁਰਦੇਵ ਪਿਤਾ ਮਹਾਰਾਜ ਜੀ ਨੇ ਬੜੀ ਕੀਮਤੀ ਗੱਲ ਕਹੀ, ਕਹਿਣ ਲੱਗੇ ਦੀਵਾ ਮੇਰਾ ਏਕ ਨਾਮ। ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਜਿਹੜੇ ਦੀਵੇ ਜਗਾਉਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਹ ਅਸੀਂ ਜਗਾ ਨਹੀਂ ਰਹੇ, ਅਤੇ ਜਿਹੜੇ ਦੀਵਿਆਂ ਤੋਂ ਜਗਾਉਣ ਤੋਂ ਸਾਨੂੰ ਗੁਰਮਤ ਰੋਕਦੀ ਹੈ ਉਹ ਅਸੀਂ ਜਗਾ ਰਹੇ ਹਾਂ। ਤੁਸੀਂ ਵੇਖੋ ਵੀ, ਅਤੇ ਬਾਹਰਲੇ ਦੀਵੇ ਜਗਾਉਣ ਲੱਗੇ ਹਾਂ, ਮੇਰੇ ਖਿਆਲ 'ਚ ਮਿਹਨਤ ਵੀ ਜ਼ਿਆਦਾ ਨਹੀਂ ਕਰਨੀ ਪੈਂਦੀ, ਮਿੱਟੀ ਦਾ ਦੀਵਾ ਲਾਓ, ਵਿੱਚ ਘਿਓ ਪਾ ਦਿਉ, ਤੇਲ ਪਾ ਦਿਉ, ਰੂੰ ਦੀ ਵੱਟੀ ਰੱਖ ਦਿਓ, ਅੱਗ ਲਾ ਦਿਉ, ਆਪੇ ਬਲੀ ਜਾਣਾ। ਪਰ ਜਿਹੜਾ ਇਹ ਦੀਵਾ, ਇਹਦੇ ਵਾਸਤੇ ਕੁਝ ਮਿਹਨਤ ਦੀ ਜ਼ਰੂਰਤ ਆ, ਕੁਝ ਕਰਨਾ ਪੈਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਹੁਣ ਇੱਥੇ ਗੁਰਦੇਵ ਪਿਤਾ ਮਹਾਰਾਜ ਨੇ ਉਦਾਹਰਨ ਦਿੱਤੀ, ਪਤਾ ਕਿਹੜੀ? ਜਦੋਂ ਪ੍ਰਾਣੀ ਚੜ੍ਹਾਈ ਕਰਦਾ ਅਤੇ ਦੀਵੇ ਜਗਾਏ ਜਾਂਦੇ ਸਨ। ਅੱਜ ਵੀ ਤੁਸੀਂ ਨੋਟ ਕੀਤਾ ਹੋਵੇਗਾ, ਖਾਸ ਕਰਕੇ ਜਿਹੜੇ ਹਿੰਦੂ ਪਰਿਵਾਰ ਨੇ, ਕਿਉਂਕਿ ਗੁਰਦੇਵ ਨੇ ਬਹੁਤ ਜ਼ਿਆਦੀਆਂ ਉਦਾਹਰਨਾਂ ਇੱਦਾਂ ਦੀਆਂ ਦਿੱਤੀਆਂ ਨੇ। ਬ੍ਰਾਹਮਣ ਪਰਿਵਾਰਾਂ ਵਿੱਚੋਂ ਬਹੁਤ ਜ਼ਿਆਦਾ ਕਰਮਕਾਂਡ ਸਾਡੇ ਵਿੱਚ, ਤਾਂ ਹੀ ਤਾਂ ਸ਼ਬਦ ਵਰਤੇ ਸਨ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਗਹੇ ਵਿਪਰਣ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ, ਤਾਂ ਹੀ ਤਾਂ ਸ਼ਬਦ ਬਾਣੀ ਵਿੱਚ ਵਰਤੇ ਸਨ, ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਂ, ਤਾਂ ਹੀ ਤਾਂ ਸ਼ਬਦ ਵਰਤੇ ਸਨ ਬਾਣੀ ਵਿੱਚ ਵੀ ਪੰਡਿਤ ਮੁੱਲਾਂ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲਈ, ਅਸੀਂ ਕੁਝ ਵੀ ਨਹੀਂ ਲਿਆ ਨਾਲ, ਪਰ ਅਸੀਂ ਅੱਜ ਸਿੱਖ ਹੋਣ ਦੇ ਨਾਂ 'ਤੇ ਸਭ ਕੁਝ ਨਾਲ ਚੁੱਕੀ ਫਿਰਦੇ ਹਾਂ।
ਸਾਡੇ ਘਰ ਬੱਚੇ ਦੇ ਜਨਮ ਤੋਂ ਲੈ ਕੇ ਵਿਪਰਵਾਦ ਸ਼ੁਰੂ ਹੋ ਜਾਂਦਾ ਅਤੇ ਪ੍ਰਾਣੀ ਚੜ੍ਹਾਈ ਕਰਨ ਤੋਂ ਬਾਅਦ ਵੀ ਸਾਡੇ ਘਰ 'ਚੋਂ ਵਿਪਰਵਾਦ ਨਹੀਂ ਨਿਕਲਦਾ, ਕਰੀ ਵੀ ਜਾ ਰਹੇ ਸਾਨੂੰ ਪਤਾ ਨਹੀਂ ਬੱਚੇ ਦੇ ਜਨਮ ਤੋਂ ਲੈ ਕੇ। ਤੁਸੀਂ ਵੇਖੋ ਅੱਜ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਸਿੱਧੀਆਂ ਜਿਹੀਆਂ ਗੱਲਾਂ, ਸਪਸ਼ਟ ਜਿਹੀਆਂ ਗੱਲਾਂ ਲਿਖ ਦਿੱਤੀਆਂ ਨੇ। ਪ੍ਰਾਣੀ ਜਦੋਂ ਬੱਚਾ ਜਨਮ ਲੈਂਦਾ ਹੈ ਸੂਤਕ ਦੇ ਭਰਮ ਕੀਤੇ ਜਾਂਦੇ ਨੇ। ਅੱਜ ਵੀ ਤੁਸੀਂ ਕਈਆਂ ਪਰਿਵਾਰਾਂ 'ਚ ਨੋਟ ਕੀਤਾ ਹੋਏਗਾ ਜਦੋਂ ਬੱਚਾ ਜਨਮ ਲੈਂਦਾ ਹੈ ਜਿਹੜੇ ਮੰਜੇ ਉੱਤੇ ਬੱਚੇ ਨੇ ਜਨਮ ਲਿਆ ਉਸ ਮੰਜੇ ਨੂੰ ਕਈ ਜਿੰਦਰਾਂ ਮਾਰਨਗੇ, ਧਾਗੇ ਬੰਨਣਗੇ, ਬੱਚਿਆਂ ਨੂੰ ਕਾਲੀਆਂ ਤੜਾਗੀਆਂ ਬੰਨਣਗੇ, ਕਈ ਪ੍ਰਕਾਰ ਦੇ ਵਹਿਮ ਕੀਤੇ ਜਾਂਦੇ ਨੇ। ਖਾਸ ਕਰਕੇ ਇੱਦਾਂ ਦੇ ਵਹਿਮ ਵੀ ਸੂਤਕ ਹੈ, ਹੁਣ ਸਾਡੇ ਘਰ ਸੂਤਕ ਆਇਆ। ਪਤਾ ਬ੍ਰਾਹਮਣ ਦੇ ਮੁਤਾਬਕ ਬ੍ਰਾਹਮਣ ਦੇ ਘਰ ਵਿੱਚ ਕਿੰਨੇ ਦਿਨ ਸੂਤਕ ਰਹਿੰਦਾ, ਖੱਤਰੀ ਦੇ ਘਰ 'ਚ ਕਿੰਨੇ ਦਿਨ ਸੂਤਕ ਰਹਿੰਦਾ, ਵੈਸ ਦੇ ਘਰ ਕਿੰਨੇ ਦਿਨ ਸੂਤਕ, ਇਹ ਦਿਨ ਵੱਖਰੇ ਵੱਖਰੇ ਨੇ। ਅਤੇ ਸ਼ੂਦਰ ਵਿਚਾਰਾ ਇੱਦਾਂ ਦਾ ਸੀ ਜਿਹਦੇ ਘਰੋਂ ਕਦੀ ਸੂਤਕ ਨਿਕਲਦਾ ਹੀ ਨਹੀਂ, ਉਹ ਗਰੀਬ ਜੋ ਸੀ ਵਿਚਾਰਾ, ਉਹਦੇ ਘਰ ਵਿੱਚ ਹਮੇਸ਼ਾ ਹੀ ਅਪਵਿੱਤਰਤਾ ਰਹਿੰਦੀ ਸੀ। ਬਾਣੀ ਵਿੱਚ ਗੁਰਦੇਵ ਨੇ ਲਿਖਤਾ ਜੇਕਰ ਸੂਤਕ, ਬੋਲੋ ਜੇਕਰ ਸੂਤਕ, ਜੇ ਵੱਲ ਜੇ ਮੰਨੋ, ਜੇ ਤੁਸੀਂ ਇਹ ਕਹਿੰਦੇ ਵੀ ਜਨਮ ਨਾਲ ਸੂਤਕ ਹੁੰਦਾ, ਜਦੋਂ ਜਨਮ ਲੈਂਦਾ ਤਾਂ ਸੂਤਕ ਆ ਗਿਆ ਅਤੇ ਪ੍ਰਾਣੀ ਚੜ੍ਹਾਈ ਕਰ ਗਿਆ ਅਤੇ ਪਾਤਕ ਆ ਗਿਆ, ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਜੰਮਣ ਦੇ ਨਾਲ ਸੂਤਕ ਹੁੰਦਾ ਤਾਂ ਸੁਣੋ ਮਹਾਰਾਜ ਕੀ ਕਹਿੰਦੇ ਨੇ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਅੱਗੇ ਕਹੀ ਜੀ ਭਲਾ, ਗੋਹੇ ਅਤੇ ਲੱਕੜੀ ਅੰਦਰ। ਹੁਣ ਜਦੋਂ ਗੋਹਾ ਪੱਥਿਆ ਜਾਂਦਾ, ਜਦੋਂ ਪਾਥੀਆਂ ਪੱਥੀਆਂ ਜਾਂਦੀਆਂ, ਪਾਥੀਆਂ ਪੱਥਣ ਤੋਂ ਕੁਝ ਟਾਈਮ ਕੁਝ ਦੇਰ ਬਾਅਦ ਉਹਦੇ 'ਚ ਕੀੜਾ ਜਨਮ ਲੈਂਦਾ, ਸੂਤਕ ਆ ਗਿਆ। ਬੋਲੋ ਸਾਧ ਸੰਗਤ ਜੀ, ਕੀੜੇ ਨੇ ਜਨਮ ਲੈ ਲਿਆ, ਸੂਤਕ ਆ ਗਿਆ। ਜਦੋਂ ਪਾਥੀ ਸੁੱਕ ਗਈ, ਹੁਣ ਹਰ ਘਰ ਵਿੱਚ ਗੈਸ ਸਿਲੰਡਰ ਇੱਦਾਂ ਦੇ ਪ੍ਰਬੰਧ ਥੋੜ੍ਹਾ, ਅਜੇ ਵੀ ਪਾਥੀਆਂ ਦੇ ਨਾਲ ਰੋਟੀਆਂ, ਅਜੇ ਵੀ ਪਿੰਡਾਂ ਥਾਵਾਂ ਵਿੱਚ ਬਹੁਤ ਬਾਲਣ ਦਾ ਕੰਮ ਹੁੰਦਾ, ਲੱਕੜ ਬਾਲੀ ਜਾਂਦੀ ਹੈ, ਠੀਕ ਹੈ। ਸ਼ਹਿਰਾਂ 'ਚ ਆਪਾਂ ਮੰਨਿਆ ਵੀ ਉੱਥੇ ਚੁੱਲ੍ਹੇ ਨਹੀਂ ਹੈਗੇ, ਉੱਥੇ ਸਾਰੇ ਗੈਸ ਸਿਲੰਡਰ ਨਾਲ ਕੰਮ ਹੁੰਦੇ, ਅਜੇ ਵੀ ਪੰਜਾਬ ਲਾਈਏ, ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਦੀ ਗੱਲ ਕਰੀਏ, ਹੁਣ ਗੁਰਦੇਵ ਨੇ ਕਿੱਡਾ ਪਿਆਰਾ ਹਵਾਲਾ ਦਿੱਤਾ। ਗੁਰਦੇਵ ਜੀ ਕਹਿੰਦੇ ਨੇ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਹੁਣ ਗੋਹਾ ਪੱਥਿਆ ਗਿਆ, ਕੀੜਾ ਚੱਲ ਪਿਆ, ਜਦੋਂ ਗੋਹਾ ਸੁੱਕਿਆ ਚੁੱਲ੍ਹੇ 'ਚ ਬਾਲਿਆ, ਕੀੜੇ ਦੀ ਡੈਥ ਹੋ ਗਈ, ਪਾਤਕ ਵੀ ਹੋ ਗਿਆ। ਕਹਿੰਦੇ ਤੁਹਾਡੀ ਰਸੋਈ 'ਚ ਸੂਤਕ ਵੀ ਹੋ ਰਿਹਾ ਅਤੇ ਤੁਹਾਡੀ ਰਸੋਈ 'ਚ ਪਾਤਕ ਵੀ ਹੋ ਰਿਹਾ, ਕੱਢੋ ਇਹਨੂੰ ਬਾਹਰ, ਦੋਵੇਂ ਕੰਮ। ਜੇ ਮੰਨਦੇ ਹੋ ਵੀ ਜਨਮ ਨਾਲ ਸੂਤਕ ਹੁੰਦਾ, ਜੇ ਤੁਸੀਂ ਮੰਨਦੇ ਹੋ ਤਾਂ, ਜੇ ਤੁਸੀਂ ਕਹਿੰਦੇ ਹੋ ਜਨਮ ਨਾਲ ਸੂਤਕ ਹੁੰਦਾ ਤਾਂ ਫਿਰ ਤੁਹਾਡੀ ਰਸੋਈ ਤਾਂ ਜਨਮ ਵੀ ਹੋ ਗਿਆ ਅਤੇ ਤੁਹਾਡੇ ਘਰ 'ਚ ਹੀ ਪਾਥੀਆਂ ਪੱਥੀਆਂ ਨਾ, ਹਵੇਲੀ ਵੀ ਤਾਂ ਤੁਹਾਡੀ ਹੈ ਜਿੱਥੇ ਪਾਥੀਆਂ ਪੱਥੀਆਂ ਨੇ। ਕਹਿਣਗੇ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ। ਹੁਣ ਇਹਦਾ ਅਰਥ ਸੂਤਕ ਵੀ ਹੋ ਗਿਆ ਅਤੇ ਪਾਤਕ ਵੀ ਹੋ ਗਿਆ। ਵੈਸੇ ਬਾਣੀ ਨੇ ਮਹਾਰਾਜ ਨੇ ਪਤਾ ਕੀ ਆਖਿਆ, ਵੈਸੇ ਬਾਹਰਲੇ ਜਿਹੜੇ ਇੱਟਾਂ ਦੇ ਬਣੇ ਸਾਡੇ ਘਰ, ਇਹਨਾਂ 'ਚ ਸੂਤਕ ਪਾਤਕ ਹੁੰਦਾ ਹੀ ਨਹੀਂ, ਬਾਣੀ ਮੰਨਦੀ ਨਹੀਂ ਇਹਨੂੰ, ਬਿਲਕੁਲ ਨਹੀਂ ਮੰਨਦੀ। ਪਰ ਮਹਾਰਾਜ ਕਹਿੰਦੇ ਹਾਂ, ਮਨ ਵਿੱਚ ਸੂਤਕ ਹੁੰਦਾ, ਉਹ ਕਦੋਂ ਭਲਾ, ਮਨ ਕਾ ਸੂਤਕ ਲੋਭ ਹੈ। ਕਿਉਂ ਜੀ, ਜੇ ਮਨ ਵਿੱਚ ਲਾਲਚ ਆ ਗਿਆ, ਘਰ 'ਚ ਪੋਤਰੇ ਨੇ ਜਨਮ ਲਿਆ, ਘਰ 'ਚ ਦੋਹਤੇ ਨੇ ਜਨਮ ਲਿਆ, ਘਰ ਵਿੱਚ ਪੋਤਰੇ ਨੇ ਜਨਮ ਲਿਆ, ਅਤੇ ਜੇ ਸੱਸ ਦੇ ਦਿਮਾਗ 'ਚ ਇਹ ਖਿਆਲ ਆ ਗਿਆ ਵੀ ਪੁੱਤ ਨੂੰਹ ਨੂੰ ਕਹਿਣ ਲੱਗ ਪਈ, ਪੁੱਤ ਜਦੋਂ ਸੁੱਖ ਨਾਲ ਮੇਰੇ ਪੁੱਤ ਦਾ ਵਿਆਹ ਹੋਇਆ ਸੀ ਅਤੇ ਉਦੋਂ ਤੇਰੇ ਮਾਂ ਬਾਪ ਦੇ ਕੋਲੋਂ ਹੱਥ ਉਹਨਾਂ ਦਾ ਟਾਈਟ ਬੜਾ ਸੀ, ਤੰਗੀ ਸੀ, ਦੂਜਿਆਂ ਭਰਾਵਾਂ ਦੇ ਵੀ ਵਿਆਹ ਕੀਤੇ ਅਤੇ ਉਦੋਂ ਮੈਂ ਵੀ ਨਹੀਂ ਮੰਗਿਆ ਵੀ ਮੈਨੂੰ ਚੂੜੀਆਂ ਪਾਓ, ਅਤੇ ਹੁਣ ਤਾਂ ਸੁੱਖ ਨਾਲ ਉਹਨਾਂ ਦੇ ਲਹਿਰੇ ਬਹਿਰੇ ਲੱਗੇ ਨੇ ਅਤੇ ਆਪਣਿਆਂ
ਮਾਂ ਬਾਪ ਨੂੰ ਕਹਿ ਵੀ ਯਾਰ ਕਿ ਮੇਰੀ ਸੱਸ ਨੂੰ ਨਾ ਕੀ ਪਾ ਦਿਓ, ਬੋਲੋ ਜੀ ਚੂੜੀਆਂ ਪਾ ਦਿਓ, ਨਹੀਂ ਦੋ ਪਾਉਣੀਆਂ ਇੱਕ ਹੀ ਪਾ ਦਿਓ। ਅਤੇ ਮਾਂ ਦੇ ਮਨ 'ਚ ਕੀ ਆ ਗਿਆ ਫਿਰ, ਕਿਉਂ ਜੀ ਕੀ ਆ ਗਿਆ ਭਲਾ, ਲਾਲਚ। ਲਾਲਚ ਕਿਹਨੂੰ ਕਹਿੰਦੇ, ਸੂਤਕ ਨੂੰ। ਮਨ ਕਾ ਸੂਤਕ ਲੋਭ ਹੈ, ਲੋਭ ਆ ਗਿਆ, ਸੂਤਕ ਹੋ ਗਿਆ। ਕੱਢੋ ਮਹਾਰਾਜ ਕਹਿੰਦੇ, ਇਸ ਸੂਤਕ ਨੂੰ ਕਿਵੇਂ ਕੱਢੋਗੇ, ਬਾਹਰੋਂ ਤਾਂ ਪਖੰਡ ਕਰਾ ਲਓਗੇ, ਇਸ ਸੂਤਕ ਨੂੰ ਕਿਵੇਂ ਕੱਢੋ। ਲਾੜੇ ਦੇ ਮਨ 'ਚ ਆ ਗਿਆ, ਲੜਕੇ ਦੇ ਮਨ 'ਚ ਆ ਗਿਆ ਵੀ ਪੇਕਿਆਂ ਵਾਲਿਆਂ ਨੂੰ ਕਰ ਫੋਨ ਵੀ ਯਾਰ ਕਿ ਹੁਣ ਉਹਨਾਂ ਦੇ ਘਰ ਕਿੰਨੀ ਦੇਰ ਬਾਅਦ ਮਾਲਕ ਨੇ ਸੁਣੀ ਆ, ਅਤੇ ਉਹਨਾਂ ਨੂੰ ਕੋਈ ਨਾ ਕੋਈ ਲੈ ਕੇ ਆਉਣ ਪੇਕਿਆਂ ਤੋਂ। ਕਹਿ ਉਹਨਾਂ ਨੂੰ, ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਜੇ ਜ਼ੁਬਾਨ ਝੂਠ ਬੋਲਦੀ ਹੈ ਤਾਂ ਜ਼ੁਬਾਨ 'ਤੇ ਸੂਤਕ ਆ ਗਿਆ, ਜੇ ਮਨ ਵਿੱਚ ਲਾਲਚ ਹੈ ਤਾਂ ਮਨ ਵਿੱਚ ਸੂਤਕ ਆ ਗਿਆ। ਅੱਖੀਂ ਸੂਤਕ ਵੇਖਣਾ, ਜੇ ਅੱਖਾਂ ਵੱਡੀ ਨੂੰ ਵੇਖ ਕੇ ਉਹਦੇ ਵਿੱਚੋਂ ਮਾਂ ਨਹੀਂ ਵੇਖਦੀਆਂ, ਤਾਈ ਚਾਚੀ ਭੂਆ ਮਾਸੀ ਨਹੀਂ ਵੇਖਦੀਆਂ, ਫਿਰ ਅੱਖਾਂ ਵਿੱਚ ਸੂਤਕ ਹੈ। ਜੇ ਬਰਾਬਰ ਦੀ ਨੂੰ ਵੇਖ ਕੇ ਭੈਣ ਚੇਤੇ ਨਹੀਂ ਆਈ, ਤਾਏ ਦੀ ਧੀ ਚੇਤੇ ਨਹੀਂ ਆਈ, ਮਾਮੇ ਦੀ ਧੀ ਚੇਤੇ ਨਹੀਂ ਆਈ, ਉਹਦੇ ਵਿੱਚੋਂ ਵਕਾਰ ਵੇਖਿਆ, ਉਹਦੇ ਵਿੱਚੋਂ ਆਪਣੀ ਹਵਸ਼ ਪੂਰੀ ਕਰਨ, ਨਿਗਾਹ ਰਾਹੀਂ ਹਵਸ਼ ਪੂਰੀ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅੱਖਾਂ ਵਿੱਚ ਸੂਤਕ ਆ ਗਿਆ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਧੋਈ ਜਾਓ ਜਿੰਨੀਆਂ ਮਰਜ਼ੀ ਅੱਖਾਂ, ਸਾਫ਼ ਕਰੀ ਜਾਓ ਜਿੰਨੀਆਂ ਮਰਜ਼ੀ ਅੱਖਾਂ, ਅੱਖਾਂ ਵਿੱਚ ਤਾਂ ਸੂਤਕ। ਇਸ ਨੂੰ ਗੁਰਦੇਵ ਨੇ ਆਖਿਆ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। 2:30 ਵਜੇ ਉੱਠਣ ਵਾਲਿਆ ਜੇ ਅੱਖਾਂ ਪਰਾ ਰੂਪ ਤੱਕਦੀਆਂ ਨੇ, ਅਤੇ ਗੁਰਦੇਵ ਜੀ ਕਹਿੰਦੇ ਸਰੀਰ ਉੱਠਿਆ ਹੈ, ਅੱਖਾਂ ਅਜੇ ਵੀ ਸੁੱਤੀਆਂ ਪਈਆਂ ਨੇ। 4 ਵਜੇ ਸਰੀਰ ਦੀ ਨੀਂਦ ਤਿਆਗਣ ਵਾਲਿਆ ਜੇ ਅੱਖਾਂ ਵਿੱਚ ਕਾਮਕ ਬਿਰਤੀ ਹੈ, ਅੱਖਾਂ ਪਰਾ ਰੂਪ ਤੱਕਦੀਆਂ ਨੇ, ਤੇਰੇ ਬ੍ਰੇਨ ਤੱਕ ਤੇਰੇ ਦਿਮਾਗ ਤੱਕ ਮੈਸੇਜ ਆਉਂਦਾ ਇਹ ਭੈਣ ਨਹੀਂ ਤੇਰੀ, ਤੂੰ ਇਹਨਾਂ ਅੱਖਾਂ ਨਾਲ ਵਕਾਰ ਭੁਗਦਾ, ਭਾਵੇਂ 4 ਵਜੇ ਉੱਠ ਕੇ ਤੂੰ ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹੀ ਜਾ। ਗੁਰਦੇਵ ਦੀ ਬਾਣੀ ਕਹਿੰਦੀ ਹੈ, ਜੇ ਤੇਰੀਆਂ ਅੱਖਾਂ ਵਿੱਚ ਨੀਂਦ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ। ਪੜ੍ਹੋ ਨਾਲ ਨਾਲ ਬਾਣੀ, ਸਰਵਣ ਸੋਏ ਸੁਣ ਨਿੰਦ ਵਿਚਾਰ। ਇਹ ਨਿੰਦਿਆ ਦੀਆਂ ਵਿਚਾਰਾਂ ਸੁਣ ਸੁਣ ਕੇ, ਇਸ ਕਰਕੇ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਹੇ। ਲਾਇਤ ਵਾਰੀ ਚੁਗਲੀ। ਇੱਕ ਗੱਲ ਦਾ ਖਿਆਲ ਰੱਖਣਾ, ਜਿਹੜਾ ਤੁਹਾਡੇ ਕੋਲ ਕਿਸੇ ਦੀ ਆਣ ਕੇ ਚੁਗਲੀ ਕਰਦਾ ਨਾ ਹੈਗਾ ਤੁਹਾਡਾ, ਉਹ ਵੀ ਮਿੱਤਰ ਨਹੀਂ, ਉਹ ਤੁਹਾਡੀ ਗੱਲ ਵੀ ਉੱਥੇ ਕਰਦਾ ਹੋਊ। ਬੜੇ ਖਤਰਨਾਕ ਬੰਦੇ ਹੁੰਦੇ ਨੇ, ਜਿਹੜਾ ਮੂੰਹ ਸਵਾਰ ਸਵਾਰ ਕੇ ਤੁਹਾਡੇ ਕੋਲ ਦੂਜੇ ਦੀ ਗੱਲ ਕਰਦਾ ਨਾ, ਤਾਂ ਸੁਭਾਵਿਕ ਹੈ ਤੁਹਾਡੀ ਗੱਲ ਵੀ। ਕਈ ਵਾਰੀ ਨਾ ਆਪਾਂ ਗੰਦ ਆਪ ਪਾਉਣ ਦਾ ਅਗਲੇ ਨੂੰ ਮੌਕਾ ਦਿੰਦੇ ਹਾਂ, ਕਈ ਵਾਰੀ ਆਪਾਂ ਅਗਲੇ ਨੂੰ ਗੰਦ ਪਾਉਣ ਦਾ ਮੌਕਾ ਆਪ ਹੀ ਦਿੰਦੇ ਹਾਂ ਨਾ। ਸੌਖਾ ਹੀ ਤਰੀਕਾ ਸਾਧ ਸੰਗਤ ਜੀ, ਜਦੋਂ ਤੁਹਾਡੇ ਕੋਲ ਇੱਦਾਂ ਦੀ ਗੱਲ ਕਰੇ ਨਾ ਉਹਦੇ ਬਾਰੇ, ਉਹਨੂੰ ਕਹਿੰਦਾ ਤੈਨੂੰ ਮੂੰਹ 'ਤੇ ਜਾਣਾ ਪੈਣਾ ਹੈ, ਅਗਲੇ ਚੁੱਪ ਕਰ ਜਾਣਾ ਵੀ ਮੂੰਹ 'ਤੇ ਜਾ ਕੇ ਜ਼ਰੂਰ ਬੇਇੱਜ਼ਤੀ ਕਰਾਉਣੀ, ਉੱਦਾਂ ਹੀ ਚੁੱਪ ਕਰ ਜਾਂਦਾ। ਬਹੁਤੇ ਘਰ ਪੜਵਾਏ, ਕਿਸੇ ਘਰ ਤੁਸੀਂ ਪਿੰਡਾਂ 'ਚ ਵੇਖ ਲਓ ਲੜਾਈਆਂ ਇੱਦਾਂ ਹੀ ਪਈਆਂ ਨੇ, ਗੱਲ ਹੁੰਦੀ ਨਹੀਂ, ਕਈਆਂ ਦਾ ਕੰਮ ਹੀ, ਕਈਆਂ ਦਾ ਕੰਮ ਕੀ ਹੁੰਦਾ, ਕੁਟਲ ਨੀਤੀ ਕਰਨੀ, ਬੈਠੇ ਹੀ ਗੱਲਾਂ ਇੱਦਾਂ ਦੀਆਂ ਬਣਾ ਬਣਾ ਕੇ ਲੜਾਈਆਂ ਪਾ, ਨਾਲੇ ਅਗਲੇ ਘਰੋਂ ਚਾਹ ਦਾ ਕਾਪੀ ਆਉਣਾ, ਨਾਲੇ ਲੜਾਈ ਪਾਉਣੀ। ਕਈਆਂ ਦੇ ਇੱਦਾਂ ਦੇ, ਉਹਨਾਂ ਦੀ ਡਿਊਟੀ ਲੱਗੀ ਹੋਈ ਆ, ਉਹਨਾਂ ਦੀ ਸ਼ੁਰੂ ਤੋਂ ਡਿਊਟੀ ਲੱਗੀ ਹੋਈ ਆ ਵੀ ਤੁਸੀਂ ਪਤਾ ਕੀ ਕਰਨਾ, ਨਾਲੇ ਅਗਲੇ ਘਰੋਂ ਪ੍ਰਸ਼ਾਦਾ ਛਕਾਓ, ਨਾਲੇ ਚਾਹ ਦਾ ਕਾਪੀ ਆਓ, ਅਤੇ ਚਾਹ ਦਾ ਕਾਪੀ ਕੇ ਦਰਵਾਜ਼ਾ ਬਾਹਰ ਨਿਕਲਣਾ ਅਤੇ ਘਰ 'ਚ ਲੜਾਈ ਪੈ ਜਾਣੀ ਹੈ, ਜਾਣ ਲੱਗਿਆਂ ਚੰਗਿਆੜੀ ਇੱਦਾਂ ਸੁੱਟ ਜਾਣੀ ਹੈ।
ਇਹ ਕੁੱਟਣ ਲਈਆਂ। ਇਸੇ ਨੂੰ ਤਾਂ ਭਗਤ ਰਵਿਦਾਸ ਨੇ ਆਖਿਆ ਸੀ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ। ਇਸ ਮਨ ਦੇ ਨਾਲ ਵੇਖੋ ਬਾਣੀ 'ਚ ਆਖਿਆ ਨਾ, ਮਨ ਨਾਲ ਵੀ ਸੇਵਾ ਹੋ ਸਕਦੀ ਹੈ, ਤਨ ਨਾਲ ਵੀ ਸੇਵਾ ਹੋ ਸਕਦੀ ਹੈ, ਧਨ ਨਾਲ ਵੀ ਸੇਵਾ ਹੋ ਸਕਦੀ ਹੈ। ਹੁਣ ਕਿਸੇ ਬੰਦੇ ਕੋਲ ਟਾਈਮ ਨਹੀਂ, ਉਹ ਕਹਿੰਦਾ ਮੈਂ ਪੈਸਾ ਲਾ ਸਕਦਾ ਭਾਈ। ਹੁਣ ਕਿਸੇ ਬੰਦੇ ਕੋਲ ਪੈਸਾ ਨਹੀਂ, ਕਹਿੰਦਾ ਮੈਂ ਸਮਾਂ ਦੇ ਸਕਦਾ। ਹੁਣ ਜਿਹਦੇ ਕੋਲ ਸਮਾਂ ਵੀ ਨਹੀਂ, ਜਿਹਦੇ ਕੋਲ ਪੈਸਾ ਵੀ ਨਹੀਂ ਹੈਗਾ, ਯਾਨੀ ਕਿ ਸਰੀਰ ਬੈਠਾ ਬਜ਼ੁਰਗ ਹੋ ਗਿਆ, ਉਹ ਮਨ ਨਾਲ ਸੇਵਾ ਕਰ ਸਕਦਾ ਕਿ ਜਿਹੜਾ ਚੰਗਾ ਕਰਦਾ ਉਹਨੂੰ ਉਤਸ਼ਾਹ ਤਾਂ ਦੇ ਸਕਦਾ ਨਾ। ਜੇ ਘਰ 'ਚ ਬਜ਼ੁਰਗ ਬੈਠਾ, ਜੇ ਘਰ 'ਚ ਮਾਤਾ ਬੈਠੀ, ਹੱਥੀਂ ਨਹੀਂ ਕੁਝ ਕਰ ਸਕਦੀ, ਤਾਂ ਇਹਨਾਂ 'ਤੇ ਕਹਿ ਸਕਦੀ ਨਾ, ਸ਼ੁਕਰ ਹੈ ਮੇਰੇ ਨੌਂ ਪੁੱਤਾਂ ਨੇ ਸਾਰੇ ਘਰ ਦਾ ਭਾਰ ਚੁੱਕਿਆ। ਇਹ ਵੀ ਤਾਂ ਮਨ ਦੀ ਸੇਵਾ ਬੜੀ ਵੱਡੀ ਹੈ ਨਾ। ਅਤੇ ਜੇ ਬੈਠੀਆਂ ਨੁਕਸ ਕੱਢੀ ਜਾਣੇ ਆ, ਸਬਜ਼ੀ ਕਿੱਦਾਂ ਬਣਾਈ ਆ, ਉਹ ਵਿੱਚ ਪਿਆਜ਼ ਉੱਦਾਂ ਹੀ ਤੁਰੇ ਫਿਰਦੇ ਨੇ, ਉਹ ਫਿਰ ਅਗਲੀਆਂ ਨੌਂਹਾਂ ਦੀ ਕੱਲ੍ਹ ਨੂੰ ਆਪੇ ਬਣਾ ਲਈ ਬੇਬੇ, ਕਹਿੰਦੀ ਬਣਨੀ ਤਾਂ ਨਹੀਂ ਮੇਰੇ ਕੋਲੋਂ, ਸਬਜ਼ੀ ਬਣਨੀ ਵੀ ਨਹੀਂ ਹੈ ਤਾਂ ਨੁਕਸ ਵੀ ਕੱਢਣੇ ਆ। ਘਰਾਂ 'ਚ ਤੁਸੀਂ ਵੇਖੋ, ਕੰਮ ਕਰਨਾ ਵੀ ਨਹੀਂ ਹੈ ਤਾਂ ਨੁਕਸ ਵੀ ਕੱਢਣਾ। ਅੱਜ ਬਹੁਤ ਆ ਘਰਾਂ ਦੇ ਬਖੇੜੇ, ਮਨ ਦੀ ਸੇਵਾ ਜੇ ਕੌਮੀ ਕਾਰਜ ਲਈ ਕੋ ਤੁਰਿਆ ਤਾਂ ਤੂੰ ਬੈਠਾ ਅਤੇ ਉਤਸ਼ਾਹ 'ਤੇ ਕਰ ਸਕਦਾ ਹੈ ਨਾ। ਜ਼ਰੂਰੀ ਲੱਤਾਂ ਖਿੱਚਣੀਆਂ ਨੇ, ਕਈਆਂ ਨੇ ਕਰਨਾ ਵੀ ਕੁਝ ਨਹੀਂ ਅਤੇ ਲੱਤਾਂ ਵੀ ਖਿੱਚਣੀਆਂ ਨੇ। ਇਹਨੂੰ ਕਹਿੰਦੇ ਕੁਟਲ ਨੀਤੀ, ਇਹਨੂੰ ਕਹਿੰਦੇ ਕੁਟਲ ਨੀਤੀ, ਬੈਠੀਆਂ ਵਿਅੰਗ ਕੱਸੀ ਜਾਣੇ ਨੇ। ਇਹਨੂੰ ਆਖਿਆ ਬਿਪਤਾ ਆਣ ਪਈ ਮੇਰੇ ਟੱਬਰ ਉੱਤੇ, ਮੇਰੇ ਮਨ ਉੱਤੇ, ਮੇਰੇ ਸਰੀਰ ਉੱਤੇ ਬਹੁਤ ਵੱਡੀ ਬਿਪਤਾ ਆਣ ਪਈ। ਭਗਤ ਜੀ ਕਹਿੰਦੇ ਨੇ ਮੇਰੀ ਸੰਗਤ ਪੋਚ, ਕਦੀ ਕਿਸੇ ਨੇ ਅਰਦਾਸ ਕੀਤੀ ਮੇਰੀ ਸੰਗਤ ਮਾੜਿਆਂ ਦੀ ਹੋ ਗਈ ਆ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰੀ ਸੋਚ ਦਿਨ ਰਾਤੀ ਮਾੜੀ ਹੋ ਗਈ, ਮੇਰਾ ਕਰਮ ਕੁਟਲਤਾ, ਮੇਰੇ ਮਾੜੇ ਕੰਮਾਂ ਕਰਕੇ ਮੇਰਾ ਜਨਮ ਵੀ ਨੀਵੇਂ ਘਰ ਦਾ ਹੋ ਗਿਆ। ਵੈਸੇ ਬਾਣੀ ਉੱਚੀ ਨੀਵੀਂ ਜਾਤ ਨੂੰ ਮੰਨਦੀ ਨਹੀਂ, ਪਰ ਬੰਦਿਆ ਤੇਰੇ ਆਪਣੇ ਹੱਥ ਹੈਗਾ, ਜਾਤ ਉੱਚੀ ਕਰਨੀ ਕਿ ਜਾਤ ਨੀਵੀਂ ਕਰਨੀ। ਕੰਮ ਚੰਗੇ ਜਾਤ ਉੱਚੀ, ਕੰਮ ਨੀੜੇ ਜਾਤ ਨੀਵੀਂ। ਇਹਦਾ ਅਰਥ ਜਨਮ ਕੁਭਾਂਤੀ ਕੰਮਾਂ ਕਰਕੇ ਹੈ, ਪਰ ਘਰ ਜੋ ਹੀ ਨੀਚ ਸਨਾਤ, ਤੂੰ ਭਾਵੇਂ ਉੱਚੀ ਕੁੱਲ ਦਾ ਹੋਵੇ ਹਾਂ, ਭਾਵੇਂ ਤੇਰਾ ਚੌਧਰਪਣਾ ਬੜਾ ਵੱਡਾ ਹੋਵੇ, ਜਦੋਂ ਤੂੰ ਪਰਾਇਆ ਰੂਪ ਤੱਕਦਾ ਹੈ ਨਾ ਦੂਜੇ ਦੀ ਕਮਾਈ 'ਤੇ ਫਲਦਾ, ਉਦੋਂ ਤੂੰ ਨੀਵੇਂ ਅਸਲੇ ਦਾ ਹੋ ਜਾਂਦਾ, ਬਾਣੀ ਦਾ ਵਾਕ ਹੈ। ਪਰ ਘਰ ਜੋ ਹੀ ਨੀਚ ਸਨਾਤ, ਭਾਵੇਂ ਲੋਕ ਤੇਰੇ ਘਰ ਫੈਸਲੇ ਕਰਾਉਣ ਆਉਂਦੇ ਨੇ, ਪਰ ਇੱਕ ਗੱਲ ਦਾ ਯਾਦ ਰੱਖੀ, ਉਸ ਵਕਤ ਤੂੰ ਨੀਵੀਂ ਜਾਤ ਦਾ ਹੋ ਜਾਣਾ, ਨੀਵੀਂ ਅਸਲੇ ਦਾ ਹੋ ਜਾਣਾ। ਇਹ ਬਾਣੀ ਦਾ ਵਾਕ ਹੈ। ਪਰ ਘਰ ਜੋ ਹੀ, ਪੜ੍ਹੋ ਜੀ, ਪਰ ਘਰ ਜੋ ਹੀ ਨੀਚ ਸਨਾਤ, ਨੀਵੇਂ ਘਰ ਦਾ ਹੋ ਗਿਆ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ, ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰੋ ਬਿਪਤ। ਆਏ ਬਿਪਤਾ, ਕਦੀ ਆਣ ਕੇ ਅਰਦਾਸ ਕੀਤੀ ਮੇਰੇ 'ਤੇ ਆ ਬਿਪਤਾ ਆਣ ਪਈ, ਮੈਂ ਮਾੜਾ ਸੋਚੀ ਜਾਂਦਾ, ਮੈਂ ਤਾਂ ਪੁੱਠਾ ਸੋਚੀ ਜਾਂਦਾ, ਮੈਂ ਤਾਂ ਚੰਗਾ ਸੋਚਦਾ ਹੀ ਨਹੀਂ। ਸੋਚ ਸੁਭਾਵਕ ਹੈ, ਜੋ ਸੋਚੇਗਾ ਉਹ ਕਰੇਗਾ ਵੀ ਜ਼ਰੂਰ। ਹੁਣ ਜਿਹੜੇ ਕਹਿੰਦੇ ਨੇ ਜੀ ਮੇਰੇ ਮਨ ਦੀ ਸਿੱਖੀ ਤਾਂ ਪੂਰੀ ਹੈ, ਜੇ ਮਨ 'ਚ ਹੋਏਗਾ ਤਾਂ ਤਨ ਚੰਗੇ ਕੰਮ ਕਰੇਗਾ। ਅਵਾ 'ਚ ਪੱਕੀ ਗੱਲ, ਜੋ ਬੀਜਿਆ ਜਾਂਦਾ ਉੱਗਦਾ ਜ਼ਰੂਰ ਹੈ, ਜੋ ਧਰਤੀ ਦੇ ਥੱਲੇ ਬੀਜਿਆ ਉੱਗੇਗਾ ਜ਼ਰੂਰ ਨਾ। ਜਿਹੜੇ ਕਹਿੰਦੇ ਜੀ ਮਨ ਮੇਰਾ ਬੜਾ ਵਧੀਆ, ਇਹ ਕਿੱਦਾਂ ਵੇਖਾਂਗੇ ਮਨ ਜੀ, ਕਿੱਦਾਂ ਪਤਾ ਲੱਗੂ ਜੀ ਮਨ ਵਧੀਆ ਹੈ ਜੀ, ਕਸਵੱਟੀ ਹੈ ਕੋਈ? ਕੰਮਾਂ ਤੋਂ ਤਾਂ ਮਨ ਦਾ ਪਤਾ ਲੱਗਣਾ, ਕੰਮ ਤੇਰੇ ਪੁੱਠੇ ਨੇ ਮਨ ਮੇਰਾ ਸਾਫ਼ ਹੈ। ਕਿਉਂ ਸਾਧ ਸਿੰਘ ਜੀ, ਕੰਮ ਮੈਂ ਪੁੱਠੇ ਕਰਦਾ ਅਤੇ ਮਨ ਮੇਰਾ ਉਹ ਭਲਿਆ, ਜੋ ਅੰਦਰ ਹੈ ਉਹ ਕੰਮਾਂ ਦੁਆਰਾ ਪ੍ਰਗਟ ਹੋਣਾ ਹੈ। ਜੇ ਜਿਹੜੇ ਤੇਰੇ ਕਰਮ ਨੇ ਨਾ, ਜਿਹੜੇ ਤੇਰੇ ਕੰਮ ਨੇ, ਉਹ ਕੰਮ ਦੱਸਦੇ ਅੰਦਰ ਕੀ ਹੈ,
ਜੋ ਜੀ ਹੋਏ ਸੋ ਉਗੋ ਹੈ। ਜੋ ਜੀ 'ਚ ਹੁੰਦਾ ਉਹ ਉਗੋ ਪੈਂਦਾ, ਜੋ ਅੰਦਰ ਹੁੰਦਾ ਉਹ ਬਾਹਰ ਆਉਂਦਾ, ਅਵੱਛ ਆਉਂਦਾ। ਇਸ ਕਰਕੇ ਅੰਦਰ ਚੰਗਾ ਬੀਜ ਪਹਿਲਾਂ ਤਾਂ ਖਿਆਲ ਲੈ ਕੇ ਆ, ਪਹਿਲਾਂ ਆਪਣੇ ਅੰਦਰ ਦੇ ਵਿਚਾਰ ਸ਼ੁਭ ਕਰ, ਸ਼ੁਭ ਵਿਚਾਰ ਹੋਣਗੇ ਅਤੇ ਕਰਮ ਚੰਗੇ ਹੋਣਗੇ। ਕਰਮ ਜਾਣੀ ਕਿ ਕੰਮ, ਕੰਮ ਚੰਗੇ ਕਰੇਗਾ, ਚੰਗਿਆਂ ਕੰਮਾਂ ਨੂੰ ਤੂੰ ਜਨਮ ਦੇਵੇਂਗਾ। ਅਸੀਂ ਤਾਂ ਸੁਭਾਅ ਇਹ ਬਣਿਆ, ਗੁਰਦੇਵ ਪਿਤਾ ਮਹਾਰਾਜ ਨੇ ਹਵਾਲੇ ਦੇ ਦੇ ਕੇ ਸਮਝਾਇਆ, ਮਨ ਪੰਖੇਰੂ ਕਿਰਤ ਸਾਥ, ਮਨ ਪੰਛੀ ਬਣਿਆ ਪਿਆ ਅਤੇ ਕਿਰਤ ਸੁਭਾਅ ਸਾਥੀ ਬਣਿਆ ਪਿਆ। ਕਬ ਉੱਤਮ, ਕਦੀ ਉੱਤਮ ਕਬ ਨੀਚ, ਕਦੀ ਉੱਚਾ ਅਤੇ ਕਦੀ ਨੀਵਾਂ, ਕਬ ਚੰਦਨ ਕਦੀ ਚੰਦਨ, ਕਬ ਆਕ ਡੌਲ ਕਬ ਕਬ ਉੱਚੀ ਪ੍ਰੀਤ, ਕਦੀ ਬਹੁਤ ਉੱਚੀਆਂ ਖਿਆਲਾਂ, ਬਹੁਤ ਉੱਚੀ ਸੋਚ ਰੱਖਦਾ। ਇਹ ਇਹ ਮਨ ਦਾ ਸੁਭਾਅ, ਕਦੀ ਤਾਂ ਚੰਦਨ ਦੀ ਟਾਹਣੀ 'ਤੇ ਬਹਿੰਦਾ, ਕਦੀ ਅੱਕ 'ਤੇ ਜਾ ਕੇ ਜ਼ਹਿਰ ਜਿਹਾ ਪੀ ਜਾਂਦਾ ਉੱਥੋਂ। ਇਹ ਮਨ ਹੀ ਹੈ ਨਾ, ਮਨ ਦੇ ਪਲਾਰੇ, ਮਨ ਦਾ ਸੁਭਾਅ। ਕਬੂ ਜੀਅੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਮਨ ਦਾ ਸੁਭਾਅ ਹੈ। ਇਸ ਕਰਕੇ ਗੁਰਦੇਵ ਜੀ ਨੇ ਆਖਿਆ, ਮਨ ਵਿੱਚੋਂ ਕਿਵੇਂ ਸੂਤ ਕੱਢੇਗਾ? ਮਨ ਵਿੱਚ ਤਾਂ ਬੜਾ ਕੁਝ ਟਿਕਿਆ ਹੋਇਆ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ ਪਰ ਤਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ, ਨਾਨਕ ਹੰਸਾਂ ਆਦਮੀ ਬੱਧੇ ਜਮਪੁਰ ਜਾਹੇ। ਹੁਣ ਜਿਹੜਾ ਤੇਰੇ ਘਰ ਵਿੱਚ ਸੂਤਕ ਆਇਆ, ਉਹ ਤਾਂ ਤੂੰ ਬ੍ਰਾਹਮਣ ਗ੍ਰੰਥੀ ਪਾਠੀ ਲਿਆ ਕੇ ਕਢਾ ਲਵੇਂਗਾ, ਇਹ ਵੀ ਹੈ ਨਹੀਂ ਪਰ ਤੂੰ ਮੰਨਦਾ ਹੈ। ਪਰ ਜਿਹੜਾ ਸੁਰਤ ਵਿੱਚ ਸੂਤਕ ਆਇਆ, ਉਹ ਤੈਨੂੰ ਆਪ ਕੱਢਣਾ ਪੈਣਾ ਹੀ। ਨਾ ਉਹ 'ਚ ਮਾਂ ਨੇ ਹੈਲਪ ਕਰਨੀ ਹੈ, ਨਾ ਪਤਨੀ ਨੇ ਹੈਲਪ ਕਰਨੀ ਹੈ, ਨਾ ਪਤੀ ਨੇ ਹੈਲਪ ਕਰਨੀ, ਉਹ ਤੈਨੂੰ। ਕੋਈ ਕਿਸੇ ਦੇ ਕੰਮ ਬਦਲ ਸਕਦਾ ਜੀ? ਕੋਈ ਕਿਸੇ ਦੀਆਂ ਆਦਤਾਂ ਬਦਲ ਸਕਦਾ ਸਾਧ ਸੰਗਤ ਜੀ? ਹਰ ਇੱਕ ਨੂੰ ਆਪਣੀ ਆਦਤ ਆਪ ਬਦਲਣੀ ਪੈਣੀ ਹੈ, ਹਰ ਇੱਕ ਨੂੰ ਆਪਣਾ ਸੁਭਾਅ ਆਪ। ਤੁਸੀਂ ਕਿਸੇ ਨੂੰ ਕਹਿ ਸਕਦੇ ਹੋ, ਪਰ ਸੁਭਾਅ ਹਰ ਇੱਕ ਨੂੰ ਆਪ ਬਦਲਣਾ ਪੈਣਾ, ਆਪਣੀਆਂ ਆਦਤਾਂ ਆਪ ਚੇਂਜ ਕਰਨੀਆਂ ਪੈਣੀਆਂ। ਕੋਈ ਕਹਿ ਸਕਦਾ ਕਿਸੇ ਨੂੰ? ਸੁਭਾਅ ਆਪਣਾ ਆਪ ਬਦਲਣਾ ਪੈਣਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸ਼ੁਰੂ ਤੋਂ ਵਿਪਰਵਾਦ ਸਾਡੇ ਘਰ ਵਿੱਚ ਜਨਮ ਤੋਂ ਲੈ ਕੇ, ਉਸ ਤੋਂ ਬਾਅਦ ਸਾਡੇ ਆਨੰਦ ਕਾਰਜ ਵਿਪਰਵਾਦ ਤੋਂ ਮੁਕਤ ਨਹੀਂ। ਬੱਚੇ ਦੇ ਜਨਮ ਵੇਲੇ ਕਿੰਨੇ ਵਹਿਮ ਕੀਤੇ ਜਾਂਦੇ ਨੇ, ਕਿੰਨੇ ਕਿੰਨੇ ਪ੍ਰਕਾਰ ਦੇ ਭਰਮ ਅਸੀਂ ਕਰਦੇ ਹਾਂ। ਤੁਸੀਂ ਕਦੀ ਆਪਣੇ ਪਰਿਵਾਰਾਂ 'ਚ ਨੋਟ ਕਰਕੇ ਵੇਖੋ, ਹੁਣ ਤਾਂ ਐਜੂਕੇਸ਼ਨ ਦਾ ਯੁੱਗ ਹੈ, ਬੱਚੇ ਪੜ੍ਹ ਲਿਖ ਗਏ ਸਾਡੇ, ਹੁਣ ਤਾਂ ਜਦੋਂ ਬੱਚਾ ਹੋਸਪਿਟਲ ਜਨਮ ਲੈਂਦਾ, ਕਦੀ ਵੇਖੋ ਉਸੇ ਬੈੱਡ ਉੱਤੇ, ਉਸੇ ਮੰਜੇ ਦੇ ਉੱਤੇ ਮਰੀਜ਼ ਦੀ ਡੈਥ ਹੁੰਦੀ ਹੈ। ਗੱਦਾ ਉਹੀ ਹੈ, ਸਿਰਫ ਬੈੱਡ ਸ਼ੀਟ ਚੇਂਜ ਕਰਦੇ ਨੇ। ਜੋ ਮਰੀਜ਼ ਨਵਾਂ ਆਉਂਦਾ, ਬੈੱਡ ਸ਼ੀਟ ਚੇਂਜ ਹੁੰਦੀ ਹੈ, ਗੱਦਾ ਉਹ ਹੈ, ਬੈੱਡ ਉਹ ਹੈ, ਨਰਸ ਅਤੇ ਡਾਕਟਰ ਦੇ ਹੱਥ ਉਹ ਹੀ ਨੇ। ਉਹਨਾਂ ਦੇ ਹੱਥਾਂ ਵਿੱਚ ਮਰੀਜ਼ 2 ਘੰਟੇ ਪਹਿਲਾਂ ਦਮ ਤੋੜਦਾ, 2 ਘੰਟੇ ਪਹਿਲਾਂ ਉਹਦੇ ਹੱਥਾਂ 'ਚ ਮਰੀਜ਼ ਦਮ ਤੋੜਦਾ, ਅਤੇ ਉਹਨਾਂ ਦੇ ਹੱਥਾਂ ਦੇ ਨਾਲ ਹੀ ਇੱਕ ਬੱਚਾ ਬੱਚੀ ਜਨਮ ਲੈਂਦੇ ਨੇ। ਕਿਉਂ ਸਾਧ ਸੰਗਤ ਜੀ? ਮੜੀਆਂ ਵਿੱਚੋਂ ਕੋਈ ਸਾਡੇ ਘਰ ਆ ਜੇ, ਅਸੀਂ ਕਹਿਣਾ ਹਾਏ ਉਹ ਮੜੀਆਂ 'ਚੋਂ ਆ ਗਿਆ, ਧਿਆਨ ਲੈਣਾ ਸਾਡਾ ਰੋਂਦਾ। ਅਤੇ ਜੇ ਸਾਨੂੰ ਇਹ ਪਤਾ ਲੱਗ ਜਾਵੇ ਵੀ ਇਸੇ ਡਾਕਟਰ, ਇਸੇ ਨਰਸ ਦੇ ਹੱਥ ਇੱਕ ਮਰੀਜ਼ ਨੇ ਦਮ ਤੋੜਿਆ 5-10 ਘੰਟਾ ਪਹਿਲਾਂ, ਹੋ ਸਕਦਾ ਅਸੀਂ ਕਹੀਏ ਇਸ਼ਨਾਨ ਕਰਕੇ ਆਓ ਪਹਿਲਾਂ ਡਾਕਟਰ ਸਾਹਿਬ। ਕਿਉਂ ਸਾਧ ਸੰਗਤ ਜੀ? ਅਸੀਂ ਤਾਂ ਕਹਿ ਦੇਣਾ ਇਸ਼ਨਾਨ ਕਰਕੇ ਆਓ। ਅਤੇ ਇੱਦਾਂ ਦਿਹਾੜੀ ਵਿੱਚ ਕਿੰਨੀ ਵਾਰ ਕੋਈ ਚੜ੍ਹਾਈ ਕਰਦਾ, ਕੋਈ ਜੰਮਦਾ, ਕੋਈ ਮਰਦਾ, ਉਹ ਤਾਂ ਵਿਚਾਰੇ ਰੋਜ਼ ਇਸ਼ਨਾਨ ਹੀ ਕਰਨ 'ਤੇ ਰਹਿਣ ਦਿਹਾੜੀ ਦੇ 15-15 ਵਾਰ ਹੋਵੇ, ਨਾਲੇ ਸਰਦੀਆਂ, ਨਾਲੇ ਕੈਨੇਡਾ ਅਮੈਰੀਕਾ ਜਿੱਥੇ ਸਨੋਅ 2-2-3-3 ਫੁੱਟ ਚੜ੍ਹ ਜਾਂਦੀ ਹੈ, ਬਰਫ਼ ਦੇ ਢੇਰ ਲੱਗ ਜਾਂਦੇ ਨੇ ਉਹਨਾਂ ਥਾਵਾਂ 'ਤੇ, ਅੰਦਾਜ਼ਾ ਲਾ ਕੇ ਵੇਖੋ। ਅਸੀਂ ਆਪਣੀ, ਮਾਫ਼ ਕਰਨਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆ, ਕਿਸੇ ਇੱਕ ਸਟੇਟ, ਇੱਕ ਕੰਟਰੀ ਵਾਸਤੇ ਨਹੀਂ, ਇਹ ਸਮੁੱਚੀ ਕਹਿ, ਇਹਨੂੰ ਆਖਿਆ ਸੀ ਜਹਰ ਪੀਰ,
ਜਗਤ ਕੌਰ ਬਾਬਾ, ਇਹ ਜਗਤ ਦਾ ਬਾਬਾ ਆ। ਇਹ ਕੇਵਲ ਪੰਜਾਬ ਦਾ, ਹਰਿਆਣੇ ਦਾ, ਦਿੱਲੀ ਦਾ, ਮਹਾਰਾਸ਼ਟਰ ਦਾ, ਭਾਰਤ ਦਾ ਨਹੀਂ, ਸਮੁੱਚੀ ਕਾਇਨਾਤ ਦੀ ਗੱਲ ਕੀਤੀ ਹੈ। ਹਰ ਦੁਨੀਆ ਦੇ ਕੋਨੇ ਕੋਨੇ 'ਚ ਵਸਣ ਵਾਲੇ ਮਨੁੱਖ ਦੀ ਅਗਵਾਈ ਕਰਦਾ ਇਹ ਗਿਆਨ। ਅਸੀਂ ਤਾਂ ਆਪਣੇ ਤੱਕ ਹੁਣ ਤਾਂ ਹਾਲਾਤ ਇਹ ਬਣ ਗਈ ਆ ਵੀ ਅਸੀਂ ਤਾਂ ਜਿਹੜੇ ਨਿੱਜੀ ਨਿੱਜੀ ਆਪਣੇ ਆਪਣੇ ਬਾਬੇ ਗਾਉਣ ਲੱਗ ਪਏ, ਜਿਹੜਾ ਸਾਰਿਆਂ ਦਾ ਜਗਤ ਬਾਬਾ ਸੀ ਉਹ ਅਸੀਂ ਛੱਡ ਬੈਠੇ। ਘਰ ਘਰ ਬਾਬਾ ਗਾ ਵੀ ਹੈ, ਭਾਈ ਗੁਰਦਾਸ ਜੀ ਕਹਿੰਦੇ ਕਦੀ ਘਰ ਘਰ ਬਾਬਾ ਗਾਇਆ ਜਾਂਦਾ ਸੀ। ਵੈਸੇ ਗਾਏ ਤਾਂ ਅੱਜ ਵੀ ਬਾਬੇ ਜਾਂਦੇ ਘਰ ਘਰ, ਪਰ ਅੱਜ ਕਿਹੜੇ ਗਾਏ ਜਾਂਦੇ ਜੀ? ਮਾਝੇ ਵਾਲਿਆਂ ਦੇ ਆਪਣੇ ਗਾਏ ਜਾਂਦੇ ਆ, ਮਾਲਵੇ ਵਾਲਿਆਂ ਦੇ ਆਪਣੇ ਗਾਏ ਜਾਂਦੇ, ਅਤੇ ਦੁਆਬੇ ਵਾਲਿਆਂ ਦੇ ਬੋਲੋ ਜੀ ਆਪਣੇ ਗਾਏ ਜਾਂਦੇ ਆ। ਪਰ ਸਾਡਾ ਸਾਰਿਆਂ ਦਾ ਸਾਂਝਾ ਬਾਬਾ ਸੀ ਜਾਹਰ ਪੀਰ ਜਗਤ ਗੁਰ ਬਾਬਾ। ਬਾਬਿਆਂ ਦੀਆਂ ਫੋਟੋਆਂ ਲਾਈਆਂ, ਫਿਲਮੀ ਐਕਟਰਾਂ ਦੀਆਂ ਤਰ੍ਹਾਂ ਵੱਖਰੀਆਂ ਵੱਖਰੀਆਂ, ਕੋਈ ਕਾਰ ਦੇ ਹੱਥ ਰੱਖ ਕੇ ਖਲੋਤਾ, ਕੋਈ ਨੂੰ ਪਿੱਛੋਂ ਸੂਰਜ ਦਾ ਚਾਨਣ ਹੋ ਰਿਹਾ, ਕੋਈ ਮੋਰ ਦੇ ਖੰਭ ਲਾ ਕੇ ਖਲੋਤਾ, ਕੋਈ ਸ਼ੇਰ ਦੀ ਖਾਲ ਉੱਤੇ ਚੌਂਕੜਾ ਮਾਰ ਕੇ ਬੈਠਾ, ਕੋਈ ਹਿਰਨ ਦੀ ਖਾਲ ਉੱਤੇ ਆਣ ਕੇ ਬੈਠਾ। ਅੰਦਾਜ਼ਾ ਲਾ ਕੇ ਵੇਖੋ ਸਾਡੇ ਹਾਲਾਤ ਕਿਹੜੇ ਬਣੇ ਪਏ ਨੇ। ਤਰ੍ਹਾਂ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਫੋਟੋਆਂ ਲਾ ਕੇ ਆਪਣੇ ਘਰਾਂ 'ਚ ਆਲੇ ਬਣਾਏ ਹੋਏ ਨੇ, ਘਰਾਂ 'ਚ ਮੰਦਰ ਬਣਾਏ ਹੋਏ ਨੇ, ਅੱਗੇ ਦੀਵੇ ਜਗਾਏ ਹੋਏ ਨੇ, ਅੱਗੇ ਲਾਈਟਾਂ ਲਾਈਆਂ ਹੋਈਆਂ ਨੇ, ਸਵੇਰੇ ਉੱਠ ਕੇ ਉਹਨਾਂ ਗਾੜੀ ਮੱਥੇ ਟੇਕਦੇ ਹਾਂ, ਬਾਬਾ ਜੀ ਸਾਨੂੰ ਸ਼ਕਤੀ ਬਖਸ਼ੋ, ਤਾਂ ਸਾਡੇ 'ਤੇ ਦਇਆ ਕਰੋ, ਸਾਡੇ 'ਤੇ ਤੁੱਠੋ। ਉਹਨਾਂ ਅੱਗੇ ਜੋਤਾਂ ਜਗ ਰਹੀਆਂ ਨੇ, ਜਿਹੜੀਆਂ ਰੱਬ ਦੀਆਂ ਜੋਤਾਂ ਬੁਝਾ ਜਾਏ ਹਾਂ ਅਤੇ ਘਿਓ ਦੀਆਂ ਜੋਤਾਂ ਜਗਾ ਰਹੇ ਹਾਂ। ਸਾਨੂੰ ਕੌਣ ਆਖੇਗਾ ਜੀ? ਸਾਨੂੰ ਅਕਲ ਦੇ ਕੇ ਜਾਏਗਾ ਕਿੱਥੇ ਜੀ? ਸਾਨੂੰ ਕੋਈ ਅਕਲ ਵੰਡ ਕੇ ਜਾਏਗਾ ਕਿੱਥੇ? ਅਸੀਂ ਤਾਂ ਅਕਲ ਵਾਲਿਆਂ ਦੇ ਵੈਰੀ ਹਾਂ। ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ 'ਚੋਂ ਗਿਆਨ ਦੇ ਕੇ, ਤੁਸੀਂ ਵੇਖ ਲਓ ਜਿਨ੍ਹਾਂ ਪਿੰਡਾਂ ਸ਼ਹਿਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਗ੍ਰੰਥੀ ਪ੍ਰਚਾਰਕ ਨਹੀਂ ਦਿੰਦੇ, ਉਹਨਾਂ ਦਾ ਕੋਈ ਵਿਰੋਧੀ ਨਹੀਂ। ਜਿਸ ਪਿੰਡ ਵਿੱਚ ਗ੍ਰੰਥੀ ਪ੍ਰਚਾਰਕ ਨੇ ਮਨਮਤ ਦੇ ਉਲਟ ਵਿਚਾਰ ਦੇਣੀ ਸ਼ੁਰੂ ਕਰਤੀ, ਪਿੰਡਾਂ 'ਚ ਗੱਲਾਂ ਹੋਣੀਆਂ ਸ਼ੁਰੂ ਹੋ ਜਾਣੀਆਂ। ਹੈ ਇਹ ਸ਼ਰਾਧਾਂ ਤੋਂ ਰੋਕਦਾ? ਇਹ ਸਾਨੂੰ ਮੜੀਆਂ ਤੋਂ ਰੋਕਦਾ? ਇਹ ਸਾਨੂੰ ਆਉਂਦਾ ਇੱਥੇ ਨਾ ਜਾਓ? ਉਹ ਭਲੇ ਉਹਨੇ ਕਿਹੜਾ MLA ਖਲੋਣਾ, ਉਹਨੇ ਕਿਹੜਾ MP ਖਲੋਣਾ? ਉਹ ਤੁਹਾਨੂੰ ਗਿਆਨ ਦੇ ਰਿਹਾ, ਉਹ ਤੁਹਾਨੂੰ ਦੱਸ ਰਿਹਾ। ਗੁਰੂ ਗ੍ਰੰਥ ਜਦੋਂ ਤੁਸੀਂ ਟੀਚਰ ਹੀ ਰੱਖਿਆ ਤਾਂ ਤੁਹਾਨੂੰ ਦੱਸੋ ਵੀ ਤਾਂ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਨਾ, ਉਹ ਤਾਂ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹ ਕੇ ਦੱਸ ਰਿਹਾ ਵੀ ਦੁਬਦਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੁੱਜੋ, ਮੜੇ ਮਸਾਣ ਨਾ ਜਾਈ। ਜੇ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹ ਕੇ ਦੱਸਦਾ, ਉਹ ਪੰਥ ਦਾ ਵਿਰੋਧੀ ਹੈ। ਜਿਹੜਾ ਬਾਬਿਆਂ ਦੀਆਂ ਤੋਤੇ ਮੈਣੇ ਦੀਆਂ ਕਹਾਣੀਆਂ ਸਾਖੀਆਂ ਸੁਣਾਉਂਦਾ, ਉਹ ਪੰਥਕ ਹੈ। ਆ ਹੋ ਰਿਹਾ ਸਾਡੀ ਕੌਮ ਦੇ ਹਾਲਾਤ। ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ, ਜਿਹੜਾ ਪਿੰਡਾਂ 'ਚ ਬੱਚਿਆਂ ਦੀਆਂ ਕਲਾਸਾਂ ਲਾਉਂਦਾ, ਲੈ ਪੁੱਠੀਆਂ ਮਤਾਂ ਦੇ ਰਿਹਾ। ਜਿਹੜੇ ਪਿੰਡਾਂ 'ਚ ਗਾਣਿਆਂ ਦੇ ਅਖਾੜੇ ਲਵਾ ਰਹੇ ਆ, ਉਹ ਬੜੇ ਵਧੀਆ ਕੰਮ ਚੱਲੀ ਜਾਂਦੇ ਨੇ। ਸਾਡੇ ਹਾਲਾਤ ਵੇਖੋ ਕੀ ਬਣੇ ਪਏ ਹਨ। ਜੇ ਕੋਈ ਪਿੰਡ ਦਾ ਨੌਜਵਾਨ ਉੱਠ ਕੇ ਗਾਣੇ ਗਾਉਣ ਲੱਗ ਪਏ, ਉਹ ਚੰਗਾ ਹੈ। ਪਿੰਡ ਵਿੱਚੋਂ ਉੱਠ ਕੇ ਗ੍ਰੰਥੀ ਪ੍ਰਚਾਰਕ ਵਧੀਆ ਵਿਚਾਰ ਵਾਲਾ ਬਣ ਜਾਏ, ਲੈ ਤਾਂ ਪੁੱਠੇ ਬੰਨੇ ਤੁਰ ਪਿਆ ਬਈ, ਇਹ ਕਿਹੜੀਆਂ ਗੱਲਾਂ ਕਰ ਰਿਹਾ ਜੀ? ਅੰਦਾਜ਼ਾ ਲਾਓ, ਅਸੀਂ ਅਸਲ ਵਿੱਚ ਯਹਿਰ ਪੀਣ ਦੇ ਆਦੀ ਹੋ ਚੁੱਕੇ ਹਾਂ। ਗੁਰਦੇਵ ਨੇ ਡੈਫੀਨੇਸ਼ਨ ਦਿੱਤੀ ਹੈ ਸਾਖਤ ਬੰਦੇ ਦੀ, ਅੰਮ੍ਰਿਤ ਕੌਰਾ। ਅੰਮ੍ਰਿਤ ਬਾਣੀ ਕੌੜੀ ਲੱਗਦੀ ਹੈ ਅਤੇ ਯਹਿਰ ਮਿੱਠੀ ਲੱਗਦੀ ਹੈ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਖਤ ਕੀ ਬੇਦ। ਆ ਸਾਖਤ ਦੀ ਡੈਫੀਨੇਸ਼ਨ ਹੈ। ਯਹਿਰ ਘੰਟਿਆਂ ਬੱਧੀ ਵੇਖ ਸਕਦੇ ਹਾਂ, ਯਹਿਰ ਘੰਟਿਆਂ ਬੱਧੀ ਸੁਣ ਸਕਦੇ ਹਾਂ, ਯਹਿਰ ਘੰਟਿਆਂ ਬੱਧੀ ਬੋਲ ਸਕਦੇ ਹਾਂ। ਅੰਮ੍ਰਿਤ ਸੁਣਨਾ ਬੋਲਣਾ ਸਾਡੇ ਵਾਸਤੇ ਬੜਾ ਔਖਾ ਹੈ। ਤੁਸੀਂ ਵੇਖ ਲਓ ਬਾਣੀ ਅੰਮ੍ਰਿਤ ਹੈ। ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਖਾਲੀ ਪੰਡਾਲਾਂ 'ਚ ਰਾਗੀ ਕੀਰਤਨ ਕਰ ਜਾਂਦੇ ਨੇ, ਖਾਲੀ ਕਮਰਿਆਂ 'ਚ ਗ੍ਰੰਥੀ ਪਾਠ ਕਰ ਜਾਂਦੇ ਨੇ। ਕਲਾਕਾਰ, ਦੁਖੀ ਦਾ ਕਲਾਕਾਰ ਹੋਵੇ, ਦੋ ਬੰਦਿਆਂ ਸਾਹਮਣੇ ਨਹੀਂ ਗਾਉਂਦਾ। ਉਹ ਕਹਿੰਦਾ ਪਹਿਲਾਂ ਖੜਾ ਭਰੋ ਮੇਰਾ, ਫਿਰ ਗਾਊਂ। ਸਧਾਰਨ ਜਿਹਾ ਲੀਡਰ, ਅਟਕਲ ਪਚੂ ਜਿਹਾ ਲੀਡਰ ਹੋਵੇ ਨਾ,
ਉਹ ਵੀ ਦੋ ਬੰਦਿਆਂ ਸਾਹਮਣੇ ਆਪਣਾ ਲੈਕਚਰ ਨਹੀਂ ਕਰਦਾ, 35 ਮਹਾਂਪੁਰਖਾਂ ਦਾ ਗਿਆਨ ਕੰਧਾਂ ਨੂੰ ਸੁਣਾ ਕੇ ਤੁਰ ਜਾਂਦੇ ਆਪਾਂ, ਕੋਈ ਕਹਿ ਕੇ ਵੇਖੇ ਸਾਨੂੰ 35 ਮਹਾਂਪੁਰਖਾਂ ਦਾ ਉਪਦੇਸ਼, ਇਹ ਉੱਦਾਂ ਕਹੀ ਜਾਣਾ ਆਵੀ ਬਾਬਾ ਨਾਨਕਾ ਆਉਣਾ ਕਿੱਥੋਂ ਅਤੇ ਵਿੱਚ ਬੈਠੇ ਸਾਡੇ ਆਉਣਗੇ ਤਾਂ ਜੇ ਗਏ ਹੋਣਗੇ, ਉਹ ਤਾਂ ਜਹਰ ਪੀਰ ਜਗਤ ਗੁਰ ਬਾਬਾ ਸਾਡੇ ਵਿੱਚ ਬੈਠੇ, ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ, ਆਵਾਜ਼ਾਂ ਮਾਰੀਏ ਤਾਂ ਜੇ ਗਏ ਹੋਣ, ਉਹ ਤਾਂ ਵਿੱਚੋਂ ਬੈਠੇ ਆਉਂਦੇ ਉਹ ਭਲਿਓ, ਮੈਂ ਆਉਣਾ ਆਉਣਾ ਕਿੱਥੋਂ ਹਾਂ, ਮੈਂ ਤਾਂ ਤੁਹਾਡੇ ਵਿੱਚ ਬੈਠਾ, ਤੁਸੀਂ ਤਾਂ ਮੇਰੀ ਸੁਣਦੇ ਹੀ ਨਹੀਂ। ਹੁਣ ਘਰ 'ਚ ਬੈਠਾ ਹੋਵੇ ਬਾਪੂ ਤਾਂ ਆਪਾਂ ਜ਼ੋਰ ਜ਼ੋਰ ਨਾਲ ਆਵਾਜ਼ਾਂ ਮਾਰੀ ਜਾਈਏ, ਅਤੇ ਬਾਪੂ ਕਹੇ ਕਮਲਿਆ ਮੈਂ ਤਾਂ ਤੇਰੇ ਕੋਲ ਬੈਠਾ, ਤੂੰ ਸੁਣਦਾ ਹੀ ਨਹੀਂ ਮੇਰੇ ਕੋਲੋਂ, ਤੂੰ ਤਾਂ ਪਿੰਡ ਵਿੱਚੋਂ ਲਿਆ ਕੇ ਬੰਦਾ ਉਹਦੇ ਕੋਲੋਂ ਮਤਾਂ ਲੈਂਦਾ ਫਿਰਦਾ। ਇੰਝ ਨਹੀਂ ਹੋ ਰਿਹਾ ਪਿੰਡ 'ਚ, ਘਰ 'ਚ ਸਿਆਣਾ ਬਾਪੂ ਹੋਵੇ ਜਿਹਦੇ ਕੋਲੋਂ ਲੋਕ ਸਲਾਹਾਂ ਲੈ ਕੇ ਤੁਰਨ, ਉਹ ਘਰ 'ਚ ਬੈਠਾ ਹੋਵੇ ਅਤੇ ਪਿੰਡ ਵਿੱਚੋਂ ਸਧਾਰਨ ਜਿਹਾ ਬੰਦਾ ਲਿਆ ਕੇ ਉਹਦੇ ਕੋਲੋਂ ਸਲਾਹਾਂ ਲੈਂਦੇ ਫਿਰੀ, ਅੱਛਾ ਵਿਆਹ ਕਿੱਦਾਂ ਕਰੀਏ ਫਿਰ ਅਸੀਂ। ਇੰਝ ਨਹੀਂ ਹੋ ਰਿਹਾ 35 ਮਹਾਂਪੁਰਖਾਂ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਕੋਲ ਇੱਕ ਸਧਾਰਨ ਜਿਹੇ ਬਾਬੇ ਨੂੰ ਲਿਆ ਕੇ ਉਹਦੇ ਗਾੜੀ ਸਾਰਾ ਟੱਬਰ ਮੱਥੇ ਟੇਕ ਰਿਹਾ, ਅਤੇ ਮਹਾਰਾਜ ਵਿੱਚ ਬਾਬਾ ਕਬੀਰ ਜੀ ਬੈਠੇ ਵੇਖ ਰਹੇ, ਬਾਬਾ ਇਹ ਕੀ ਹੋ ਰਿਹਾ, ਆਪਾਂ ਨੂੰ ਤਾਂ ਪੁੱਛਦਾ ਕੋਈ ਨਹੀਂ, ਇਹ ਤਾਂ ਆਪਣੀਆਂ ਆਪਣੀਆਂ ਮਰਿਆਦਾ ਚਲਾ ਰਹੇ ਨੇ ਅਤੇ ਆਪਣੇ ਮੱਥੇ ਟੇਕ ਰਹੇ ਨੇ, ਇੰਝ ਨਹੀਂ ਹੋ ਰਿਹਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਕੋਲ, ਇੰਝ ਨਹੀਂ ਹੋ ਰਿਹਾ ਵੀ ਸ਼ੋਰੂਮ ਕਿਸੇ ਹੋਰ ਦਾ ਅਤੇ ਸਮਾਨ ਕੋਈ ਹੋਰ ਵੇਚ ਰਿਹਾ, ਦੁਕਾਨ ਕਿਸੇ ਹੋਰ ਦੀ ਹੈ ਅਤੇ ਸਮਾਨ ਕੋਈ ਹੋਰ ਵੇਚ ਰਿਹਾ, ਮਹਾਰਾਜ ਦੇ ਨਾਂ 'ਤੇ ਸ਼ੋਰੂਮ ਖੋਲ੍ਹਿਆ, ਮਹਾਰਾਜ ਦੇ ਨਾਂ 'ਤੇ ਹੱਟ ਖੋਲ੍ਹਿਆ, ਅਤੇ ਸੌਦਾ ਅਗਲੇ ਆਪਣਾ ਵੇਚ ਗਏ 4-5 ਘੰਟੇ ਲਾ ਕੇ, ਉੱਥੇ ਢਾਡੀ ਵੀ ਸੱਦੇ, ਰਾਗੀ ਪ੍ਰਚਾਰਕ ਕਿਲ ਕਿਲ ਕੇ ਜ਼ੋਰ ਲਾ ਲਾ ਕੇ, ਨਹੀਂ ਸੀ ਬਾਬੇ ਨੂੰ ਜਾਣਦੇ, ਕੰਨਾਂ 'ਚ ਪਾ ਪਾ ਕੇ ਲੋਕਾਂ ਦੇ ਤੋਰ, ਤਾਂ ਬੜੇ ਕਰਨੀ ਵਾਲੇ ਮਹਾਂਪੁਰਖ ਹੋਏ ਨੇ, ਭੁਲਾ ਦਿੱਤਾ ਸਾਡੀ ਸੁਰਤ ਵਿੱਚੋਂ ਸਭ ਕੁਝ, ਬੜੀਆਂ ਮਿਰਚਾਂ ਲੱਗਦੀਆਂ ਜਦੋਂ ਇਹੋ ਜਿਹੀਆਂ ਵਿਚਾਰਾਂ ਹੁੰਦੀਆਂ ਨੇ, ਬਹੁਤ ਤਕਲੀਫ ਹੁੰਦੀ ਵੀ ਹਾਏ ਇਹ ਕਿਉਂ ਗੱਲਾਂ ਬਾਣੀ ਦੀਆਂ ਬਾਹਰ ਆ ਰਹੀਆਂ ਨੇ। ਸਾਹਿਬ ਨੇ ਉਦਾਹਰਣਾਂ ਦੇ ਦੇ ਕੇ ਸਮਝਾਇਆ, ਰੋਟੀ ਖਾਣੀ ਮਾੜੀ ਚੀਜ਼ ਨਹੀਂ, ਪੈਸਾ ਕਮਾਉਣਾ ਮਾੜੀ ਚੀਜ਼ ਨਹੀਂ, ਪਰ ਪੁੱਤ ਮਾਰ ਕੇ ਪੈਸਾ ਕਮਾਉਣਾ, ਪੈਸਾ ਤਾਂ ਦੁੱਧ ਵੇਚ ਕੇ ਵੀ ਕਮਾਇਆ ਜਾਂਦਾ, ਪਰ ਪੈਸਾ ਨਸ਼ਾ ਵੇਚ ਕੇ ਵੀ ਕਮਾਇਆ ਜਾਂਦਾ, 4-5 ਮੱਝਾਂ ਰੱਖ ਕੇ ਦੁੱਧ ਵੇਚ ਕੇ ਵੀ ਪੈਸਾ ਕਮਾਇਆ ਜਾਂਦਾ, ਉਹਦੇ ਨਾਲ ਨਿਆਣੇ ਪੜ੍ਹਾਏ ਜਾ ਸਕਦੇ ਨੇ, ਘਰ ਦਾ ਖਰਚਾ ਚੱਲਦਾ, ਕਣਕ ਵੇਚ ਕੇ, ਝੋਨਾ ਵੇਚ ਕੇ, ਮੱਕੀ, ਕਿਸਾਨ ਵੀ ਪੈਸਾ ਕਮਾਉਂਦਾ ਹੈ, ਸ਼ਹਿਰੋਂ ਸਬਜ਼ੀ ਲਿਆ ਕੇ ਪਿੰਡਾਂ 'ਚ ਵੇਚਦਾ ਵਪਾਰੀ, ਉਹ ਵੀ ਪੈਸਾ ਕਮਾਉਂਦਾ, ਪੈਸਾ ਨਸ਼ਾ ਵੇਚ ਕੇ ਵੀ ਕਮਾਇਆ ਜਾਂਦਾ, ਜ਼ਹਿਰ ਵੇਚ ਕੇ ਵੀ ਪੈਸਾ ਕਮਾਇਆ ਜਾਂਦਾ, ਮਨਮਤ ਸੁਣਾ ਕੇ ਵੀ ਪੈਸਾ ਕਮਾਇਆ ਜਾਂਦਾ, ਗੁਰਮਤ ਸੁਣਾ ਕੇ ਵੀ ਰੋਟੀ ਖਾ ਸਕਦੇ ਹੋ ਤੁਸੀਂ, ਡਾਕਟਰ ਓਪਰੇਸ਼ਨ ਦਾ ਪੈਸਾ ਲੈਂਦਾ, ਜੇ ਇਮਾਨਦਾਰ ਨਾਲ ਸਹੀ ਇਲਾਜ ਕਰਕੇ ਪੈਸਾ ਲਵੇ ਫਿਰ ਉਹ ਪੂਜਾ ਦਾ ਭਾਨ ਨਹੀਂ, ਫਿਰ ਉਹ ਹੱਕ ਦੀ ਕਮਾਈ, ਜਦੋਂ ਗੁਰਦੇ ਕੱਢ ਕੱਢ ਕੇ ਵੇਚਦਾ ਉਦੋਂ ਉਹਦੇ ਵਾਸਤੇ ਪਾਪ ਦੀ ਕਮਾਈ ਬਣਦੀ ਹੈ, ਜੇ ਤੁਹਾਨੂੰ ਕੋਈ ਗ੍ਰੰਥੀ ਪ੍ਰਚਾਰਕ ਸਹੀ ਗੁਰਮਤ ਆਣ ਕੇ ਸੁਣਾਏ ਉਹਦੇ ਵਾਸਤੇ ਉਦੋਂ ਪੂਜਾ ਦਾ ਧਾਨ ਨਹੀਂ ਹੈ, ਹਾਂ ਉਦੋਂ ਬਣਨਾ ਹੈ ਜਦੋਂ ਲਾਗੇ ਧਾਗੇ ਵੀ ਦੇਈ ਜਾਣੇ ਆ, ਫਾਂਡੇ ਵੀ ਕਰੀ ਜਾਣੇ ਆ, ਰੱਖਾਂ ਵੀ ਦੇਈ ਜਾਣੀਆਂ ਨੇ, ਅਤੇ ਜਲ ਦੀਆਂ ਬੋਤਲਾਂ 'ਚ ਫੂਕਾਂ ਵੀ ਮਾਰੀ ਜਾਣੀਆਂ ਨੇ, ਉਦੋਂ ਕੀ ਬਣ ਜਾਣੀ ਜੀ, ਉਦੋਂ 2 ਨੰਬਰ ਦੀ ਕਮਾਈ ਬਣ ਜਾਣੀ ਹੈ, ਉਦੋਂ ਜ਼ਹਿਰ ਬਣ ਜਾਣਾ, ਉਹ ਹੈ ਜਿਹੜਾ ਸੱਚ ਦੀ ਵਿਚਾਰ ਤੋਂ ਥਿੜਕਿਆ ਹੋਇਆ ਬੰਦਾ। ਹੁਣ ਗੁਰਦੇਵ ਪਿਤਾ ਮਹਾਰਾਜ ਨੇ ਆਖਿਆ, ਕਹਿਣਗੇ ਦੀਵਾ ਹੇ ਪਰਮੇਸ਼ਰ ਜੀ ਮੇਰੇ ਵਾਸਤੇ ਤੁਹਾਡਾ ਨਾਮ ਹੈ, ਮੈਂ ਤੁਹਾਡੇ ਨਾਮ ਨੂੰ ਦੀਵਾ ਬਣਾਇਆ, ਦੀਵਾ ਮੇਰਾ ਏਕ ਨਾਮ, ਤੁਹਾਡਾ ਨਾਮ ਮੇਰੇ ਲਈ ਦੀਵਾ ਹੈ, ਮਿੱਟੀ ਦੇ ਦੀਵੇ ਦੀ ਲੋੜ ਨਹੀਂ, ਅਤੇ ਉਹਦੇ ਵਿੱਚ ਤੇਲ ਕਿਹੜਾ ਪਾਉਣਾ ਭਲਾ, ਦੁੱਖ ਵਿੱਚ ਪਾਇਆ ਤੇਲ, ਜਿਹੜੇ ਤੁਹਾਡੇ 'ਚ ਬਾਣੀ ਪੜ੍ਹਦੇ ਦੁੱਖ 'ਤੇ ਰੋਕ ਕੇ, ਭਾਵ ਦੀਵੇ ਦੇ ਵਿੱਚ ਮੈਂ ਆਪਣੇ ਦੁੱਖਾਂ ਦਾ ਤੇਲ ਪਾ ਦਿਆਂ, ਅਤੇ ਜਦੋਂ ਤੇਲ ਚਾਨਣ ਹੁੰਦਾ ਅਤੇ ਸੜਦਾ ਕੀ ਜੀ ਉਹਦੇ ਵਿੱਚੋਂ ਤੇਲ, ਜਿਉਂ ਜਿਉਂ ਚਾਨਣ ਹੋਏਗਾ ਤਿਉਂ ਤਿਉਂ ਤੇਲ ਸੜੇਗਾ, ਯਾਨੀ ਕਿ ਦੁੱਖ ਸੜਨਗੇ, ਪਿੱਛੇ ਕੀ ਰਹਿ ਜੂ, ਸੁੱਖ, ਜੇ ਦੁੱਖ ਸੜ ਗਿਆ ਕੀ ਰਹਿ ਜੂ ਪਿੱਛੇ ਜੀ, ਸੁੱਖ, ਆ ਹੈ ਨੁਕਤਾ ਸੁਖੀ ਹੋਣ ਦਾ, ਦੀਵਾ ਮੇਰਾ ਏਕ ਨਾਮ,
ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ, ਜਿਉਂ ਜਿਉਂ ਚਾਨਣ ਹੋਏਗਾ ਉਨ ਸੁੱਕਿਆ, ਉਧਰੋਂ ਚਾਨਣ ਹੋਏਗਾ ਨਾਲ ਨਾਲ ਤੇਲ ਸੁੱਕਦਾ ਜਾਣਾ। ਚੂਕਾ ਜਮ ਸਿਉ ਮੇਲ, ਜਮ ਕੀ ਇਹ ਪੰਜ ਵਕਾਰ, ਪੰਜਾਂ ਵਕਾਰਾਂ ਨਾਲੋਂ ਮੇਰਾ ਨਾਤਾ ਟੁੱਟ ਗਿਆ, ਸੰਬੰਧ ਟੁੱਟ ਗਿਆ। ਔਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ, ਉਹ ਮਾਰਦੇ ਵੀ ਆ ਮਾਰੈ ਲੁੱਟੈ ਨੀਤ ਨੀਤ, ਉਹ ਮਾਰਦੇ ਵੀ ਆ ਲੁੱਟਦੇ। ਉੱਤੇ ਪੰਜ ਆਖਿਆ, ਅੱਗੇ ਆਖਿਆ ਸ਼੍ਰੀ ਰਾਮ ਨਾਮਾ ਉੱਚਰ ਮਨਾ, ਆ ਗਏ ਜਮ ਦਲ, ਅੱਗੇ ਜਮਾਂ ਦਾ ਦਲ ਕਹਿਤਾ, ਉੱਤੇ ਪੰਜ ਕਿਹਾ, ਇੱਥੇ ਜਮਾਂ ਦਾ ਦਲ ਕਹਿ ਦਿੱਤਾ। ਪੰਜ ਵਕਾਰ ਹੀ ਜਮ ਨੇ ਜਿਹੜੇ ਬੰਦੇ ਨੂੰ ਦਿਨ ਰਾਤ ਭਜਾਈ ਫਿਰਦੇ। ਕਿਸੇ ਦੇ ਗੱਲ 'ਚ ਕਾਮ ਨੇ ਰੱਸਾ ਪਾਇਆ, ਕਿਸੇ ਦੇ ਗੱਲ 'ਚ ਕ੍ਰੋਧ ਨੇ ਰੱਸਾ ਪਾਇਆ, ਕਿਸੇ ਦੇ ਗੱਲ ਵਿੱਚ ਲਾਲਚ ਨੇ, ਲੋਭ ਨੇ ਰੱਸੀ ਪਾਈ ਹੈ, ਉਂਗਲਾਂ 'ਤੇ ਨਚਾਰਿਆ। ਪੰਜੇ ਵਕਾਰ ਜਮ ਬੰਦੇ ਨੂੰ ਆਪਣੀਆਂ ਉਂਗਲਾਂ 'ਤੇ ਨਚਾ ਰਹੇ ਨੇ, ਨੱਚੀ ਜਾ ਰਿਹਾ ਸਮਾਜ। ਹੁਣ ਸਤਿਗੁਰ ਦੀ ਬਾਣੀ ਨੇ ਤਾਂ ਹੀ ਤਾਂ ਹਵਾਲੇ ਦੇ ਦੇ ਕੇ ਸਮਝਾਇਆ, ਨੁਕਤੇ ਗੁਰਦੇਵ ਨੇ ਬੜੇ ਕੀਮਤੀ ਦਿੱਤੇ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਕਿਆ, ਚੂਕਾ ਜਮ ਸਿਉ ਮੇਲ, ਜਮ ਨਾਲੋਂ ਨਾਤਾ ਟੁੱਟ ਗਿਆ, ਪੰਜਾਂ ਨਾਲੋਂ ਲਿੰਕ ਟੁੱਟ ਗਿਆ। ਜਦੋਂ ਦਾ ਬਾਪੂ ਜੀ ਤੁਹਾਡੇ ਨਾਮ ਦੇ ਦੀਵੇ ਵਿੱਚ ਮੈਂ ਆਪਣੇ ਦੁੱਖਾਂ ਦਾ ਤੇਲ ਬਣਾ ਕੇ ਪਾਇਆ, ਉਦੋਂ ਦਾ ਮੇਰਾ ਇਹਨਾਂ ਪੰਜਾਂ ਨਾਲੋਂ ਨਾਤਾ ਟੁੱਟ ਗਿਆ। ਮੈਨੂੰ ਹੁਣ ਨਾ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਕਰਮ ਕਾਂਡ ਕਰਨ ਦੀ ਲੋੜ ਨਹੀਂ। ਪਿੰਡ ਪਤਲ ਮੇਰੀ ਕੇਸੋ, ਕਿਰਿਆ ਸੱਚ ਨਾਮ ਕਰਤਾਰ। ਜਦੋਂ ਪ੍ਰਾਣੀ ਚੜ੍ਹਾਈ ਕਰਦਾ, ਕਿੱਦਾਂ ਦੇ ਕਰਮ ਕਾਂਡ ਹੁੰਦੇ ਨੇ, ਪ੍ਰਾਣੀ ਚੜ੍ਹਾਈ ਕਰਦਾ, ਉਹਨੂੰ ਮੜੀਆਂ 'ਚ ਲੈ ਕੇ ਜਾਂਦੇ ਆ, ਜਦੋਂ ਮੜੀਆਂ ਸ਼ਮਸ਼ਾਨ ਭੂਮੀ ਅਤੇ ਘਰ ਦੇ ਦਰਮਿਆਨ ਜਦੋਂ ਲੈ ਕੇ ਜਾਂਦੇ ਆ, ਕਈਆਂ ਥਾਵਾਂ 'ਤੇ ਨਾ ਪਿੰਡਾਂ ਵਿੱਚ ਖਾਸ ਕਰਕੇ ਪੱਕੀਆਂ ਕਈਆਂ ਨੇ ਜਗ੍ਹਾ ਬਣਾਈਆਂ ਨੇ, ਜਦੋਂ ਰਸਤੇ ਜਾਣਗੇ ਅੱਧ ਵਾਟਾ ਜਿਹਨੂੰ ਕਹਿੰਦੇ ਆ, ਉਹਦੀ ਡੈੱਡ ਬੋਡੀ ਜ਼ਮੀਨ 'ਤੇ ਰੱਖਣੀ ਆ, ਇੱਕ ਭਾਂਡੇ 'ਚ ਪਾਣੀ ਪਾ ਲੈਣਾ। ਪੁਰਾਣੇ 'ਚ ਘੜੇ ਹੁੰਦੇ ਸੀ, ਹੁਣ ਤਾਂ ਗਾਗਰਾਂ ਆ ਗਈਆਂ, ਘੜੇ 'ਚ ਪਾਣੀ ਪਾਉਣਾ, ਮੁਰਦੇ ਨੂੰ ਜ਼ਮੀਨ 'ਤੇ ਰੱਖ ਕੇ, ਪਰਿਵਾਰ ਦਾ ਨਿਕਟਵਰਤੀ ਕੋਈ ਜੀ ਪਾਣੀ ਦੀ ਧਾਰ ਬੰਨ੍ਹ ਕੇ ਬੰਨੇ ਬੰਨੇ ਪਾਉਂਦਾ, ਅਤੇ ਫਿਰ ਲਾਗੇ ਬੈਠੇ ਪੁਰਾਣੇ ਬਜ਼ੁਰਗ ਜਿਹੜੇ ਖਲੋਤੇ ਹੁੰਦੇ ਨੇ, ਉਹਨੂੰ ਕਹਿਣਗੇ ਜਵਾਨਾਂ ਧਾਰ ਨਾ ਟੁੱਟਣ ਦੇਈਂ, ਉਹ ਜਿਵੇਂ ਉਹਨਾਂ ਨੇ PhD ਕੀਤੀ ਹੁੰਦੀ ਹੈ ਪਾਣੀ ਪਾਉਣ ਦੇ ਉੱਤੇ। ਜੇ ਲਾਗਿਓ ਕੋਈ ਨੌਜਵਾਨ ਪੁੱਛਦੇ ਕੋਰਸ ਕਰ ਜਿਹਨੇ ਗੁਰਮਤਿ ਦਾ ਕੀਤਾ, ਕਹਿੰਦੇ ਬਾਪੂ ਜੀ ਧਾਰ ਨਾ ਟੁੱਟਣ ਦੀ ਕੀ ਮਤਲਬ? ਨਹੀਂ ਜੀ, ਪੁਰਾਣੇ ਸਮੇਂ ਚੱਲਦਾ ਆ ਰਿਹਾ, ਪਾਣੀ ਦੀ ਧਾਰ ਨਹੀਂ ਟੁੱਟਣ ਦੇਣੀ। ਮੁਰਦੇ ਨੂੰ ਜ਼ਮੀਨ 'ਤੇ ਰੱਖ ਕੇ ਬੰਨੇ ਬੰਨੇ ਜ਼ੋਰ, ਪਾਣੀ ਦੀ ਪੂਰੀ ਧਾਰ ਬੰਨੇ ਬੰਨੇ ਲਿਆ ਕੇ ਜ਼ੋਰ ਨਾਲ ਸਿਰ ਵਾਲੇ ਬੰਨੇ ਭਾਂਡਾ ਭੰਨਣਾ, ਫਿਰ ਉਹਨੂੰ ਘੁਮਾਉਣਾ ਮੁਰਦੇ ਨੂੰ, ਫਿਰ ਮੜੀਆਂ ਵਾਲੇ ਬੰਨੇ ਲੈ ਜਾਣਾ। ਹੁਣ ਇਹ ਗਰੁੜ ਪੁਰਾਣ ਗ੍ਰੰਥ 'ਚ ਲਿਖਿਆ, ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਲਿਖਿਆ ਇਹ ਕੰਮ ਕਰਨਾ। ਗਰੁੜ ਪੁਰਾਣ ਗ੍ਰੰਥ ਦੀ ਦੇਣ ਹੈ। ਗਰੁੜ ਇੱਕ ਪੰਛੀ ਹੈ ਜਿਹੜਾ ਵਿਸ਼ਨੂੰ 'ਤੇ ਸਵਾਲ ਕਰਦਾ। 16 ਅਧਿਆਏ ਨੇ ਗਰੁੜ ਪੁਰਾਣ ਗ੍ਰੰਥ ਦੇ, ਪੰਜਾਬੀ 'ਚ ਹੁਣ ਅਨੁਵਾਦ ਹੋ ਗਿਆ, ਲੈ ਕੇ ਪੜ੍ਹ ਲਿਓ, ਉਹਨੂੰ ਪੜ੍ਹਿਓ। 3-4 ਅਧਿਆਏ ਪੜ੍ਹਨ ਤੋਂ ਬਾਅਦ ਇੰਝ ਲੱਗਣਾ ਜਿੰਨੇ ਸਿੱਖ ਆਪਣੇ ਘਰਾਂ 'ਚ ਕੰਮ ਕਰ ਰਹੇ ਸਾਰੇ ਗਰੁੜ ਪੁਰਾਣ ਗ੍ਰੰਥ ਮੁਤਾਬਕ ਕਰ ਰਹੇ ਆ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਰਹੇ ਆ, ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਗੱਲ ਘਰ 'ਚ ਲਾਗੂ ਨਹੀਂ ਕੀਤੀ ਅਸੀਂ। ਅਗਲੇ ਜ਼ੋਰ ਜ਼ੋਰ ਨਾਲ ਭਾਂਡਾ ਲੈ ਆਓ, ਮਖਾਣੇ ਲੈ ਆਓ, ਜੇ ਬਾਪੂ ਮਰਿਆ ਤਾਂ ਪਕਾਨੇ ਬੰਨ੍ਹ ਲਓ, ਉੱਤੇ ਫੁੱਲ ਝੜੀਆਂ ਲਾ ਲਓ, ਖੁਸ਼ੀ ਮਨਾਉਣੀ ਆ, ਚਾਅ ਕਰਨੇ। ਫਿਰ ਉਦੋਂ ਫਿਰ ਹੋਰ ਨਵੇਂ ਰਿਵਾਜ਼ ਚੱਲ ਪਏ, ਬਾਪੂ ਮਰਦਾ ਅਤੇ ਜਿਹੜੇ ਘਰ 'ਚ ਪੋਤਰੇ ਹੁੰਦੇ ਉਹਨਾਂ ਦੇ ਸਹੁਰਿਆਂ ਨੂੰ ਫਿਕਰ ਪਿਆ ਹੁੰਦਾ, ਕਿਉਂ ਜੀ ਕੂਲਰ ਲਿਆਉਣਾ, ਬਾਪੂ ਸਾਡਾ ਮਰ ਗਿਆ, ਸਿਆਪਾ ਪਾਤਾ ਉਹਨਾਂ ਨੂੰ। ਸਾਰੀ ਜ਼ਿੰਦਗੀ ਕਮਾਈ ਕਰਦੀ ਰਹਿੰਦੀ ਹੈ ਮਾਂ, ਸਾਰੀ ਜ਼ਿੰਦਗੀ, ਖੱਫਣ ਕਿੱਥੋਂ ਆਉਂਦਾ ਜੀ? ਇਮਾਨਦਾਰੀ ਨਾਲ ਦੱਸਿਓ, ਬੋਲੋ ਜੀ।
ਨੌਂ ਘਸ ਗਏ ਵਿਚਾਰੀ ਦੇ ਨੌਂ, ਪੰਜਾਂ ਕਿੱਲਿਆਂ ਤੋਂ 50 ਕਿੱਲੇ ਜ਼ਮੀਨ ਬਣਾ ਦਿੱਤੀ ਰੋਟੀਆਂ ਪਕਾ ਪਕਾ ਕੇ 50-50 ਬੰਦਿਆਂ ਦੀਆਂ। ਪਰ ਜਦੋਂ ਮਰਨਾ ਸੀ 4 ਮੀਟਰ ਕੱਪੜਾ ਨਹੀਂ ਇਸ ਘਰ 'ਚੋਂ ਨਸੀਬ ਹੋਇਆ। ਇਹੋ ਜਿਹੀ ਪੁਜਾਰੀ ਨੇ ਚਾਲ ਬਣਾਈ, ਉਹ ਵੀ ਪੇਕੇ ਲੈ ਕੇ ਆਉਣ। ਕਿਉਂ ਲੈ ਕੇ ਆਉਣ ਬਈ? ਜਿਸ ਮਾਂ ਨੇ ਇਸ ਘਰ ਨੂੰ, ਘਰ ਦੀ ਗਰੀਬੀ ਝਾੜੂ ਨਾ ਹੂੰਝ ਕੇ ਇਸ ਘਰ ਦੀਆਂ ਨੀਹਾਂ ਪੱਕੀਆਂ ਕੀਤੀਆਂ, ਅੱਜ ਉਹਨੂੰ 2 ਗਜ਼ ਦਾ ਕੱਪੜਾ ਵੀ ਇਸ ਘਰ 'ਚੋਂ ਨਸੀਬ ਨਹੀਂ। ਇਹਨਾਂ ਰੀਤਾਂ ਨੂੰ ਸਾੜ ਦਿਓ। ਗੁਰਦੇਵ ਨੇ ਆਖਿਆ ਸੀ ਜਾਲੋਂ ਵੈ ਸੀ ਰੀਤ, ਇਹਨਾਂ ਰੀਤਾਂ ਨੂੰ ਸਾੜੋ। ਜਿੱਤ ਮੈਂ ਪਿਆਰਾ ਵਿਸਰੈ, ਅੱਗ ਲਾ ਕੇ ਸਾੜ ਦਿਓ ਇਹਨਾਂ ਰੀਤਾਂ ਨੂੰ, ਜਿਹੜੀਆਂ ਰੀਤਾਂ ਨੇ ਰੱਬ ਭੁਲਾ ਦਿੱਤਾ। ਰੱਬ ਕਿੱਥੇ ਸੀ ਮਾਨਵਤਾ ਵਿੱਚ? ਤੁਸੀਂ ਬੰਦਿਆਂ ਦੇ ਵਿੱਚੋਂ ਰੱਬ ਵੇਖਣਾ ਹੀ ਭੁੱਲ ਗਏ। ਕਹਿਣ ਲੱਗੇ ਸਾੜ ਦਿਓ ਇਹਨਾਂ ਰੀਤਾਂ ਨੂੰ। ਜਾਲੋਂ ਵੈ ਸੀ ਰੀਤ, ਜਿੱਤ ਮੈਂ ਪਿਆਰਾ ਵਿਸਰੈ, ਸਾਈ ਫਲੀ ਪ੍ਰੀਤ, ਜਿੱਤ ਸਾਹਿਬ ਸੇਤੀ ਪਾਤਰ ਹੈ। ਹੁਣ ਇਹ ਤੁਕਾਂ ਆਪਣੇ ਘਰਾਂ 'ਚ ਲਿਖ ਕੇ ਲਾਈਆਂ ਹੁੰਦੀਆਂ, ਸਾਨੂੰ ਚੇਤਾ ਆਉਂਦਾ। ਰੱਬ ਕੁੜਮ 'ਚੋਂ ਵੇਖਣਾ, ਰੱਬ ਕੁੜਮਣੀ 'ਚੋਂ ਵੇਖਣਾ, ਰੱਬ ਪਤਨੀ 'ਚੋਂ ਵੇਖਣਾ, ਰੱਬ ਪਤੀ 'ਚੋਂ ਵੇਖਣਾ, ਰੱਬ ਧੀ 'ਚੋਂ ਵੇਖਣਾ, ਰੱਬ ਦਾਦੇ 'ਚੋਂ ਵੇਖਣਾ, ਰੱਬ ਦਾਦੀ 'ਚੋਂ ਵੇਖਣਾ। ਅਤੇ ਜਿਨ੍ਹਾਂ ਨੂੰ ਇਹ 'ਚੋਂ ਨਹੀਂ ਦੱਸਿਆ, ਬਾਹਰੋਂ ਦੱਸਣਾ ਵੀ ਕਿਤੇ ਉਹਨੇ, ਕਿਤੇ ਉਹਨੇ ਦੱਸਣਾ, ਜਿੱਥੇ ਮਰਜ਼ੀ ਭੱਜਾ ਫਿਰ। ਭਾਈ ਗੁਰਦਾਸ ਨੇ ਲਿਖਿਆ, ਮਾਂ ਪਿਓ ਪਰ ਹਰ ਸੁਣੈ ਵੇਦ, ਮਾਂ ਪਿਓ ਛੱਡ ਦਿੱਤਾ ਅਤੇ ਸੁਣੀ ਜਾ ਵੇਦ, ਸੁਣੀ ਜਾ ਸਹਿਜ ਪਾਠ, ਕਰੀ ਜਾ ਅਖੰਡ ਪਾਠ ਜਿੰਨੇ ਮਰਜ਼ੀ। ਮਾਂ ਪਿਓ ਤਾਂ ਵਿਚਾਰੇ ਰੋਟੀ ਨੂੰ ਤਰਸਦੇ ਫਿਰਦੇ ਨੇ। ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ, ਤੇਰੇ ਵਾਸਤੇ ਜਿੰਨੇ ਮਰਜ਼ੀ ਕੀਤੇ ਪਾਠ ਕਥਾ ਕਹਾਣੀਆਂ, ਜਿੰਨੇ ਕੀਰਤਨ, ਤੇਰੇ ਵਾਸਤੇ ਇੱਕ ਕਹਾਣੀ ਤੋਂ ਵੱਧ ਕੇ ਕੁਝ ਨਹੀਂ। ਤੂੰ ਤਾਂ ਮਨੋਰੰਜਨ ਦਾ ਸਾਧਨ ਬਣਾਇਆ ਇਹਨੂੰ। ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੈ ਤਪ, ਮਾਂ ਪਿਓ ਨੂੰ ਛੱਡ ਕੇ ਤਪ ਕਰਦਾ ਫਿਰਦਾ, ਕਦੀ ਭੋਰਿਆਂ 'ਚ ਬਹਿੰਦਾ, ਕਦੀ ਪੁੱਠਾ ਲਟਕਦਾ ਹੈ, ਕਦੀ ਰੁੱਖਾਂ ਦੇ ਨਾਲ ਲਮਕਦਾ, ਕਦੀ ਠੰਡਿਆਂ ਪਾਣੀਆਂ 'ਚ ਖਲੋਨਾ, ਕਦੀ ਅੱਗ ਦੁਆਲੇ ਬਹਿੰਦਾ, ਮਾਂ ਪਿਓ ਛੱਡ ਬੈਠਾ। ਜਿਸ ਮਾਂ ਨੇ ਜੰਮਿਆ ਸੀ, ਜਿਸ ਮਾਂ ਨੇ ਏਡਾ ਵੱਡਾ ਤਪ ਕੀਤਾ, 9 ਮਹੀਨੇ ਕੁੱਖ 'ਚ ਰੱਖਿਆ, ਖੱਟੇ ਮਿੱਠੇ ਦਾ ਪਰਹੇਜ਼ ਕੀਤਾ, ਆਪ ਗਿੱਲਿਆਂ ਥਾਵਾਂ 'ਤੇ ਪੈ ਕੇ ਤੈਨੂੰ ਸੁੱਕਿਆਂ ਥਾਵਾਂ 'ਤੇ ਪਾਇਆ, ਉਸ ਮਾਂ ਨੂੰ ਛੱਡ ਕੇ ਕਿਹੜੇ ਤਪ ਕਰਦਾ ਫਿਰਦਾ ਬਈ ਤੂੰ? ਮਾਂ ਪਿਓ ਪਰ ਹਰ ਕਰੈ ਤਪ, ਵਣ ਖੰਡ ਪੁੱਲਾ ਫਿਰੈ ਬੇਬਾਣੀ, ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵਾ ਨਾ ਸੇਵ ਕਮਾਣੀ। ਮਾਂ ਪਿਓ ਘਰ ਬੈਠਾ ਯਾਤਰਾ, ਕੋਈ ਨੈਣਾ ਦੇਵੀ ਦੀ ਕਰਦਾ ਫਿਰਦਾ, ਕੋਈ ਅਨੰਦਪੁਰ ਸਾਹਿਬ ਦੀ ਕਰਦਾ, ਕਰਨੀ ਮਾੜੀ ਨਹੀਂ, ਪਰ ਜੇ ਮਾਂ ਪਾਣੀ ਦੇ ਗਲਾਸ ਨੂੰ ਤੜਫਦੀ, ਤੇਰੀਆਂ ਛਬੀਲਾਂ ਲਾਈਆਂ ਕੀ ਆਉਂਦੀਆਂ? ਘਰ ਬਾਪੂ ਸਾਦੇ ਪਾਣੀ ਦੇ ਗਲਾਸ ਨੂੰ ਤੜਫਦਾ, ਤੂੰ ਰੱਸੇ ਬੰਨ੍ਹ ਬੰਨ੍ਹ ਕੇ ਸ਼ਰਬਤ ਪਿਆਈ ਜਾਂਦਾ ਦੁਨੀਆਂ ਨੂੰ, ਘਰ ਬਾਪੂ ਨੂੰ ਪਾਣੀ ਪਿਆਉਣ ਨੂੰ ਤਿਆਰ ਨਹੀਂ। ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵਾ, ਦੇਵਤਿਆਂ ਦੇ ਅੱਗੇ, ਦੇਵੀਆਂ ਦੇ ਅੱਗੇ ਖੀਰਾਂ ਬਣਾ ਬਣਾ ਖੜਦਾ, ਜਠੇਰਿਆਂ ਦੇ ਅੱਗੇ ਕਬਰਾਂ 'ਤੇ ਸੀਰਨੀਆਂ ਵੰਡਦਾ, ਮਾਂ ਸੁੱਕੀ ਰੋਟੀ ਨੂੰ ਤਰਸਦੀ ਪਈ ਹੈ ਵੀ ਮੈਨੂੰ ਕਿਤੇ ਰੋਟੀ ਲਾ ਕੇ ਦੇ ਦੇ ਭਾਈ, ਉਹਦੇ ਕੋਲ ਜਾਣ ਨੂੰ ਤਿਆਰ ਨਹੀਂ। ਪਖੰਡੀ ਸਾਧਾਂ ਦੇ ਲਿਆ ਕੇ ਲੰਗਰ, 5-5 ਪਿਆਰੇ ਸਰਾਧਾਂ ਵਾਲੇ ਤਾਂ ਜਿਉਂਦੇ ਮਾਂ ਨੂੰ ਰੋਟੀ ਨਹੀਂ ਪੁੱਛਦੇ, ਅਤੇ ਮਰਨ ਤੋਂ ਬਾਅਦ 5 ਪਾਠੀ ਲੱਭਦੇ ਹਾਂ, ਉਹਨਾਂ ਨੂੰ ਧੱਕੇ ਨਾ ਖਵਾਉਂਦੇ ਹਾਂ, ਤੁਸੀਂ ਖਾਓ ਮਾਂ ਨੂੰ ਪਹੁੰਚਾਓ, ਤੁਸੀਂ ਖਾਓ ਸਾਡੇ ਬਾਪੂ ਨੂੰ ਪਹੁੰਚਾਓ। ਕਿਉਂ ਜੀ, ਲੱਭਦੇ ਕਿ ਨਹੀਂ ਲੱਭਦੇ ਸਾਧ ਜੀ? ਖੀਰਾਂ, ਪੂੜੇ, ਛੋਲੇ, ਪਤਾ ਨਹੀਂ ਕਿੰਨੀ ਕੁ ਸਮੱਗਰੀ,
ਅਤੇ ਜੇ ਕਿਸੇ ਦੇ ਕੋਈ ਪੁੱਛ ਲਵੇ ਆਸਮਾਨ ਕਦੀ ਬਾਪ ਨੂੰ ਬਣਾ ਖਵਾਇਆ ਸੀ, ਉਦੋਂ ਹੱਸ ਪੈਂਦੇ ਗਾੜੀਆਂ, ਚੁੱਪ ਕਰ ਜਾਂਦੇ ਆ। ਮਾਂ ਪਿਓ ਪਰ ਹਰ ਕਰੇ ਪੂਜ, ਦੇਵੀ ਦੇਵਾ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਾ ਵਣਾ, ਮਾਂ ਪਿਓ ਛੱਡ ਕੇ ਤਾਂ ਤੀਰਥਾਂ 'ਤੇ ਨਹਾਉਂਦੇ ਫਿਰਦੇ ਆ, ਮਾਣ ਨਾ ਦੇ, ਮੈਂ ਤਾਂ ਹਜ਼ੂਰ ਸਾਹਿਬ ਉਹ ਆਇਆ, ਲਿਆਂਦਾ ਕਿ ਉੱਥੋਂ ਗਾਨੀ ਕੈਨੀ ਚਾਬੀ ਵਾਲਾ ਬਾਂਦਰ ਘੁੱਗੀਆਂ ਕਬੂਤਰ, ਇੱਕ ਫੋਟੋ ਜਿਹੜੀ ਬੱਤੀ 'ਤੇ ਲਾਈਏ ਤਾਂ ਨਾਮ ਜਪਦੀ, ਸਾਤ ਨਾਮ ਵਾਹਿਗੁਰੂ ਕਰਦੀ, ਨਾ ਆਪ ਸੁਣਾ ਨਾ ਗੁਆਂਢੀਆਂ ਨੂੰ ਸੁਣ ਦੇਣਾ। ਮਾੜੀਆਂ ਚੀਜ਼ਾਂ ਨਹੀਂ, ਪਰ ਕੁਛ ਸਿੱਖਿਆ ਕਿ ਉੱਥੋਂ ਕੋਈ ਪੋਥੀ ਲੈ ਕੇ ਆਉਂਦੀ, ਕੋਈ ਸਟੀਕ ਲਿਆਂਦੀ, ਕੋਈ ਬਾਣ ਦੀ ਵਿਚਾਰ ਲਿਆਂਦੀ, ਕੋਈ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਮਝਣ ਦਾ ਕੋਸ਼ਿਸ਼ ਕੀਤੀ। ਮਾਂ ਪਿਓ ਪਰ ਹਰ ਨਾ ਵਣਾ, ਅੱਠ ਸੱਠ ਤੀਰਥ ਘੁੰਮਣ ਵਾਣੀ। ਉਹ ਘੁੰਮਣ ਘੇਰੀਆਂ 'ਚ ਫਸੇ ਆ, ਘੁੰਮਣ ਘੇਰੀ ਸਮਝਦੇ ਜੀ, ਪਾਣੀ 'ਚ ਨਾ ਘੇਰੀ ਘੁੰਮਣ ਘੇਰੀ ਹੁੰਦੀ, ਉਹ 'ਚੋਂ ਬੰਦੇ ਕੋਲ ਨਿਕਲਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਮਾਂ ਪਿਓ ਛੱਡ ਕੇ ਘੁੰਮਣ ਘੇਰੀ 'ਚ ਫਸੇ ਆ, ਕੋਸ਼ਿਸ਼ ਕਰਦਾ ਨਿਕਲਣ ਵਾਸਤੇ, ਨਿਕਲਿਆ ਨਹੀਂ ਜਾਂਦਾ ਤੇਰੇ ਕੋਲੋਂ। ਕਈਆਂ ਨੇ ਦਰਿਆਵਾਂ 'ਚ ਵੇਖੀ ਹੋਣੀ ਘੁੰਮਣ ਘੇਰੀ, ਉਹਦੇ 'ਚ ਬੰਦਾ ਫਸ ਜਾਣਾ ਛੇਤੀ ਕਿਤੇ ਨਿਕਲਦਾ ਨਹੀਂ, ਉਹ ਪਾਣੀ ਉਹ ਖਿੱਚਦਾ ਠਾਹ ਨੂੰ ਬੰਦੇ ਨੂੰ, ਨਾ ਕਦੀ ਦਰਿਆ ਪਾਰ ਕੀਤੇ ਪਤਾ ਹੋਵੇਗਾ, ਉਹ ਘੁੰਮਣ ਘੇਰੀ ਇਹੋ ਜਿਹੀ ਹੁੰਦੀ, ਉਹ 'ਚ ਉਹ ਪਾਣੀ ਬੰਦੇ ਨੂੰ ਠਾਹ ਨੂੰ ਖਿੱਚਦਾ, ਬਹੁਤ ਤਾਰੂ ਹੋਏਗਾ ਬੰਦਾ ਫਿਰ ਛਾਤੀ ਦੇ ਜ਼ੋਰ ਨਾਲ ਵਿੱਚੋਂ ਬਾਹਰ ਨਿਕਲਦਾ, ਉਹ ਖਿੱਚਦਾ ਠਾਹ ਨੂੰ ਪਾਣੀ ਘੁੰਮਣ ਵਾਰੀ। ਕਿੰਨੀ ਬਰੀਕੀ ਨਾਲ ਗੁਰਮੁਖ ਸਮਝਾਈ ਹੈ ਸਾਨੂੰ ਭਾਈ ਗੁਰਦਾਸ ਵਰਗਿਆਂ ਨੇ। ਮਾਂ ਪਿਓ ਪਰ ਹਰ ਨਾ ਵਣਾ, ਅੱਠ ਸੱਠ ਤੀਰਥ ਘੁੰਮਣ ਵਾਣੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਉਹ ਬੇਈਮਾਨਾ ਦੂਜਿਆਂ ਨੂੰ ਕੰਬਲ ਵੜਦਾ ਫਿਰਦਾ, ਮਾਂ ਵਿਚਾਰੀ ਲੋਈ ਨੂੰ ਤਰਸਦੀ ਏ, ਸੌਲ ਨੂੰ ਤਰਸਦੀ, ਸਾਰੀ ਜ਼ਿੰਦਗੀ ਮਰ ਗਈ, ਉਹਦੇ ਸੌਲ ਦੇ ਵਿੱਚੋਂ ਮੋਰੀਆਂ ਸੀ ਬਿਸ਼ਰਮਾ। ਦੂਜਿਆਂ ਨੂੰ ਕੰਬਲ ਵੰਡਣ ਵਾਲਿਆ, ਬਾਪੂ ਦੇ ਪਜਾਮੇ ਨੂੰ ਟੰਕੇ ਲੱਗੇ ਹੋਏ ਸਨ, ਖੱਫਣ ਕੋਟਨ ਦਾ ਲਿਆ ਕੇ ਪਾਇਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਅੱਧਾ ਪੀਪਾ ਦੇਸੀ ਘਿਓ ਦਾ ਮੜੀਆਂ 'ਚ ਪਾ ਤਾ, ਬਾਪੂ ਖੁਸ਼ਕੀ ਨਾਲ ਮਰ ਗਿਆ ਵਿਚਾਰਾ। ਜਿਉਂਦੇ ਨਹੀਂ ਪੁੱਛਿਆ, ਜਿਉਂਦੇ ਨਹੀਂ ਪੁੱਛਿਆ, ਭੱਜ ਗਏ ਇੱਧਰੋਂ ਮਾਰ ਕੇ ਛਾਲ ਟਰਾਲੀ, ਇੱਧਰ ਨੂੰ ਭੱਜ ਗਏ, ਇੱਧਰੋਂ ਇੱਧਰ ਨੂੰ ਭੱਜ ਗਏ। ਮਾਂ ਪਿਓ ਪਰ ਹਰ ਕਰੇ ਦਾਨ, ਮਾਣ ਨਾ ਕਹਿੰਦਾ ਮੈਂ ਦਾਨੀ ਹਾਂ, ਸਰੋਪੇ ਲੈਂਦਾ ਧਾਰਮਿਕ ਅਸਥਾਨਾਂ ਤੋਂ ਆਣ ਕੇ, ਮੈਂ ਬੜਾ ਵੱਡਾ ਦਾਨ ਕੀਤਾ, ਮੈਂ ਇਕੱਲੇ ਨੇ ਕਮਰਾ ਬਣਾਤਾ ਧਾਰਮਿਕ ਅਸਥਾਨ 'ਤੇ। ਮਾਂ ਵਿਚਾਰੀ ਕਮਰੇ ਨੂੰ ਤਰਸਦੀ ਮਰ ਗਈ। ਮਾਂ ਪਿਓ ਪਰ ਹਰ ਕਰੇ ਦਾਨ, ਸਾਧਾਂ ਨੂੰ ਚੋਲੇ ਬਣਾ ਬਣਾ ਕੇ ਸਵਾ ਸਵਾ ਦਿੰਦਾ। ਇਹੋ ਜਿਹੇ ਧਾਰਮਿਕ ਅਸਥਾਨ ਵੀ ਹੈਗੇ ਜਿੱਥੇ ਬਾਬਾ ਮਰ ਚੁੱਕਾ, ਉਹਦੇ ਕਮਰੇ 'ਚ ਏਸੀ ਚੱਲ ਰਿਹਾ, ਬਾਬਾ ਮਰ ਚੁੱਕਾ ਉਹਦੇ ਬੈੱਡ ਨੂੰ ਏਸੀ ਲੱਗਾ, ਉਹਦੇ ਥੱਲੇ ਰਾਤ ਨੂੰ ਚੱਪਲਾਂ ਰੱਖੀਆਂ ਜਾਂਦੀਆਂ, ਬਾਬਾ ਮਰ ਚੁੱਕਾ ਉਹਦੇ ਲਾਗੇ ਜੁੱਤੀ ਪਈ, ਬਾਬਾ ਮਰ ਚੁੱਕਾ ਉਹਦੇ ਬੈੱਡ ਲਾਗੇ ਜੱਗ ਪਾਣੀ ਦਾ ਰੱਖਿਆ, ਬਾਬਾ ਮਰ ਚੁੱਕਾ ਉਹਦੇ ਵਾਸ਼ਰੂਮ ਦੇ ਵਿੱਚ ਰਾਤ ਨੂੰ ਕਸ਼ਹਿਰਾ ਕੁੜਤੀ ਟੌਲੀਆ ਰੱਖਿਆ ਜਾਂਦਾ। ਅਤੇ ਪੁੱਛਣ 'ਤੇ ਪਤਾ ਲੱਗਾ ਸੇਵਾਦਾਰਾਂ ਦਾ, ਜੀ ਜਦੋਂ ਮੈਂ ਸਵੇਰੇ ਉੱਠ ਕੇ ਆਉਣਾ ਨਾ, ਸਰਾਣਾ ਲਿਖਿਆ ਹੁੰਦਾ ਵੀ ਮਹਾਂਪੁਰਖ ਇੱਥੇ ਰਾਤ ਨੂੰ ਆਣ ਕੇ ਸੌਂਦੇ ਆ, ਅਤੇ ਮੈਂ ਕਿਹਾ ਕਸ਼ਹਿਰਾ, ਅਸੀਂ ਜਦੋਂ ਗਏ ਨਾ ਉਸ ਨਗਰ, ਕਹਿੰਦੇ ਕਸ਼ਹਿਰਾ ਤਾਂ ਸਵੇਰੇ ਮੈਂ ਧੋ ਕੇ ਪਾਉਂਦਾ, ਕਿਉਂ ਬਾਬੇ ਨੂੰ ਤਾਪ ਚੜ੍ਹਦਾ ਵੀ ਜਦੋਂ ਆਣ ਕੇ ਸੁੱਤਾ, ਕਸ਼ਹਿਰਾ ਵੀ ਆਪਣਾ ਆਪੇ ਧੋ ਸਕਦਾ ਸੀ, ਪਰ ਕਸ਼ਹਿਰਾ ਸੁੱਕਾ ਸੀ, ਉੱਦਾਂ ਹੀ ਕਿੱਲੀ ਨਾਲ ਟੰਗਿਆ ਸੀ, ਬਾਬਾ ਜੀ ਦਾ ਕਸ਼ਹਿਰਾ ਕੁੜਤੀ ਸੇਵਾਦਾਰ ਧੋਣ ਲਈ ਰੱਖਿਆ, ਉੱਥੇ ਜੁੱਤੀਆਂ ਚੜ੍ਹਦੀਆਂ, ਚੋਲੇ ਕਢਾਈ ਵਾਲੇ, ਕਾਲਾ ਚੋਲਾ ਚਿੱਟੀ ਕਢਾਈ, ਨੀਲਾ ਚੋਲਾ ਪੀਲੀ ਕਢਾਈ, ਚੋਲੇ ਕਢਾਈ ਵਾਲੇ ਪ੍ਰੈਸ ਕੀਤੇ ਸੁੱਖਣ ਸੀ ਬਾਬਾ ਪੁੱਤ ਨੂੰ ਅਮਰੀਕਾ ਕਲੀ, ਸਮੇਤ ਜੁੱਤੀ ਸਮੇਤ ਚੋਲਾ ਸਮੇਤ ਉੱਤੋਂ ਦਾ ਪਰਨਾ ਚੜ੍ਹਾ ਕੇ ਜਾਊਂਗੀ।
ਮਰਿਆਂ ਸਾਧਾਂ ਦੇ ਚੋਲੇ ਪ੍ਰੈਸ ਹੋ ਰਹੇ ਨੇ। ਜਿਹੜਾ ਜਿਉਂਦਾ ਬਾਪੂ ਆਉਂਦਾ ਨਾ, ਪੁੱਤ ਸ਼ਹਿਰ ਨੂੰ ਜਾਣਾ ਕੁੜਤਾ ਪਜਾਮਾ ਪ੍ਰੈਸ ਕਰਦੇ, ਲੈ ਬਾਪੂ ਬੱਸ ਜਾਂਦਿਆਂ ਜਾਂਦਿਆਂ ਵੱਟ ਪਏ ਝਾੜ ਕੇ ਪਾ ਲਾ। ਜਿਹਨੇ ਜੰਮਿਆ ਉਹਨੂੰ ਵੱਟਾਂ ਵਾਲੇ ਸੂਟ ਅਤੇ ਮਰਿਆਂ ਸਾਧਾਂ ਦੇ ਚੋਲੇ ਫਰੈਸ ਹੋ ਰਹੇ ਨੇ, ਫਰੈਸ ਹੋ। ਇਹ ਹਾਲਾਤ ਨੇ ਸਾਡੇ ਸਾਧ ਸੰਗਤ ਜੀ, ਇੱਦਾਂ ਦੇ ਥਾਂ ਅੱਜ ਵੀ ਹੈਗੇ ਨੇ। ਉਹਨਾਂ ਦੀਆਂ ਕਮੇਟੀਆਂ ਵੀ ਉੱਦਾਂ ਦੀਆਂ ਹੋ ਜਾਂਦੀਆਂ ਨੇ, ਉੱਥੋਂ ਦੇ ਸੇਵਾਦਾਰ ਪਬਲਿਕ ਵੀ ਉੱਦਾਂ ਦੀ ਹੋ ਜਾਂਦੀ ਹੈ। ਮਰਿਆਂ ਦੀ ਪੂਜਾ ਹੋ ਰਹੀ ਹੈ, ਜਿਉਂਦਿਆਂ ਨੂੰ ਪੁੱਛਣ ਨੂੰ ਤਿਆਰ ਨਹੀਂ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਕਰੈ ਵਰਤ, ਵਰਤ ਰੱਖਦਾ ਮਾਂ ਪਿਓ ਛੱਡ ਕੇ, ਕਹਿੰਦਾ ਅੱਜ ਸਾਰਾ ਦਿਨ ਕੁਝ ਨਹੀਂ ਖਾਣਾ। ਸੋਮਵਾਰ ਦਾ ਵਰਤ, ਮੰਗਲਵਾਰ ਦਾ ਵਰਤ, ਹਨੂੰਮਾਨ ਦਾ ਵਰਤ, ਤਾਏ ਦਾ ਵਰਤ, ਤਾਈ ਦਾ ਵਰਤ, ਮਨ ਭਾਉਂਦਾ ਵਾਰ ਪ੍ਰਾਪਤੀ ਕਰਨ ਦਾ ਵਰਤ। ਵਰਤ ਇੱਕ ਨੇ ਕਿਤੇ ਬੜੇ ਵਰਤ ਰੱਖੇ ਨੇ। ਵਰਤ ਰੱਖਣਾ ਝੂਠ ਬੋਲਣ ਦਾ ਰੱਖ, ਵਰਤ ਰੱਖਣਾ ਪਰਾਰੂਪ ਤੱਕਣ ਦਾ ਵਰਤ ਰੱਖ, ਦੂਜਿਆਂ ਦੇ ਘਰ ਲੁੱਟਣ ਦਾ ਵਰਤ ਰੱਖ, ਵੀ ਨਹੀਂ ਲੁੱਟਣਾ ਹੁਣ ਮੈਂ, ਠੱਗੀਆਂ ਮਾਰਨੀਆਂ ਬੰਦ ਆਈ ਤੋਂ ਬਾਅਦ, ਇਹ ਵਰਤ ਰੱਖ। ਮਾਂ ਪਿਓ ਪਰ ਹਰ ਕਰੈ ਵਰਤ, ਮਰ ਮਰ ਜੰਮੈ ਪਰਮ ਪੁਲਾਣੀ। ਅਤੇ ਭਾਈ ਗੁਰਦਾਸ ਜੀ ਅਖੀਰਲੀ ਤੋਂ ਕੀ ਕਹਿੰਦੇ ਨੇ, ਗੁਰ ਪਰਮੇਸ਼ਰ ਸਾਰ ਨਾ ਜਾਣੀ। ਇਹੋ ਜਿਹੇ ਬੰਦੇ ਨੂੰ ਨਾ ਗੁਰੂ ਦਾ ਪਤਾ ਨਾ ਪਰਮੇਸ਼ਰ ਦਾ ਪਤਾ। ਗੁਰ ਪਰਮੇਸ਼ਰ ਸਾਰ ਨਾ ਜਾਣੀ, ਇਹੋ ਜਿਹੇ ਬੰਦੇ ਨੇ ਗੁਰੂ ਪਰਮੇਸ਼ਰ ਦੀ, ਇਹਦਾ ਮਤਲਬ ਗੁਰੂ ਪਰਮੇਸ਼ਰ ਮਾਂ ਬਾਪ 'ਚ ਵੱਸਦਾ ਸੀ। ਤੈਨੂੰ ਕੀ ਪਤਾ ਮਾਂ ਬਾਪ ਕੀ ਚੀਜ਼ ਹੁੰਦੇ ਨੇ। ਬਿਰਧ ਆਸ਼ਰਮਾਂ 'ਚ ਰੁਲਦੇ ਫਿਰਦੇ ਨੇ, ਕਈਆਂ ਨੇ ਡੇਰੇ ਚੜ੍ਹਾ ਛੱਡੇ ਪੱਕੇ ਹੀ, ਬਾਪੂ ਇੱਥੇ ਰਿਹਾ ਕਰ, ਤਗੜਾ ਹੋ ਕੇ ਤੂੰ ਸਾਰਾ ਕੁਝ ਕਮਾ ਖਾ ਲਿਆ, ਬਸ ਠੀਕ ਹੋਣ ਤੂੰ। ਗੁੱਸਾ ਨਾ ਮਨਾਇਓ ਸਾਧ ਸੰਗਤ, ਸਾਰਿਆਂ 'ਤੇ ਗੱਲਾਂ ਢੁੱਕਦੀਆਂ ਨਹੀਂ। ਜੇ ਤਾਂ ਬਾਪੂ ਪੈਨਸ਼ਨ ਲੈਂਦਾ ਹੋਵੇ ਨਾ, ਫਿਰ ਸੇਵਾ ਥੋੜ੍ਹੀ ਜਿਹੀ ਹੋ ਜਾਂਦੀ ਆ। ਅਤੇ ਜੇ ਵਿਚਾਰੇ ਨੇ ਸਾਰੀ ਜ਼ਮੀਨ ਜ਼ਮੂਨ ਵੇਚ ਕੇ ਲਾ ਦਿੱਤੀ ਹੋਵੇ ਨਿਆਣਿਆਂ, ਤਾਂ ਫਿਰ ਉਹਨੂੰ ਹੱਥ ਵੱਲ। ਜਿਹੜੇ ਮਾਂ ਬਾਪ ਦੀ ਸਵਾਰਥ ਤੋਂ ਬਿਨਾਂ ਸੇਵਾ ਕਰਦੇ, ਉਹਨਾਂ ਬੱਚਿਆਂ ਅੱਗੇ ਸਿਰ ਚੁੱਕਦਾ। ਜੇ ਮਾਂ ਨੂੰ ਪੈਨਸ਼ਨ ਆਉਂਦੀ ਹੋਵੇ, ਬਾਪੂ ਕਿਤੇ ਫੌਜ 'ਚ ਹੋਵੇ ਜਾਂ ਸਰਕਾਰੀ ਟੀਚਰ ਹੋਵੇ, ਉਹਦੀ ਤਾਂ ਸੇਵਾ ਹੋ ਜਾਂਦੀ, ਉਹਨੂੰ ਤਾਂ ਐਂ ਨਵਾ ਧਵਾ ਕੇ ਬੈਂਕ 'ਚ ਖੜ੍ਹਦੇ ਆ ਪੈਸੇ ਲਿਆਉਣ ਲਈ। ਅਤੇ ਜਿਹੜੀ ਵਿਚਾਰੀ ਸਧਾਰਨ ਪਰਿਵਾਰ 'ਚ ਹੋਵੇ, ਪਤੀ ਖੇਤੀਬਾੜੀ ਕਰਦਾ ਹੋਵੇ, ਚੜ੍ਹਾਈ ਕਰਦੇ, ਉਹਨੂੰ ਤਾਂ ਪੁੱਛਣ ਨੂੰ ਵੀ ਕੋਈ ਤਿਆਰ ਨਹੀਂ। ਗੁਰਦੁਆਰੇ ਸੇਵਾ ਕਰੀ ਜਾਣੀ ਹੈ, ਭਾਂਡੇ ਮਾਂਜੀ ਜਾਣੇ ਆ, ਝਾੜੂ ਪੋਚੇ ਲਾਈ ਜਾਣੇ ਆ, ਬਿਰਧ ਆਸ਼ਰਮਾਂ 'ਚ ਰੁਲਦੇ ਫਿਰਦੇ ਹਨ, ਕਾਹਦੀ ਸੇਵਾ? ਪੱਥਰ ਸਾਫ਼ ਹੋ ਰਹੇ ਨੇ, ਜਿਨ੍ਹਾਂ ਵਿੱਚ ਨਿਰੰਕਾਰ ਵੱਸਦਾ ਉਹ ਪੁੱਛਣ ਨੂੰ ਤਿਆਰ ਨਹੀਂ। ਭਗਤ ਕਬੀਰ ਜੀ ਨੇ ਕਿਹਾ, ਜੀਵਤ ਪਿੱਤਰ ਨਾ ਮਾਨੇ ਕੋ, ਜਿਉਂਦੇ ਪਿੱਤਰਾਂ ਨੂੰ ਮੰਨਿਆ ਨਹੀਂ। ਮੂਹੇ ਸਰਾਧ ਕਰਾਹੀ, ਮਰਨ ਤੋਂ ਬਾਅਦ ਸਰਾਧ ਕਰਾਏ ਜਾਂਦੇ ਆ, ਸਰਾਧ ਵੀ ਕਰਾਉਣ ਦਾ ਨਾਟਕ ਵੇਖੋ ਕਿੱਡਾ ਕਮਾਲ ਦਾ। ਮੂਹੇ ਸਰਾਧ ਕਰਾਹੀ, ਪਿੱਤਰ ਵੀ ਬਪੂ ਰਹਿ ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਪਿੱਤਰਾਂ ਵਿਚਾਰਿਆਂ ਨੂੰ ਕੀ ਮਿਲਿਆ? ਕੁਝ ਰਿਸ਼ਤੇਦਾਰ ਖਾ ਗਏ, ਅਤੇ ਜਿਹੜੀਆਂ ਥਾਲੀਆਂ 'ਚ ਜੂਠਾ ਮਿੱਠਾ ਪਿਆ ਸੀ ਉਹ ਕੁੱਤੇ ਅਤੇ ਕਾਂ ਖਾ ਗਏ, ਪਿੱਤਰਾਂ ਨੂੰ ਤਾਂ ਕੁਝ ਵੀ ਨਾ ਮਿਲਿਆ। ਮੁੱਕ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੇ, ਕੁਸ਼ਲ ਵੀ ਕੈਸੇ ਹੋਈ। ਕਰਦੇ ਵੈਸੇ ਲੋਕ ਖੁਸ਼ੀ ਵਾਸਤੇ ਹੀ ਆ, ਵੀ ਇਹਦੇ ਨਾਲ ਸਾਡੇ ਘਰ 'ਚ ਸ਼ਾਂਤੀ ਆਊਗੀ। ਮਰ ਗਿਆ ਪੱਤੀ ਜਿਹੜੀ ਰੋਟੀ ਖਵਾਈ ਜਾਂਦੀ ਹੈ ਨਾ ਮਗਰੋਂ, ਉਹ ਇਸੇ ਲਈ ਖਵਾਈ ਜਾਂਦੀ ਹੈ ਵੀ ਬਾਪੂ ਦੀ 4 ਕਿੱਲੇ ਜ਼ਮੀਨ ਵਾਹੁੰਦੇ, ਕਿਤੇ ਰਾਤ ਨੂੰ ਗਾਲੀ ਨਾ ਨੱਪਦੇ ਆਣ ਕੇ, ਰੋਟੀ ਖਵਾਓ, ਗ੍ਰੰਥੀ ਦਾ ਨੱਪੂ ਆਪੇ, ਇਹਨੂੰ ਰੋਟੀ ਪਾਣੀ ਖਵਾਓ, ਸਾਨੂੰ ਨਾ ਕੁਝ ਹੋਵੇ। ਸੇਵਾ ਪਾਣੀ ਤਗੜੇ ਹੋ ਕੇ ਇਹਨਾਂ ਦੀ ਕਰੋ। ਮਰਿਆਂ ਦੀ ਬਾਤ
ਧਾਰਮਿਕ ਸਥਾਨਾਂ 'ਤੇ ਲੰਗਰ ਲਾਏ ਜਾਂਦੇ ਨੇ, ਜਿਉਂਦਿਆਂ ਨੂੰ ਪੁੱਛਣ ਨੂੰ ਤਿਆਰ ਨਹੀਂ। ਵਿਅੰਗ ਕੱਸਿਆ ਆਸਾ ਕੀ ਵਾਰ 'ਚ ਗੁਰੂ ਨਾਨਕ ਸਾਹਿਬ ਨੇ, ਹੇ ਪੁਜਾਰੀ ਤੂੰ ਕਹਿੰਦਾ ਕਿ ਪ੍ਰਾਣੀ 'ਤੇ ਚੜ੍ਹਾਈ ਕਰਨ ਤੋਂ ਬਾਅਦ ਜੋ ਕੁਝ ਮੈਨੂੰ ਖਵਾਇਆ ਜਾਂਦਾ ਸਾਰਾ ਪਹੁੰਚ ਜਾਂਦਾ ਉੱਤੇ? ਕਹਿੰਦੇ ਜੀ ਬਿਲਕੁਲ ਪਹੁੰਚ ਜਾਂਦਾ। ਇਹ ਗੱਲ ਪੱਕੀ ਹੈ? ਮਹਾਰਾਜ ਨੇ ਵਿਅੰਗ ਕੱਸਿਆ ਆਸਾ ਕੀ ਵਾਰ ਵਿੱਚ, ਕਹਿੰਦੇ ਗੱਲ ਪੱਕੀ ਹੈ? ਕਹਿੰਦੇ ਬਿਲਕੁਲ। ਕਹਿੰਦੇ ਮੰਨ ਲਓ ਵੀ ਕਿਸੇ ਬੰਦੇ ਦੇ ਕੋਲ ਆਪਣੇ ਵੱਡ ਵਡੇਰਿਆਂ ਦੇ ਸ਼ਰਾਧ ਕਰਾਉਣ ਲਈ ਪੈਸਾ ਨਾ ਹੋਵੇ ਅਤੇ ਉਹ ਕਿਸੇ ਘਰੋਂ ਚੋਰੀ ਕਰ ਲਿਆਵੇ, ਮੰਨ ਲਓ ਜੇ ਇੱਦਾਂ ਹੋਵੇ, ਇਹ ਵਿਅੰਗ ਹੈ। ਮੰਨ ਲਓ ਵੀ ਜੇ ਇੱਦਾਂ ਹੋਵੇ ਤਾਂ, ਪੜ੍ਹੋ ਜੀ ਕਿਹੜਾ ਬਚਨ ਹੈ ਭਲਾ, ਜੇ ਮੁਹਾਕਾ ਘਰ ਮੋਹੈ, ਮੁਹਾਕਾ ਦੂਜੇ ਦਾ ਘਰ ਲੁੱਟਣ ਵਾਲਾ, ਚੋਰੀ ਕਰਨ ਵਾਲਾ, ਘਰ ਮੋਹ ਪਿੱਤਰੀ ਦੇ, ਜੇ ਮੰਨ ਲਓ ਵੀ ਕਿਸੇ ਘਰੋਂ ਚੋਰੀ ਕਰਕੇ ਉਹਨੇ ਸ਼ਰਾਧ ਕਰਾ ਤੇ ਅਤੇ ਤੇਰੇ ਕਹਿਣ ਮੁਤਾਬਕ ਜੇ ਸਾਰਾ ਸਮਾਨ ਉੱਪਰ ਪਹੁੰਚ ਗਿਆ ਅਤੇ ਜਿੰਨਾ ਘਰ ਚੋਰੀ ਕੀਤੀ ਬਜ਼ੁਰਗ ਅਤੇ ਉਹਨਾਂ ਦਾ ਵੀ ਉੱਤੇ ਬੈਠਾ ਹੋਣਾ, ਉਹਨਾਂ ਦੇ ਜਾਂਦਿਆਂ ਗੜਵੀ ਪਛਾਣ ਲੈਣੀ ਵੀ ਇਹ 'ਚ ਤਾਂ ਮੈਂ ਪਾਣੀ ਪੀਂਦਾ ਹੁੰਦਾ ਸੀ, ਆਹ ਗਲਾਸ ਤਾਂ ਮੇਰਾ, ਆਹ ਫੁੱਲਾਂ ਵਾਲੀ ਰਜਾਈ ਤਾਂ ਮੈਂ ਲੈਂਦਾ ਹੁੰਦਾ ਸੀ। ਉਹ ਜੁੱਤੀਓ ਜੁੱਤੀ ਹੋਏ ਨਾ ਉੱਤੇ, ਜੇ ਤੇਰੀ ਤੇਰੇ ਕਹਿਣ ਮੁਤਾਬਕ ਸਮਾਨ ਉੱਤੇ ਪਹੁੰਚ ਜਾਂਦਾ ਤਾਂ ਉਹ ਉੱਤੇ ਲੜੇ ਕਿ ਨਾ ਲੜੇ, ਜੇ ਇੰਝ ਹੁੰਦਾ ਤਾਂ ਤਾਂ ਮਾਰੋ ਧਿਆਨ। ਹੁਣ ਆਪਾਂ ਕਰਦੇ ਕਿ ਨਹੀਂ ਕਰਦੇ ਜੀ ਇੱਦਾਂ, ਰਜਾਈ ਬੰਨ ਕੇ ਦਾਦੇ ਪੜਦਾਦੇ ਦੇ ਭੋਗ ਵੇਲੇ ਲਿਆ ਕੇ ਮਾਰੇ ਸਰੂਪ ਅੱਗੇ ਰੱਖਦੇ ਕਿ ਨਹੀਂ ਰੱਖਦੇ ਸਾਧ ਸੰਗਤ ਜੀ? ਅਤੇ ਜੇ ਕੋਈ ਪੁੱਛੇ ਜਿਉਂਦਾ ਬਾਪੂ ਕਿੱਦਾਂ ਦੀ ਰਜਾਈ ਲੈਂਦਾ ਸੀ ਭਲਾ, ਬੋਲੋ ਸਾਧ ਸੰਗਤ ਜੀ, ਜਦੋਂ ਪ੍ਰਾਣੀ ਚੜ੍ਹਾਈ ਕਰਦਾ ਕਿੱਦਾਂ ਦੀਆਂ ਲੋਈਆਂ ਪੈਂਦੀਆਂ ਉੱਤੇ ਜੀ? 12-12, 15-15, 20-20 ਲੋਈਆਂ ਇਕੱਠੀਆਂ ਹੋ ਜਾਂਦੀਆਂ, ਚੰਗੀਆਂ ਚੰਗੀਆਂ ਲੋਈਆਂ ਇਕੱਠੀਆਂ ਹੋ ਜਾਂਦੀਆਂ। ਅਤੇ ਸੱਚੀ ਜੇ ਕਿਤੇ ਰੱਬ 5 ਮਿੰਟ ਬਾਪੂ ਨੂੰ ਕਹੇ ਵੀ ਉੱਠ ਕੇ ਵੇਖ, ਅਤੇ ਬਾਪੂ ਨੇ ਸੱਚੀ ਪਤਾ ਕਹਿਣਾ ਵੀ ਜੇ ਆਹ ਲੋਈਆਂ 4 ਤੁਸੀਂ ਉਦੋਂ ਲੈ ਆਉਂਦੇ ਨਾ, ਮੈਂ 2 ਸਿਆਲ ਹੋਰ ਨਹੀਂ ਸੀ ਮਰਨਾ ਅਜੇ, ਮੈਂ ਤਾਂ ਮਰਿਆ ਹੀ, ਜਿਹੜੀ ਰਜਾਈ ਉੱਤੇ ਲੈਂਦਾ ਸੀ ਮੇਰੀ ਲੱਤ ਵਿੱਚੋਂ ਦੀ ਬਾਹਰ ਨਿਕਲ ਜਾਂਦੀ ਸੀ, ਗਲਾਫ ਉਹਦਾ ਪਟਾ ਹੋਇਆ ਸੀ, ਰੂੰ ਸਾਰਾ ਇਕੱਠਾ ਹੋ ਜਾਂਦਾ ਸੀ। ਜਿਉਂਦਿਆਂ ਪੁੱਛਣ ਨੂੰ ਤਿਆਰ ਨਹੀਂ, ਮਰਨ ਤੋਂ ਬਾਅਦ ਮੋਟੀਆਂ ਮੋਟੀਆਂ ਰਜਾਈਆਂ, ਚੰਗੀਆਂ ਚੰਗੀਆਂ ਜੁੱਤੀਆਂ ਜੋੜੇ, ਅਤੇ ਫਿਰ ਗੁੱਸਾ ਨਾ ਮਨਾਇਓ ਜਿਹੜੇ ਗ੍ਰੰਥੀ ਤੱਤ ਗੁਰਮਤ ਮੁਤਾਬਕ ਅਰਦਾਸ ਕਰਦੇ ਸਿਰ ਚੁੱਕਦਾ, ਨਹੀਂ ਤਾਂ ਗ੍ਰੰਥੀ ਵੀ ਜ਼ੋਰ ਲਾ ਲਾ ਕੇ ਮਹਾਰਾਜ ਇਹ ਸਾਰੀ ਸਮੱਗਰੀ ਵਿਛੜੀ ਹੋਈ ਆਤਮਾ ਨੂੰ ਪਹੁੰਚਾਓ। ਅਤੇ ਜੇ ਸੱਚੀ ਕਿਤੇ ਬਾਪੂ ਵਹਿੰਦਾ ਹੋਵੇ ਉਹਨੇ ਡਾਂਗ ਫੜ ਲੈਣੀ ਹੈ ਵੀ ਮੈਂ ਤਾਂ ਮਰ ਗਿਆ, ਕਿਹੜੀ ਆਤਮਾ ਨੂੰ ਪਹੁੰਚਾਓ, ਇਹ ਸਾਰਾ ਸਮਾਨ ਤਾਂ ਮੈਨੂੰ ਜਿਉਂਦੇ ਚਾਹੀਦਾ ਸੀ। ਜਿੰਨੀ ਦੇਰ ਤੱਕ ਸਾਡੀਆਂ ਅਰਦਾਸਾਂ ਨਹੀਂ ਸੁਧਰਦੀਆਂ, ਅਸੀਂ ਕਰਨ ਵਾਲੇ ਨਹੀਂ ਸੁਧਰਦੇ, ਉਦੋਂ ਤੱਕ ਮਨਮਤ ਜਿਹੜੀ ਹੈ ਉਹਨੂੰ ਠੱਲ ਨਹੀਂ ਪੈ ਸਕਦੀ। ਸਾਰਾ ਕੁਝ ਕਥਾ ਵਿਵਹਾਰਤਾ ਹੋ ਜਾਏਗੀ, ਕਈਆਂ ਦੀਵਾਨਾਂ ਜਾਣ ਦਾ ਮੌਕਾ ਬਣਦਾ, ਕਥਾ ਵਿਚਾਰ ਸਾਰੀ ਹੋ ਜਾਏਗੀ, ਅਰਦਾਸ ਕਰਨ ਵਾਲੇ ਨੇ ਲਿਆ ਕੇ ਫਿਰ ਉੱਥੇ ਲਿਆ ਕੇ ਸਾਰਾ ਫਲ ਉਹਨੂੰ ਪਹੁੰਚਾਉਣਾ ਵੀ ਜਿਹੜੇ ਆ ਇੱਥੇ ਬੈਠੇ ਇਹਨਾਂ ਨੂੰ ਕੀ ਆ, ਇਹਨਾਂ ਨੂੰ ਕੁਝ ਸਮਝਾ ਲਓ ਵੀ ਤੁਸੀਂ ਆਪਣਾ ਮਰਨਾ ਸਵਾਰ ਲਓ, ਹੁਣ ਅੱਜ ਤੋਂ ਤੁਸੀਂ ਕੋਈ ਵਿਚਾਰ ਚੰਗੀ ਕਰਨੀ ਸਿੱਖ ਲਓ। ਪਰ ਨਾ ਉਸ ਬੰਨੇ ਅਸੀਂ ਤੁਰਨ ਨੂੰ ਤਿਆਰ ਨਹੀਂ, ਸਾਰਾ ਕੁਝ ਅਸੀਂ ਉੱਥੇ ਲਿਆ ਕੇ ਜ਼ੋਰ ਲਾ ਦੇਣਾ ਹੈ। ਹੁਣ ਕਿੰਨਾ ਕੀਮਤੀ ਸ਼ਬਦ ਵਰਤਿਆ, ਜੇ ਮੁਹਾਕਾ ਕਰ ਮੋਹੈ ਕਰ ਮੋਹ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ, ਅੱਗੇ ਵਸਤੂ ਸਿਆਣੀ ਜਾਣੀ, ਪਿੱਤਰੀ ਚੋਰ ਕਰੇ, ਤੇਰੀ ਇਸ ਨਲੈਕੀ ਕਾਰਨ ਪਿੱਤਰ ਵੀ ਚੋਰ ਬਣ ਗਏ, ਤੇਰੀ ਇਸ ਗਲਤੀ ਕਾਰਨ ਪਿੱਤਰਾਂ ਨੂੰ ਚੋਰ ਬਣਾਤਾ, ਵੱਡੀਆਂ ਹੱਥ ਦਲਾਲ ਕੇ, ਦਲਾਲ ਹੱਥ ਵੱਢਣ ਦਾ ਅਰਥ ਪਤਾ ਕੀ ਹੈ, ਇਹ ਕੰਮ ਆਪ ਕਰਨੇ ਸ਼ੁਰੂ ਕਰੋ, ਇਹਨਾਂ ਕੋਲੋਂ ਇਹ ਅਧਿਕਾਰ ਖੋਹ ਲਓ, ਇਹ ਜਿਹੜੀ ਲੁੱਟ ਕਸੁੱਟ ਹੋ ਰਹੀ ਹੈ ਇਸ ਲੁੱਟ ਕਸੁੱਟ ਨੂੰ ਬੰਦ ਕਰਨ ਦਾ ਇੱਕੋ ਤਰੀਕਾ, ਜਾਗੋ ਆਪਣੇ ਹੱਕਾਂ ਲਈ। ਜੇ ਬਾਕੀ ਕੰਮ ਤੁਸੀਂ ਸਿੱਖ ਲੈਣੇ, ਧਰਮ ਦੀ ਵਿਚਾਰ ਕਰਨੀ ਸਿੱਖ ਲਓ, ਤੁਹਾਨੂੰ ਪਤਾ ਲੱਗ ਜਾਏ ਗੁਰਮਤ ਕੀ ਹੈ ਅਤੇ ਮਨਮਤ ਕੀ ਹੈ। ਹੱਥ ਵੱਢਣ ਦਾ ਅਰਥ ਇਹ ਵੀ ਸੱਚੀ ਟੋਕਾ ਲੈ ਕੇ ਵੱਢ ਦੇਣੇ ਆ, ਹੱਥ ਵੱਢਣ ਦਾ ਅਰਥ ਹੁੰਦਾ ਜਿਵੇਂ ਪਿਓ ਨਹੀਂ ਕਹਿੰਦਾ ਮੈਂ ਤਾਂ ਆਪਣੇ ਹੱਥ ਵੱਢ ਬੈਠਾ ਜਿਉਂਦਿਆਂ ਹੀ, ਭਲਾ ਕੀ ਇਹਦਾ ਮਤਲਬ ਕੀ ਹੁੰਦਾ ਵੀ ਜਿਹੜੀ 2 ਕਿੱਲੇ ਹੈਗੇ ਸੀ ਲਵਾ ਦਿੱਤੀ, ਨੋ ਪੁੱਤ ਦਿਆ ਮੈਂ, ਹੁਣ ਮੇਰੇ ਕੋਲ ਕੁਝ ਨਹੀਂ ਹੈਗਾ। ਹੱਥ ਵੱਢਣ ਦਾ ਅਰਥ ਇਹ ਮੁਹਾਵਰੇ ਨੇ, ਵੱਡੀਆਂ ਹੱਥ ਦਲਾਲ ਦਾ ਅਰਥ ਇਹ ਹੈ
ਵੀ ਜਦੋਂ ਬਾਕੀ ਕੰਮ ਸਾਰੇ ਕਰਦੇ ਹੋ ਇਹ ਵੀ ਕੰਮ ਕਰਨੇ ਸਿੱਖ ਲਓ, ਪਤਾ ਲੱਗ ਜਾਏ ਤੁਹਾਨੂੰ ਗੁਰਮਤਿ ਕੀ ਹੈ। ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ ਪਿੱਤਰ ਬੀਬਾ ਪੁਰੈ ਕਹੋ ਕਿਉਂ ਪਾਵੈ ਕਊਆ ਕੂਕਰ ਖਾਹੀ ਮੋਕਾ ਕੁਛਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੇ ਕੁਸਲ ਵੀ ਕੈਸੇ ਹੋਈ ਮਾਟੀ ਕੇ ਕਰ ਦੇਵੀ ਦੇਵਾਂ ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਤਿਸ ਆ ਗਏ ਜੀਓ ਦੇਹੀ ਉਹਦੇ ਅੱਗੇ ਜੀਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ ਆਪਣੇ ਪਿੱਤਰਾਂ ਨੂੰ ਖੁਸ਼ ਕਰ ਲਈ ਐਸੇ ਪਿੱਤਰ ਤੁਮਾਰੇ ਕਹੀਏ ਆਪਨ ਕਹਿਆ ਨਾ ਲਹੀ ਤੇਰੇ ਪਿੱਤਰ ਕਿੱਦਾਂ ਦੇ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਆਪ ਆਪਣੀ ਮਰਜ਼ੀ ਨਾਲ ਜੋ ਤੇਰਾ ਜੀ ਕਰਦਾ ਉਹਨਾਂ ਅੱਗੇ ਰੱਖੀ ਜਾਂਦਾ ਉਹਨਾਂ ਦਾ ਆਪਣਾ ਕੋਈ ਮਨ ਮਰਜ਼ੀ ਨਹੀਂ। ਹੁਣ ਘਰ 'ਚ ਕਈ ਵਾਰੀ ਬਜ਼ੁਰਗ ਕਹਿੰਦਾ ਨਾ ਅੱਜ ਮਸਲਾਂ ਦੀ ਦਾਲ ਬਣਾਓ ਮੇਰਾ ਆਹ ਜੀ ਕਰਦਾ ਖਾਣ ਨੂੰ, ਅੱਜ ਗੋਭੀ ਬਣਾਓ ਅੱਜ ਭਿੰਡੀਆਂ ਬਣਾਓ ਮੇਰਾ ਦਿਲ ਕਰਦਾ ਖਾਣ ਨੂੰ। ਕਹਿੰਦੇ ਤੇਰੇ ਕਿੱਦਾਂ ਦੇ ਪਿੱਤਰਾ ਜੋ ਤੇਰਾ ਜੀ ਕਰਦਾ ਅੱਗੇ ਰੱਖੀ ਜਾਂਦਾ ਉਹਨਾਂ ਦੇ, ਉਹ ਵਿਚਾਰੇ ਕੁਝ ਮੂੰਹੋਂ ਮੰਗਦੇ ਹੀ ਨਹੀਂ, ਜੋ ਤੇਰਾ ਸਮਾਨ ਦਿਲ ਕਰਦਾ ਉਹਨਾਂ ਅੱਗੇ ਐਸੇ ਪਿੱਤਰ ਤੁਹਾਰੇ ਕਹੀ ਹੈ ਆਪਣ ਕਹਿਆ ਨਾ ਲਈ। ਕਹਿੰਦੇ ਉਹ ਆਪਣੀ ਮਰਜ਼ੀ ਕੋਈ ਰੱਖਦੇ ਨਹੀਂ, ਜੋ ਤੇਰਾ ਚਿੱਤ ਕਰਦਾ ਰੱਖੀ ਜਾਂਦੇ। ਸਰ ਜੀਓ ਘੱਟ ਹੈ ਨਿਰ ਜੀਓ ਪੂਜੈ, ਜਿਨ੍ਹਾਂ ਵਿੱਚ ਜਾਨ ਹੈ ਉਹਨਾਂ ਨੂੰ ਕੱਟ ਰਿਹਾ ਅਤੇ ਜਿਨ੍ਹਾਂ ਵਿੱਚ ਜਿੰਦ ਹੈ ਨਹੀਂ ਮਿੱਟੀ ਦੇ ਦੇਵੀ ਦੇਵਤਿਆਂ ਦੀ ਪੂਜਾ ਕਰੀ ਜਾਂਦਾ, ਤੂੰ ਕਿੱਦਾਂ ਦਾ ਹੈ? ਜਿਹੜੇ ਸੱਚੀ ਜਿਨ੍ਹਾਂ ਜਾਨ ਸੀ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਤੂੰ। ਸਰ ਜੀਓ ਘੱਟ ਹੈ ਨਿਰ ਜੀਓ ਪੂਜੈ ਅੰਤ ਕਾਲ ਕੋ ਪਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਪੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਨਾ। ਦੇਵੀ ਦੇਵਤਿਆਂ ਦੀ ਪੂਜਾ ਵੀ ਕਰੀ ਜਾਂਦੇ ਨਾਲੇ ਡੋਲੀ ਵੀ ਜਾਂਦੇ ਆ, ਦੇਵੀ ਦੇਵਤਿਆਂ ਦੀ ਪੂਜਾ ਵੀ ਹੋ ਰਹੀ ਹੈ ਅਤੇ ਨਾਲੇ ਡਾਵਾਂਡੋਲ ਹਾਲਤ ਬਣੀ ਪਈ ਹੈ। ਪੂਜਾ ਉਹਦੀ ਕਰੋ ਜਿਹੜਾ ਆਪ ਡੋਲ ਹੈ। ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੁਸੀਂ ਡੋਲਣਾ ਅਤੇ ਨਾ ਤੁਸੀਂ ਮੈਨੂੰ ਡਿੱਗਣ ਦੇਣਾ। ਰੱਖ ਲੀਨੀ ਹਰ ਮੇਰੀ ਆਬ ਤਾਬ ਜਾਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ। ਮਹਾਰਾਜ ਜੋ ਅੱਜ ਸਾਡੇ ਕੋਲ ਹੈ ਇਹ ਤੁਹਾਡੇ ਪ੍ਰਸਾਦ ਸਦਕਾ ਹੈ, ਤੁਹਾਡੀ ਕਿਰਪਾ ਸਦਕਾ ਹੈ, ਤੁਹਾਡੀ ਮਿਹਰ ਸਦਕਾ ਹੈ। ਇਸ ਕਰਕੇ ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਨਾ। ਕਹਿਤ ਕਬੀਰ ਅਕੁੱਲ ਨਹੀਂ ਚੇਤਿਆ, ਹੇ ਕਬੀਰ ਆਖ ਜਿਨ੍ਹਾਂ ਨੇ ਕੁੱਲ ਤੋਂ ਰਹਿਤ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਵਿਖਿਆ ਸਿਉਂ ਲਪਟਾਨਾ, ਵਿਖਿਆ ਦੇ ਨਾਲ ਯਹਿਰ ਦੇ ਨਾਲ ਲਿਪਟੇ ਹੋਏ ਨੇ ਜੀਵ। ਇਸ ਕਰਕੇ ਜਿਉਂਦੇ ਜੀ ਮਾਂ ਬਾਪ ਨੂੰ ਸਮਝੋ, ਜਿਉਂਦੇ ਜੀ ਵੱਡ ਵਡੇਰਿਆਂ ਦੀ ਸੇਵਾ ਕਰੋ। ਇੱਕ ਬੇਨਤੀ ਇੱਥੇ ਨਾਲ ਕਰਦੇ ਹਾਂ, ਵੱਡ ਵਡੇਰੇ ਵੀ ਸੇਵਾ ਕਰਾਉਣ ਦੇ ਲਾਇਕ ਚਾਹੀਦੇ ਨੇ। ਹੁਣ ਕਈਆਂ ਘਰਾਂ 'ਚ ਦਾਦਾ ਸ਼ਰਾਬ ਪੀਂਦਾ ਜੇ, ਕਈਆਂ ਘਰਾਂ 'ਚ ਅਜੇ ਬੋਲੋ ਜੀ ਦਾਦਾ ਸ਼ਰਾਬ ਪੀਂਦਾ, ਉੱਥੇ ਹੁਣ ਦਾਦੇ ਦਾ ਵੀ ਫਰਜ਼ ਬਣਦਾ ਨਾ ਵੀ ਬਹੁਤ ਜ਼ਹਿਰ ਪੀ ਲਿਆ ਹੁਣ ਮੈਂ ਛੱਡ ਦਿਆਂ ਸਾਰਾ ਕੁਝ, ਹੁਣ ਮੈਂ ਪਿਛਲੀ ਉਮਰੇ ਬਹੁਤ ਜ਼ਹਿਰ ਫੱਕ ਲਿਆ, ਮੈਂ ਤਾਂ ਵੇਚ ਦਿੱਤੀ ਜ਼ਮੀਨ ਆਪਣੇ ਵੱਡ ਵਡੇਰਿਆਂ ਦੀ। ਇੱਥੇ ਕੋਈ ਹਾਲਾਤ ਸਾਡੇ ਇਹ ਬਣੇ ਪਏ ਨੇ, ਆਏ ਦਿਨ ਨਸ਼ਿਆਂ ਦੇ ਨਾਲ ਘਰ ਬਰਬਾਦ ਹੋ ਰਹੇ ਨੇ, ਆਏ ਦਿਨ ਆਏ ਦਿਨ ਆਏ ਦਿਨ ਸਾਡੇ ਘਰਾਂ 'ਚ ਤਬਾਹੀ ਵੱਜ ਰਹੀ ਹੈ। ਇੱਥੇ ਤਾਂ ਜਿਹੜਾ ਮਹਿੰਗਾਈ ਇੰਨੀ ਹੈ ਵੀ ਆਪਣੇ ਘਰ ਦੇ ਖਰਚੇ ਪੂਰੇ ਨਹੀਂ ਹੋ ਰਹੇ, ਅੰਦਾਜ਼ਾ ਲਾਓ ਤੁਸੀਂ। ਅਤੇ ਦੂਜੇ ਬੰਨੇ ਨਸ਼ੇ ਜਿਹੜੇ ਕਰ ਰਹੇ ਨੇ, ਸਾਰੀ ਦਿਹਾੜੀ ਰਿਕਸ਼ਾ ਚਲਾਉਣ ਵਾਲਾ ਸ਼ਾਮਾਂ ਨੂੰ ਜਦੋਂ 50-60 ਦੀ ਉਹ ਵੀ ਲੈ ਕੇ ਪੀਂਦਾ, ਉਹ ਭਲਿਆ ਇਹਦਾ ਸਮਾਨ ਲੈ ਕੇ ਜਾ ਆਪਣੇ ਪਰਿਵਾਰ ਲਈ, ਇਹਦੇ ਨਾਲ ਆਪਣੇ ਬੱਚੇ ਨੂੰ ਕਿਸੇ ਚੰਗੇ ਸਕੂਲ 'ਚ ਪੜ੍ਹਾ,
ਤਾਂ ਕਿ ਉਹ ਬੱਚਾ ਥੋੜ੍ਹਾ ਜਿਹਾ ਐਜੂਕੇਸ਼ਨ ਲੈ ਸਕੇ, ਉਹਨੂੰ ਕੋਈ ਗੁਰਮਤ ਦੀ ਕੋਈ ਸਮਾਜ ਦੀ ਵਿੱਚ ਰਹਿਣ ਦੀ ਉਹਨੂੰ ਕੋਈ ਲਿਆਕਤ ਆ ਸਕੇ, ਪਰ ਨਾ ਇਸ ਬੰਨੇ ਸਾਡਾ ਧਿਆਨ ਹੀ ਨਹੀਂ ਹੈਗਾ। ਨਸ਼ਾ ਨੁਕਸਾਨ ਕਰਦਾ, ਇਸ ਗੱਲ ਨੂੰ ਸਮਝਣਾ। ਹੁਣ ਜੇ ਕੋਈ ਬੰਦਾ ਕਹੇ ਇਸ ਜਿੰਨਾ ਤੂੰ ਜਿੰਨੇ ਦਾ ਨਸ਼ਾ ਕਰਦਾ ਇਸ ਪੈਸਾ ਬਚਾ ਕੇ ਤੂੰ ਬੱਚੇ ਨੂੰ ਇੰਜੀਨੀਅਰ ਡਾਕਟਰ ਬਣਾ ਸਕਦਾ, ਹੁਣ ਕੋਈ ਬੰਦਾ ਕਹੇ ਵੇਖੋ ਜੀ ਮੈਂ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਕੇ ਅਫਸਰ ਵੀ ਬਣਾਇਆ ਤਾਂ ਵੀ ਪੀਤੀ ਹੈ, ਫਿਰ ਠੀਕ ਹੈ? ਨਹੀਂ, ਤਾਂ ਵੀ ਗਲਤ ਹੈ। ਕਿਉਂ? ਇਸ ਪੈਸੇ ਨਾਲ ਤੂੰ ਕਿਸੇ ਹੋਰ ਦੇ ਬੱਚੇ ਨੂੰ ਇੰਜੀਨੀਅਰ ਅਤੇ ਡਾਕਟਰ ਬਣਾ ਸਕਦਾ ਸੀ। ਜਿਹੜਾ ਪੈਸਾ ਤੂੰ, ਮੰਨ ਲਓ ਤੂੰ ਆਪਣੇ ਬੱਚੇ ਨੂੰ ਚੰਗਾ ਪੜ੍ਹਾਇਆ ਤਾਂ ਵੀ ਨਸ਼ਾ ਕੀਤਾ, ਪਰ ਜਿਹੜਾ ਨਸ਼ਾ ਕਰਕੇ ਤੂੰ ਆਪਣੇ, ਸੁਭਾਵਕ ਗੱਲ ਹੈ, ਨੁਕਸਾਨ ਤਾਂ ਕਰਦਾ, ਭਾਵੇਂ ਥੋੜ੍ਹਾ ਅਤੇ ਭਾਵੇਂ ਜ਼ਿਆਦਾ, ਕਿਤੇ ਨਾ ਕਿਤੇ ਅੰਦਰ ਨੁਕਸਾਨ ਤਾਂ ਕਰਦਾ, ਆਪਣਾ ਅਸਰ ਤਾਂ ਕਿਤੇ ਨਾ ਕਿਤੇ ਛੱਡਦਾ, ਕਿਤੇ ਨਾ ਕਿਤੇ ਅੰਦਰ ਨੂੰ ਕਮਜ਼ੋਰ ਕਰਦਾ, ਭਾਵੇਂ ਥੋੜ੍ਹਾ ਭਾਵੇਂ ਜ਼ਿਆਦਾ। ਹੁਣ ਜਿਹੜੇ ਕਹਿੰਦੇ ਜੀ ਡਾਕਟਰਾਂ ਦਾ ਥੋੜ੍ਹੇ, ਡਾਕਟਰ ਰੱਬ ਨਹੀਂ ਹੈ, ਡਾਕਟਰ ਗੁਰੂ ਨਹੀਂ ਹੈ, ਗੁਰੂ ਨੇ ਜੋ ਵਿਚਾਰ ਦਿੱਤੀ ਸੀ ਬੜੀ ਕੀਮਤੀ ਸੀ। ਨਸ਼ਾ ਤਾਂ ਯਾਦ ਰੱਖਣਾ, ਜਿਹੜੀ ਚੀਜ਼ ਇਨਸਾਨ ਦੀ ਸੁਰਤ ਵਿਗਾੜਦੀ ਹੈ ਨਾ, ਗੁਰੂ ਨੇ ਟੋਟਲ ਮਨਾ ਕੀਤੀ ਹੈ। ਇੱਕ ਆਪ ਅੰਦਾਜ਼ਾ ਲਾਓ ਕਿਹੜੀ ਕਿਹੜੀ ਚੀਜ਼ ਹੈ। ਵਿਸ਼ੇ ਵਿਕਾਰ ਸੁਰਤ ਦਾ, ਸੁਰਤ ਉੱਤੇ ਆਪਣਾ ਪ੍ਰਭਾਵ ਪਾਉਂਦੇ ਨੇ, ਗੁਰੂ ਨੇ ਉਹ ਵੀ ਮਨਾ ਕੀਤੇ ਨੇ, ਵਿਸ਼ੇ ਵਿਕਾਰ ਪ੍ਰਭਾਵ ਪਾਉਂਦੇ ਨੇ। ਨਸ਼ਾ ਕੋਈ ਵੀ ਹੈ ਸੁਰਤ ਉੱਤੇ ਅਸਰ ਕਰਦਾ ਹੈ। ਗੁਰੂ ਨੇ ਆਖਿਆ ਭਾਈ ਇਸ ਕਾਇਆ ਦੇ ਨਾਲ ਚੰਗੇ ਕੰਮ ਕਰ, ਸਰੀਰ ਨਰੋਇਆ ਹੋਏਗਾ, ਤੂੰ ਸਮੇਂ ਦਾ ਹਾਣੀ ਬਣ ਕੇ ਸਮਾਜ ਦੇ ਵਿੱਚ ਤੁਰ ਸਕੇਗਾ। ਤਾਂ ਕਰਕੇ ਸਾਨੂੰ ਗੁਰਦੇਵ ਨੇ ਚੰਗੀਆਂ ਵਿਚਾਰਾਂ ਦਿੱਤੀਆਂ, ਚੰਗਾ ਗਿਆਨ ਦਿੱਤਾ, ਉਪਦੇਸ਼ ਦਿੱਤਾ ਕਿ ਆਪਣੀ ਸੁਰਤ ਨੂੰ ਉੱਚਿਆਂ ਚੁੱਕ ਕੇ ਜਿਹੜੇ ਕਰਮਕਾਂਡ ਸਮਾਜ ਵਿੱਚ ਕੀਤੇ ਜਾਂਦੇ ਆ ਉਹਨਾਂ ਕਰਮਕਾਂਡਾਂ ਤੋਂ ਮੁਕਤੀ ਪਾਉਣ ਦਾ ਸੌਖਾ ਤਰੀਕਾ ਦੱਸਿਆ ਗੁਰਦੇਵ ਨੇ। ਬਾਣੀ ਦਾ ਬੜਾ ਪਿਆਰਾ ਵਾਕ, ਮਹਾਰਾਜ ਕਹਿੰਦੇ ਨੇ ਪਿੰਡ ਪੱਤਲ ਮੇਰੀ ਕੇਸੋ, ਪਿੰਡ ਭਰਾਏ ਜਾਂਦੇ ਸਨ, ਜਿਹੜੇ ਪੱਤਲਾਂ 'ਤੇ ਆਪਾਂ ਰੋਟੀ ਖਾਂਦੇ ਹਾਂ ਇਹ ਪੱਤਲ ਮੜੀਆਂ ਵਿੱਚ ਰੱਖੇ ਜਾਂਦੇ ਸਨ, ਉਹਦੇ 'ਤੇ ਜੌਂ ਦੇ ਪਿੰਨੇ ਬਣਾ ਕੇ ਉਹਦੇ 'ਤੇ ਰੱਖੇ ਜਾਂਦੇ ਸਨ ਆਪਣੇ ਮਰ ਗਏ ਪਿੱਤਰਾਂ ਦੇ ਪ੍ਰਤੀ, ਵੀ ਇਹ ਸਾਰਾ ਸਮਾਨ ਉੱਥੇ ਪਹੁੰਚ ਜਾਏਗਾ। ਗੁਰਦੇਵ ਨੇ ਆਖਿਆ ਮੈਨੂੰ ਇਹ ਪਖੰਡ ਕਰਨ ਦੀ ਲੋੜ ਨਹੀਂ, ਪਿੰਡ ਪੱਤਲ ਮੇਰੀ ਕੇਸੋ, ਕੇਸੋ ਦਾ ਅਰਥ ਹੈ ਕੇਸਾਂ ਵਾਲੇ ਪਰਮਾਤਮਾ ਜੀ, ਮੇਰੇ ਵਾਸਤੇ ਸਭ ਕੁਝ ਤੁਸੀਂ ਹੀ ਹੋ, ਤੁਹਾਡੇ ਨਾਲ ਜੁੜਨਾ ਹੀ ਮੇਰੇ ਵਾਸਤੇ, ਪੱਤਲਾਂ ਉੱਤੇ ਭੋਜਨ ਰੱਖ ਕੇ ਵੱਡਿਆਂ ਦੀ ਸੇਵਾ ਕਰਨੀ, ਮੈਨੂੰ ਕੋਈ ਪਖੰਡ ਕਰਨ ਦੀ ਲੋੜ ਨਹੀਂ। ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ, ਸੱਚੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੀ ਮੇਰੀ ਇਹ ਕਿਰਿਆ ਜਿਹੜੀ ਲੋਕ ਆ ਮਗਰੋਂ ਕਰਦੇ ਨੇ। ਸਾਡੇ ਆ ਕਿੰਨੇ ਹੁੰਦੇ ਨੇ ਜਦੋਂ ਸਸਕਾਰ ਕੀਤਾ ਜਾਂਦਾ ਬਾਅਦ ਵਿੱਚ ਹੱਡੀਆਂ ਨੂੰ ਚੁਗਿਆ ਜਾਂਦਾ, ਜਿਹਨੂੰ ਆਪਾਂ ਫੁੱਲ ਕਹਿੰਦੇ ਹਾਂ ਵੀ ਇਹ ਫੁੱਲ ਹੈ ਜੀ, ਬਾਕੀ ਸਰੀਰ ਦੀ ਰਾਖ ਵੱਖਰੀ ਕਰ ਲਈ ਜਾਂਦੀ ਆ, ਉਹ ਹੱਡੀਆਂ ਵੱਖਰੀਆਂ ਕਰਕੇ ਉਹਨੂੰ ਸਪੈਸ਼ਲ ਥਾਂ ਬਣੇ ਹੋਏ ਨੇ, ਜਿਵੇਂ ਕੀਰਤਪੁਰ, ਗੋਇੰਦਵਾਲ ਸਾਹਿਬ, ਹੋਰ ਕਈ ਥਾਂ ਜਿੱਥੇ ਲੈ ਕੇ ਜਾਂਦੇ ਆ ਸਪੈਸ਼ਲ ਮਰਿਆਦਾ। ਅਕਾਲ ਤਖਤ ਵੱਲੋਂ ਜਿਹੜੀ ਪ੍ਰਵਾਨਿਤ ਮਰਿਆਦਾ ਉਹ 'ਚ ਲਿਖੇ ਹੈ, ਜਿੱਥੇ ਵੀ ਤੇਜ਼ ਪਾਣੀ ਵਹਿੰਦਾ ਉੱਥੇ ਤੁਸੀਂ ਜਲ ਪ੍ਰਵਾਹ ਕਰ ਦਿਓ। ਇਹ ਵਹਿਮ ਨਹੀਂ ਪਾਉਣਾ ਵੀ ਆਪਾਂ ਕਿਸੇ ਵਿਸ਼ੇਸ਼ ਜਗ੍ਹਾ 'ਤੇ ਹੀ ਲੈ ਕੇ ਜਾਣਾ, ਧਿਆਨ ਨਾਲ ਸਮਝਿਓ, ਕੋਈ ਵਹਿਮ ਪਾਉਣ ਦੀ ਲੋੜ ਨਹੀਂ। ਜਿੱਥੇ ਵੀ ਤੇਜ਼ ਪਾਣੀ ਵਹਿੰਦਾ ਉੱਥੇ ਜਾ ਕੇ ਜਲ ਪ੍ਰਵਾਹ ਕਰ ਦਿਓ, ਪਰ ਵੱਖਰੇ ਥਾਂ ਬਣ ਗਏ, ਉੱਥੇ ਬਕਾਇਦਾ ਉਹਨਾਂ ਦੇ ਨਾਂ ਦੀਆਂ ਗੜਵੀਆਂ ਲਈਆਂ ਜਾਂਦੀਆਂ, ਉਹਨਾਂ ਦੇ ਨਾਂ ਦੇ ਬਰਤਨ ਲੈ ਜਾਂਦੇ ਨੇ, ਤੁਸੀਂ ਹੈਰਾਨ ਹੋਵੋਗੇ। ਇੱਕ ਥਾਂ 'ਤੇ ਜਾਣ ਦਾ ਮੌਕਾ ਬਣਿਆ, ਬਰਤਨਾਂ ਨੂੰ ਚਿੱਬ ਪਏ, ਜਿਹੜੇ ਦੁਕਾਨ 'ਤੇ ਬਰਤਨ ਵਿਕ ਰਹੇ ਉਹਨੂੰ ਚਿੱਬ ਪਏ, ਅਤੇ ਹੈਰਾਨੀ ਹੋਈ ਵੀ ਉਹ ਚਿੱਬ ਕਿਉਂ ਪਏ, ਕਿਉਂਕਿ ਇੱਕ ਇੱਕ ਗੜਵੀ, ਇੱਕ ਇੱਕ ਥਾਲੀ, ਇੱਕ ਇੱਕ ਗੜਵਾ 20-20 ਵਾਰੀ ਅੰਦਰੋਂ ਉਹ ਆਇਆ ਹੈ, ਸਮਝ ਕੇ ਗੱਲ। ਜਿਵੇਂ ਮੰਦਰ ਦੇ ਬਾਹਰ ਨਾਰੀਅਲ ਵਿਕ ਰਹੇ ਸਨ ਅਤੇ ਜਾ ਕੇ ਇੱਕ ਬੰਦਾ ਸ਼ਰਧਾਲੂ ਕਹਿੰਦਾ ਜੀ ਨਾਰੀਅਲ ਲੈਣਾ, ਕਹਿੰਦਾ ਕਿਹੜਾ ਲੈਣਾ, 5 ਵਾਲਾ, 20 ਵਾਲਾ, 30 ਵਾਲਾ ਕਿ 40 ਵਾਲਾ? ਹੁੰਦਾ ਜੀ ਰੇਟ ਵੱਖਰੇ ਵੱਖਰੇ ਕਿਉਂ? ਕਹਿੰਦਾ 40 ਵਾਲਾ ਜੇ ਇੱਕ ਵਾਰ ਵੀ ਅੰਦਰੋਂ ਨਹੀਂ ਹੋ ਕੇ ਆਇਆ, 30 ਵਾਲਾ 2 ਵਾਰ ਉਹ ਆਇਆ ਅਤੇ 15 ਵਾਲਾ 3 ਵਾਰ ਉਹ ਆਇਆ। ਕਹਿੰਦਾ 5 ਵਾਲਾ, ਕਹਿੰਦਾ ਇਹ ਪਤਾ ਨਹੀਂ ਕਿੰਨੀ ਵਾਰੀ ਅੰਦਰੋਂ ਆਇਆ। ਹੁਣ ਪੁਜਾਰੀਆਂ ਨੇ ਇੰਨੇ ਨਾਰੀਅਲ ਘਰ ਨੂੰ ਖੜ੍ਹਨੇ, ਕਿਤੇ ਉਹ ਫੇਰ ਦੁਕਾਨ 'ਤੇ ਵੇਚ ਜਾਂਦੇ ਆ, ਵਪਾਰੀਕਰਨ ਹੋ ਰਿਹਾ। ਇੱਦਾਂ ਗੜਵੀਆਂ
ਹੁਣ ਇੱਕੋ ਗੜਵਾ ਮਹਿੰਦਰ ਸਿੰਘ ਦੇ ਵੀ ਨਾਲ ਅੰਦਰ ਹੋ ਆਇਆ, ਜੋਗਿੰਦਰ ਸਿੰਘ ਦੇ ਨਾਲ ਹੋ ਆਇਆ, ਸਰਬਜੀਤ ਸਿੰਘ ਦੇ ਵੀ ਨਾਲ ਹੋ ਕੇ, ਤਾਂ ਗੁੱਸਾ ਨਾ ਕਰ ਜੇ ਤੁਹਾਡੇ ਜੋ ਕੋਈ ਨਾਂ, ਮੈਂ ਤਾਂ ਆਪਣਾ ਨਾਂ ਲੈ ਲਿਆ, ਮੈਂ ਆਪਣਾ ਨਾਂ ਤਾਂ ਵਿੱਚ ਲੈ ਲਿਆ ਵੀ ਕੋਈ ਗੁੱਸਾ ਨਾ ਕਰ ਜੇ ਵੀ ਇਹ ਜੋਗਿੰਦਰ ਸਿੰਘ ਦਾ ਨਾਂ ਲਈ ਜਾਂਦਾ, ਕਿਉਂਕਿ ਨਾਂ ਤਾਂ ਸਾਡੇ ਸਾਰੇ ਰਲਦੇ ਹੀ ਆ ਨਾ। ਇੱਕੋ ਗੜਵੀ, ਇੱਕੋ ਥਾਲੀ ਕਿੰਨਿਆਂ ਨੂੰ ਅੰਦਰੋਂ ਘੁਮਾ ਲਿਆਉਂਦੀ ਆ, ਉਹ ਬਰਤਨ ਵਿਕੀ ਜਾਂਦੇ ਆ, ਉੱਥੇ ਉੱਥੇ ਵਪਾਰੀਕਰਨ ਹੋਈ ਜਾਂਦਾ, ਉਹਨਾਂ ਨੇ ਇੰਨੇ ਕੀ ਕਰਨੇ ਆ, ਉੱਥੋਂ ਘੁੰਮ ਘੁੰਮਾ ਕੇ ਫੇਰ ਬਾਹਰ ਤੁਰੇ ਆਉਂਦੇ ਆ। ਅਤੇ ਇੱਕ ਥਾਂ 'ਤੇ ਹੁਣ ਇੱਕੇ ਥਾਂ 'ਤੇ ਹੱਡੀਆਂ ਪੈ ਰਹੀਆਂ, ਜਦੋਂ ਪਾਣੀ ਮਾੜਾ ਜਿਹਾ ਘੜਦੇ ਨਾ, ਦਾਸ ਗੋਇੰਦਵਾਲ ਸਾਹਿਬ ਦੇ ਨਾਲ ਹੀ ਨਗਰ ਹੈ ਤੁੰਦਾ, ਜਿੱਥੇ ਦਾਸ ਰਹਿੰਦਾ, ਉਹ ਜਦੋਂ ਮਾੜਾ ਜਿਹਾ ਪਾਣੀ ਘੜਦੇ ਨਾ, ਟਰੈਕਟਰ ਲਿਆ ਕੇ ਮੁੜ ਕੇ ਕਿਰਾਏ ਨਾਲ ਹੱਡੀਆਂ ਗਾਂਹ ਕੀਤੀਆਂ ਜਾਂਦੀਆਂ, ਸਾਰੀਆਂ ਹੱਡੀਆਂ ਇਕੱਠੀਆਂ ਰਲੀਆਂ ਹੁੰਦੀਆਂ ਉੱਥੇ, ਜਿਹੜੇ ਬੋਝ ਬੋਝ ਕੇ ਰਹਿੰਦੇ ਨਾ, ਵੇਖੀ ਬਾਪ ਨੂੰ ਦੁੱਖ ਨਾ ਹੋਵੇ ਕਿਤੇ, ਟਰੈਕਟਰ ਦੇ ਟਾਇਰਾਂ ਨਾਲ ਚੂਰਾ ਕੀਤੇ ਗਾਂਹ ਖਿੱਚ ਖਿੱਚ ਕੇ ਗਾਂਹ ਕਰਦੇ। ਸਾਡੇ ਹਾਲਾਤ ਵੇਖੋ ਕਿਹੜੇ ਬਣੇ, ਸਾਨੂੰ ਜਿਸ ਅਮੈਰੀਕਾ ਕੈਨੇਡਾ, ਮੈਂ ਤਾਂ ਬਾਹਰ ਵੀ ਬੇਨਤੀ ਕਰਦਾ ਹੁੰਦਾ ਵੀ ਭਲਿਓ ਤੁਸੀਂ ਪਾਣੀ ਦੇ ਘਰ 'ਚ ਰਹਿ ਰਹੇ ਹੋ, ਇੱਥੇ ਜੇ ਕੋਈ ਚੜ੍ਹਾਈ ਕਰਦਾ, ਇੱਥੇ ਉੱਥੇ ਦੇ ਮਸ਼ੀਨੀ ਸਿਸਟਮ ਆ ਸਾਰਾ, ਇੰਨੀ ਕੁ ਹੋ ਜਾਂਦੀ ਹੈ ਚੁਟਕੀ, ਥੋੜ੍ਹਾ ਜ਼ਿਆਦਾ ਹੁੰਦਾ ਹੀ ਨਹੀਂ ਆ, ਉੱਥੇ ਤੁਸੀਂ ਜਲ ਪਾਓ, ਉੱਥੋਂ ਸਪੈਸ਼ਲ ਲੈ ਕੇ ਆਉਂਦੇ ਆ, ਪਤਾ ਕੀ ਕਹਿੰਦੇ, ਬਾਪੂ ਨੂੰ ਇੰਡੀਆ ਖੜਨਾ ਨਾ, ਉਹਨੂੰ ਇੰਡੀਆ ਵਿਖਾਉਣਾ, ਜਦੋਂ ਵਿਚਾਰਾ ਉਦੋਂ ਆਉਂਦਾ, ਉਦੋਂ ਟਿਕਟ ਦੇ ਮਾਰੇ ਉਹਨੂੰ ਆਉਂਦੇ, ਨਹੀਂ ਬਾਪੂ ਇੱਥੇ ਕੋਈ ਗੱਲ ਨਹੀਂ, ਫੋਨ 'ਤੇ ਭੂਆ ਨਾਲ ਗੱਲ ਕਰਾ ਦਿੰਦੇ ਆ, ਜਦੋਂ ਚੜ੍ਹਾਈ ਕਰ ਗਿਆ ਗੁੱਸਾ ਕਰਦੇ ਕਈ, ਫਿਰ ਪਿੱਛੋਂ ਪਲੇਨ 'ਚ ਪਤਾ ਵਾ ਵੀ ਟਿਕਟ ਲੱਗਣੀ ਆ, ਉੱਥੋਂ ਪਾ ਕੇ ਸੂਟਕੇਸ 'ਚ ਲੈ ਆਉਣਾ, ਫਿਰ ਦਿੱਲੀਓਂ ਫੇ ਇੰਡੋ ਕੈਨੇਡੀਅਨ ਬੱਸ 'ਚ ਸੀਟ 'ਤੇ ਬਿਠਾ ਕੇ ਲਿਆਉਣਾ ਬਾਪੂ ਨੂੰ, ਪਤਾ ਇਹ 2000 ਦੀ ਟਿਕਟ ਆ, ਉਹ 70,000 ਦੀ ਟਿਕਟ ਆ, ਪਿੱਛੋਂ ਬਾਪੂ ਸੂਟਕੇਸ 'ਚ ਆ ਗਿਆ, ਇੱਥੇ ਫੇ ਸੀਟ 'ਤੇ ਬਿਠਾ ਲਿਆ, ਮਜ਼ਾ ਤਾਂ ਪਿੱਛੋਂ ਵੀ 70,000-80,000 ਦੀ ਟਿਕਟ 'ਤੇ ਲੈਣਾ, ਨਾਲੇ ਗੋਰਿਆਂ ਨੂੰ ਪਤਾ ਲੱਗੇ ਵੀ ਇਹ ਕੱਚ ਕਿਹਨੂੰ ਲਈ ਜਾਂਦੇ, ਬਾਪੂ ਜੀ ਨੂੰ ਸੀਟ 'ਤੇ ਬਿਠਾ ਕੇ ਖੜ ਰਹੇ ਹਾਂ ਆਪਾਂ, ਉਹ ਭਲਿਓ ਮੈਂ ਤਾਂ ਬੇਨਤੀ ਕੀਤੀ ਸੀ ਬਾਹਰਲਿਆਂ ਸਿੱਖਾਂ ਨੂੰ, ਉਹ ਭਲਿਓ ਇੰਨੇ ਪੈਸੇ ਲਾ ਕੇ ਬਾਹਰ ਗਏ ਜੇ, ਜਿਹੜੇ ਇੱਥੇ ਬਜ਼ੁਰਗ ਚੜ੍ਹਾਈ ਕਰਦੇ ਨੂੰ ਇੱਥੇ ਜਲ ਪ੍ਰਵਾਹ ਕਰ ਦਿਓ, ਸਾਡੇ ਕੋਲ ਤਾਂ ਆਪਣਾ ਕੰਮ ਸੂਤਰ ਨਹੀਂ ਆ ਰਿਹਾ, 2.5 ਦਰਿਆ ਪਾਕਿਸਤਾਨ 'ਚ ਲੱਗੇ, 2.5 ਸਾਡੇ ਕੋਲ ਰਹਿ ਗਏ, ਉਹ ਵੀ ਗੰਦਾ ਹੋ ਗਿਆ ਪਾਣੀ, ਹਾਲਾਤ ਦੇਖੋ ਕਿਹੜੇ ਬਣਦੇ ਜਾ ਰਹੇ, ਪਾਣੀ ਪੀਣ ਵਾਲਾ ਰਹਿ ਗਿਆ, ਜਿਹੜਾ ਪਾਣੀ ਉਹ 'ਚ ਅਸੀਂ ਉਹਨੂੰ ਅਸੀਂ ਫੇਰ ਗੰਦਾ ਕਰੀ ਜਾਂਦੇ ਹਾਂ, ਵੱਖ ਵੱਖ ਥਾਵਾਂ 'ਤੇ ਪਵਾਂਗੇ ਕੁਝ ਬਚਾਅ ਹੋ ਜੂ, ਪਰ ਨਹੀਂ, ਐਂ ਸਪੈਸ਼ਲ ਲੈ ਕੇ ਜਾਂਦੇ, ਐਂ ਪੂਰੀ ਯਾਤਰਾ, ਫਿਰ ਉੱਥੇ ਲਿਖਿਆ ਸਾਰੇ ਅੰਗੀਠੇ ਦੀ ਸੰਭਾਲ ਕਰਨੀ ਹੈ, ਸਾਰੇ ਅੰਗੀਠੇ ਦੀ ਪੂਰੇ ਸਰੀਰ ਦੀ ਰਾਹ ਇਕੱਠੀ ਕਰੋ, ਜਿੱਥੇ ਤੇਜ਼ ਪਾਣੀ ਵਹਿੰਦਾ ਜਲ ਪ੍ਰਵਾਹ ਕਰ ਦਿਓ, ਫਿਰ ਉਹਨੂੰ ਚੁਗਣਗੇ, ਫਿਰ ਮਗਰੋਂ ਉੱਥੇ ਮਤਲਬ ਕਈ ਪ੍ਰਕਾਰ ਦੇ ਪਖੰਡ, ਫਿਰ ਉੱਥੇ ਚਾਦਰ ਪਾ ਕੇ ਆਉਣਗੇ, ਉੱਥੇ ਕਿੱਲੀਆਂ ਠੋਕ ਕੇ ਆਉਣਗੇ, ਪਤਾ ਨਹੀਂ ਕੀ ਕੀ ਕਈ ਪ੍ਰਕਾਰ ਦੇ ਵਹਿਮ ਕੀਤੇ ਜਾਂਦੇ ਨੇ, ਉੱਥੇ ਕੇਲੇ ਰੱਖ ਕੇ ਆਉਣਗੇ, ਫਿਰ ਉੱਥੇ ਜਦੋਂ ਦੀਵਾਲੀ ਹੁੰਦੀ ਹੈ ਬਾਪੂ ਦੇ ਨਾਂ ਦਾ ਦੀਵਾ ਜਗਾ ਕੇ ਆਉਣਗੇ, ਜਿਉਂਦੇ ਬਾਪੂ ਦੇ ਕਮਰੇ 'ਚ ਬਲਬ ਨਹੀਂ ਲਾਇਆ, ਵੱਡਾ ਕਹਿ ਸਕਦੇ ਸੀ ਉਹਨੂੰ ਕਿਹੜਾ ਦਿਖਦਾ, ਲਾਈਟ ਲਾਓ ਨਾ ਲਾਓ ਇੱਕੋ ਜਿਹੀ ਗੱਲ ਆ, ਮਗਰੋਂ ਦੀਵੇ ਜਗਾਉਂਦੇ ਫਿਰਦੇ ਆ। ਵੈਸੇ ਬਜ਼ੁਰਗਾਂ ਦਾ ਦੀਵਾ ਹੁੰਦਾ ਉਹਨਾਂ ਦੀ ਔਲਾਦ, ਦੀਵੇ ਦਾ ਕੰਮ ਹੁੰਦਾ ਰੌਸ਼ਨੀ ਦੇਣੀ, ਜੇ ਔਲਾਦ ਨੇ ਜਿਉਂਦਿਆਂ ਮਾਂ ਬਾਪ ਨੂੰ ਰੌਸ਼ਨੀ ਦਿੱਤੀ, ਮਗਰੋਂ ਦੀਵੇ ਜਗਾਉਣ ਦਾ ਕੀ ਫਾਇਦਾ, ਆਉਂਦੇ ਉਹਨਾਂ ਦੇ ਘਰ ਦਾ ਚਿਰਾਗ, ਇੰਝ ਹੀ ਕਹਿੰਦੇ ਆਪਾਂ, ਬੱਚੇ ਵੱਡਿਆਂ ਦੇ ਘਰ ਦਾ ਚਿਰਾਗ, ਇੰਝ ਹੀ ਕਹਿੰਦੇ ਨਾ ਆਪਾਂ, ਚਿਰਾਗ ਨੇ ਬੱਚੇ ਮਾਂ ਬਾਪ ਦੇ, ਵੱਡ ਵਡੇਰਿਆਂ ਦੇ ਚਿਰਾਗ ਨੇ, ਜਿਸ ਬੱਚੇ ਨੇ ਜਿਉਂਦੇ ਰੌਸ਼ਨੀ ਨਹੀਂ ਕੀਤੀ, ਨਸ਼ਾ ਪੀ ਕੇ ਮੂੰਹ ਥਾਂ ਨੂੰ ਸੁੱਟ ਕੇ ਡਿੱਗਾ ਰਿਹਾ, ਮਗਰੋਂ ਤੇਰੇ ਦੀਵੇ ਜਗਾਉਣ ਖਣੋਂ ਕੀ ਥੁੜੇ, ਜਿਉਂਦਿਆਂ ਮਾਂ ਵਿਚਾਰੀ ਦਰ ਦਰ 'ਤੇ ਕਦੀ ਧੀਆਂ ਕੋਲ ਰੋਟੀ ਖਾਂਦੀ ਫਿਰਦੀ ਹੈ, ਕਦੀ ਭੈਣਾਂ ਕੋਲ ਰੋਟੀ ਖਾਂਦੀ ਫਿਰਦੀ ਹੈ, ਮਗਰੋਂ ਤੇਰੇ ਦੀਵੇ ਜਗਾਉਣ ਖਣੋਂ ਕੀ ਥੁੜਿਆ ਬਈ, ਜਿਹੜਾ ਦੀਵਾ ਜਿਉਂਦਿਆਂ ਰੌਸ਼ਨੀ ਨਹੀਂ ਕਰ ਸਕਿਆ, ਮਿੱਟੀ ਦੇ ਦੀਵਿਆਂ ਨੂੰ ਕੀ ਕਰਨਾ ਵਿਚਾਰਿਆਂ ਨੇ, ਜਿਹੜੇ ਅਸਲੀ ਦੀਵੇ ਉਹ ਤਾਂ ਔਲਾਦ ਸੀ, ਮਾਂ ਬਾਪ ਸੀ, ਜਿਹਨਾਂ ਨੂੰ ਮੈਂ ਸਾਂਭਣਾ ਸੀ, ਜਿਹਨਾਂ ਦੀ ਮੈਂ ਸੇਵਾ ਸੰਭਾਲ ਕਰਨੀ ਸੀ, ਉਸ ਬੰਨੇ ਅਸੀਂ ਤੁਰੇ ਨਹੀਂ। ਆਓ ਅਸਲੀ ਚਿਰਾਗ ਬਣੀਏ, ਸਮੇਂ ਦੇ ਹਾਣੀ ਬਣੀਏ, ਨਸ਼ਿਆਂ ਤੋਂ ਰਹਿਤ ਹੋਈਏ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡੀਏ, ਤਾਂ ਕਿ ਅਸੀਂ ਸਮਾਜ ਦੀ ਹਾਣੀ ਬਣ ਕੇ ਜ਼ਿੰਦਗੀ ਜੂ ਸਕੀਏ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਨੇ ਹਵਾਲੇ ਦੇ ਕੇ ਸਮਝਾਇਆ, ਪਿੰਡ ਪਤਲ ਮੇਰੀ ਕੇਸੋ,
ਕਿਰਿਆ ਸੱਚ ਨਾਮ ਕਰਤਾਰ, ਸਭ ਕੁਝ ਮੇਰੇ ਵਾਸਤੇ ਪਰਮੇਸ਼ਰ ਤੁਹਾਡਾ ਨਾਮ ਹੀ ਹੈ, ਇੱਥੇ ਉੱਥੇ ਅੱਜ ਅਤੇ ਕੱਲ੍ਹ ਹੁਣ ਅਤੇ ਆਉਣ ਵਾਲੇ ਸਮੇਂ 'ਚ। ਇੱਥੇ ਉੱਥੇ ਆ ਗਏ ਪਾਛੇ, ਇਹ ਮੇਰਾ ਆਧਾਰ, ਇਹ ਮੇਰਾ ਆਸਰਾ ਹੈ। ਕੀ? ਤੁਹਾਡਾ ਨਾਮ। ਗੰਗ ਬਨਾਰਸ ਸਿਵਤ ਤੁਮਾਰੀ, ਕੋਈ ਗੰਗਾ ਲੈ ਕੇ ਜਾਂਦਾ ਸੀ ਨਾ, ਬਨਾਰਸ ਗਿਆ, ਉੱਥੇ ਪੱਤਲ ਭਰਾਏ ਜਾਂਦੇ ਸੀ। ਗੁਰੂ ਸਾਹਿਬ ਜੀ ਕਹਿੰਦੇ ਮੇਰੇ ਵਾਸਤੇ ਗੰਗਾ ਅਤੇ ਬਨਾਰਸ, ਰੱਬ ਜੀ ਤੇਰੀ ਸਿਫਤ ਸਲਾਹ ਹੀ ਆ। ਜਦੋਂ ਮੈਂ ਤੇਰੀ ਸਿਫਤ ਸਲਾਹ ਕਰਦਾ ਨਾ, ਜਦੋਂ ਮੈਂ ਤੇਰੇ ਗੁਣ ਗਾਉਣਾ, ਮੇਰੇ ਵਾਸਤੇ ਇਹੋ ਗੰਗਾ ਦਾ ਇਸ਼ਨਾਨ ਹੈ, ਇਹੋ ਹੀ ਮੇਰੇ ਵਾਸਤੇ ਬਨਾਰਸ ਹੈ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਓ। ਜਦੋਂ ਬਾਪੂ ਮੈਂ ਤੇਰੀ ਸਿਫਤ ਸਲਾਹ ਕਰਦਾ ਨਾ, ਇਹੋ ਹੀ ਮੇਰੇ ਵਾਸਤੇ ਸੱਚਾ ਇਸ਼ਨਾਨ ਹੈ। ਮੈਂ ਆਪਣੀ ਆਤਮਾ ਦਾ ਇਸ਼ਨਾਨ ਤੇਰੀ ਸਿਫਤ ਸਲਾਹ ਨਾ ਕਰਦਾ, ਮੈਂ ਆਪਣੇ ਮਨ ਦੀ ਮਹਿਲ ਤੇਰੀਆਂ ਵਡਿਆਈਆਂ ਨਾ ਲਾਉਣਾ ਬਾਪੂ, ਇਹੋ ਹੀ ਮੇਰੇ ਵਾਸਤੇ ਗੰਗਾ ਅਤੇ ਬਨਾਰਸ ਦਾ ਇਸ਼ਨਾਨ ਹੈ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਓ। ਸੱਚਾ ਨਾਵਣ ਤਾਂ ਥੀ ਹੈ, ਆ ਹੈ ਸੱਚਾ ਨਾਉਣਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ। ਤਾਂ ਮਹਾਰਾਜ ਨੇ ਆਖਿਆ, ਮੇਰੀਆਂ ਗੱਲਾਂ ਦਾ ਮਜ਼ਾਕ ਨਾ ਸਮਝਿਓ। ਹੁਣ ਇਹ ਗੱਲਾਂ ਲੋਕਾਂ ਨੂੰ ਤਾਂ ਮਜ਼ਾਕ ਹੀ ਲੱਗਣੀਆਂ ਸੀ ਨਾ, ਜਦੋਂ ਮਹਾਰਾਜ ਨੇ ਕਹੀਆਂ। ਜਿਹੜੇ ਪਖੰਡ ਕਰਦੇ ਸੀ ਉਹਨਾਂ ਨੂੰ ਤਾਂ ਮਹਾਰਾਜ ਦੀਆਂ ਗੱਲਾਂ ਮਜ਼ਾਕ ਹੀ ਲੱਗਣੀਆਂ ਸੀ। ਸੱਚਾ ਨਾਵਣ ਤਾਂ ਥੀ ਹੈ, ਸੱਚਾ ਨਾਉਣਾ ਤਾਂ ਹੈ। ਜਾਂ ਐਨ ਸਲਾਹ ਗਏ ਪਾਓ, ਜੇ ਦਿਨ ਰਾਤ ਤੁਹਾਡਾ ਪਿਆਰ ਬਣਿਆ। ਇੱਕ ਗੱਲ ਬੇਨਤੀ ਕਰਾਂ ਸਾਧ ਸੰਗਤ, ਉਹਨਾਂ ਮਾਪਿਆਂ ਨੂੰ ਜ਼ਿਆਦਾ ਗਿਲਾ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਵੱਡ ਵਡੇਰਿਆਂ ਦੀ ਸੇਵਾ ਕੀਤੀ, ਉਹ ਇਹਨਾਂ ਦੇ ਬੱਚੇ ਨਾ ਨਾ ਕਰਨ। ਹੁਣ ਜਿਸ ਮਾਂ ਨੇ ਆਪਣੀ ਸੱਸ ਦੀ ਬਹੁਤ ਸੇਵਾ ਕੀਤੀ, ਅੱਗੇ ਉਹਦੀ ਨੂੰਹ ਨੂੰ ਨਾ ਪੁੱਛੇ, ਉਹਨੂੰ ਤਰਾਜ਼ ਜ਼ਿਆਦਾ ਹੁੰਦਾ ਹੈ ਕਿ ਮੈਂ ਤਾਂ ਆਪਣੀ ਸੱਸ ਨੂੰ ਆਪਣੀ ਮਾਂ ਸਮਝਿਆ, ਆਪਣੇ ਸਹੁਰੇ ਨੂੰ ਆਪਣਾ ਪਿਤਾ ਸਮਝ ਕੇ ਉਹਦੇ ਮੂੰਹ 'ਚ ਆਪਣੇ ਹੱਥੀਂ ਬੁਰਕੀਆਂ ਪਾਉਂਦੀ ਰਹੀ। ਸਰੀਰ ਦੀ ਕਿਰਿਆ ਵੀ ਆਪਣੇ ਹੱਥੀਂ ਮੈਂ ਨੂੰਹ ਸੱਸ ਸਹੁਰੇ ਦੀ ਕੀਤੀ। ਇਹੋ ਜਿਹੇ ਪਰਿਵਾਰ ਹੀ ਵੇਖੇ ਜਿੱਥੇ ਪਿਛਲੀ ਉਮਰੇ ਆਣ ਕੇ ਵੱਡਿਆਂ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ, ਉੱਥੇ ਨੂੰਹਾਂ ਪੁੱਤ ਸਾਂਭਦੇ ਨੇ। ਪਰ ਜਦੋਂ ਉੱਥੇ ਬੱਚੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਉਹਨਾਂ ਨੂੰ ਗਿਲਾ ਜ਼ਿਆਦਾ ਹੁੰਦਾ। ਪਰ ਗੁੱਸਾ ਨਾ ਮਨਾਇਓ, ਜਿੱਥੇ ਮਾਂ ਨੇ ਆਪਣੀ ਸੱਸ ਨੂੰ ਰੋਟੀ ਨਹੀਂ ਨਾ ਪੁੱਛੀ ਹੁੰਦੀ, ਜਦੋਂ ਉੱਥੇ ਸੱਸ ਉਹਨੂੰ ਉੱਦਾਂ ਦੀ, ਨੂੰਹ ਅੱਗਿਓਂ ਉੱਦਾਂ ਦੀ ਮਿਲਦੀ ਹੈ ਨਾ, ਉੱਥੇ ਮੇਰੇ ਖਿਆਲ ਹਿਸਾਬ ਬਰਾਬਰ ਜਿਹਾ ਹੀ ਹੋ ਜਾਂਦਾ। ਉੱਥੇ ਹਿਸਾਬ ਬੋਲੋ ਜੀ ਬਰਾਬਰ ਜਿਹਾ ਆ ਜਾ, ਉੱਥੇ ਫਿਰ ਗਿਲਾ ਥੋੜ੍ਹਾ ਰਹਿ ਜਾਂਦਾ ਕੋਈ, ਉਹ ਫਿਰ ਗੁਆਂਢਣਾਂ ਵੀ ਆਉਂਦੀਆਂ ਕੋਈ, ਇਹਦੇ ਨਾਲ ਅਜੇ ਘੱਟ ਹੋਈ ਆ, ਇਹਦੇ ਨਾਲ ਅਜੇ, ਬੋਲੋ ਜੀ ਖਾਲੀ ਥਾਂ ਭਰੋ, ਇਹਦੇ ਨਾਲ ਅਜੇ ਘੱਟ ਹੋਈ ਆ। ਇਹ ਤਾਂ ਸੱਸ ਨਾਲ ਬਹੁਤ ਕਰਦੀ ਹੁੰਦੀ ਸੀ, ਇਹਦੇ ਨਾਲ ਤਾਂ ਅਜੇ ਬਹੁਤ ਹੀ ਘੱਟ ਹੋਈ ਹੈ, ਇਹਨੂੰ ਤਾਂ ਅਜੇ ਫਿਰ ਵੀ ਕੁਝ ਪ੍ਰਸੈਂਟ ਚੰਗੀ ਮਿਲ ਗਈ ਆ, ਜਿਹੜੀ ਕਦੀ ਕਦੀ ਤਾਂ ਰੋਟੀ ਪਕਾ ਕੇ ਦਿੰਦੀ। ਇਹ ਤਾਂ ਸੱਸ ਨੂੰ ਉਹ ਵੀ ਨਹੀਂ ਸੀ ਪੁੱਛਦੀ ਹੁੰਦੀ, ਗਿਲਾ ਉਹਨਾਂ ਨੂੰ ਵੱਧ ਹੁੰਦਾ ਜਿਨ੍ਹਾਂ ਨੇ। ਵੈਸੇ ਬਾਣੀ ਦਾ ਬੜਾ ਪਿਆਰਾ ਬਚਨ ਹੈ, ਫਰੀਦਾ ਲੋੜ ਹੈ ਦਾਖ ਬਿਜੋਰੀਆਂ, ਲਭਦਾ ਅਤੇ ਬਿਜੋਰ ਲਾਗੇ ਦੇ ਅੰਗੂਰ ਆ, ਦਾਖਾਂ ਵਾ ਅਤੇ ਕਿੱਕਰ ਬੀਜਾ ਜੱਟ। ਹੁਣ ਘਰ 'ਚ ਬੀਜ ਕੇ ਨਾ ਕਿੱਕਰ, ਅਤੇ ਸਾਰਾ ਟੱਬਰ ਟੋਕਰੀਆਂ ਖਰੀਦ ਲਿਆਇਆ ਸ਼ਹਿਰੋਂ। ਗੁਆਂਢੀਆਂ ਪੁੱਛਿਆ ਕਿਉਂ ਲਿਆਏ ਜੇ, ਕਹਿੰਦੇ ਇਹਨੂੰ ਅੰਗੂਰ ਲੱਗਣੇ ਆ, ਦਾਖਾਂ ਪਕਾ ਕੇ ਰੱਖਾਂਗੇ, ਸਾਰਾ ਟੱਬਰ ਖਾਇਆ ਕਰਾਂਗੇ। ਗੁਆਂਢੀ ਹੱਸ ਰਹੇ ਨੇ, ਚੱਲਿਓ ਕਿੱਕਰਾਂ ਨੂੰ ਅੰਗੂਰ ਨਹੀਂ ਲੱਗਦੇ, ਸਮਝਦੇ ਜੇ ਗੱਲ। ਜਿਹੜੇ ਬੱਚਿਆਂ ਸਾਹਮਣੇ ਪੁੱਠੇ ਕੰਮ ਕਰਦੇ ਨੇ, ਜਿਹੜੇ ਆਪ ਜ਼ਹਿਰ ਬੀਜ ਰਹੇ ਨੇ, ਇਹ ਕਿੱਕਰਾਂ ਬੀਜ ਕੇ ਦਾਖਾਂ, ਕਿੱਕਰਾਂ ਬੀਜ ਕੇ ਵੇਖ ਰਹੇ ਨੇ ਵੀ ਇਹਨੂੰ ਦਾਖਾਂ ਲੱਗਣੀਆਂ। ਲੋੜੈ ਦਾਖ ਬਿਜੋਰੀਆਂ। ਹੁਣ ਇਹ ਸਲੋਕ ਕਦੋਂ ਆਉਂਦਾ ਜੀ ਸਾਡੇ ਘਰ ਭਲਾ, ਕਦੋਂ ਪੜ੍ਹਿਆ ਜਾਂਦਾ ਜੀ ਭਲਾ? ਬਾਬੇ ਫਰੀਦ ਦੇ ਸਲੋਕ ਸਾਡੇ ਘਰ ਕਦੋਂ ਪੜ੍ਹੇ ਜਾਂਦੇ ਸਤਸੰਗ ਜੀ? ਬੋਲੋ ਸਤਸੰਗ ਜੀ, ਮੁੱਲਾ ਤਾਂ ਸੁਣਿਆ ਹੀ ਨਹੀਂ, ਗ੍ਰੰਥੀ ਸਿੰਘ ਨੂੰ ਤਾਂ ਪਤਾ ਹੋਣਾ ਕਦੋਂ ਪੜ੍ਹੇ ਜਾਂਦੇ ਜੀ ਭਲਾ? ਅਖੰਡ ਪਾਠ ਵਾਲੇ ਦਿਨ ਜਦੋਂ ਭੋਗ ਪੈਂਦਾ, ਕਿੰਨੇ ਵਜੇ ਪੜ੍ਹੇ ਜਾਂਦੇ ਸਵੇਰੇ ਸਤਸੰਗ ਜੀ?
ਵੇਖੋ ਜਵਾਬ ਕਿੱਡਾ ਢਿੱਲਾ ਹੈ। ਸਵੇਰੇ ਸਵੇਰ ਪੜ੍ਹੇ ਜਾਂਦੇ ਆ, ਆਪਾਂ ਕੀ ਕਰ ਰਹੇ ਹੁੰਦੇ ਉਸ ਵੇਲੇ ਭਲਾ? ਉਸ ਵੇਲੇ ਉਹ ਤਿਆਰੀ ਹੋ ਰਹੀ, ਸ਼ਗਨ ਲਾਉਣ ਵਾਲੇ ਆਉਣਾ ਨਾ ਮੁੜ ਕੇ 10:30 ਵਜੇ, ਤਿਆਰੀ ਹੋ ਰਹੀ ਹੈ, ਇੱਥੇ ਟੈਂਟ ਲਾਉਣਾ ਆਪਾਂ, ਇੱਥੇ ਗੋਲ ਗੱਪਿਆਂ ਦੀ ਰੇਹੜੀ ਲਾਉਣੀ ਆ, ਇੱਥੇ ਫਰੂਟ ਚਾਟ ਹੋਊਗਾ, ਭਾਈ ਇਹਦੀ ਡਿਊਟੀ ਲਾਈ ਹੈ ਵੀ ਤੇਰੀ ਪਨੀਰ 'ਤੇ ਡਿਊਟੀ ਲਾਉਣੀ ਆ, ਨਹੀਂ ਤਾਂ ਟਿੱਕੀਆਂ ਟੁੱਕੀਆਂ ਕਈ ਵਾਰੀ ਗੁਆਂਢੀ ਚੁੱਕ ਕੇ ਲੈ ਜਾਂਦੇ ਹਲਵਾਈਆਂ ਕੋਲੋਂ। ਗ੍ਰੰਥੀ ਸਿੰਘ ਕੋ ਆ ਰਿਹਾ, ਕੋ ਜਾ ਰਿਹਾ, ਪਾਠ ਹੋ ਰਿਹਾ ਨਾ, ਕਿਸੇ ਦਾ ਕੋਈ ਬਾਣੀ ਵੱਲ ਧਿਆਨ ਨਹੀਂ ਹੈ ਧਿਆਨ। ਕਲਾਕਾਰ ਦੇ ਗਾਣੇ ਕੋਲ ਬਹਿ ਕੇ ਸੁਣਦੇ ਹਾਂ, ਗ੍ਰੰਥੀ ਪਾਠੀ ਪਾਠ ਇਕੱਲਾ ਕਰ ਜਾਂਦਾ, ਮੁੜ ਕੇ ਸੁੱਖ ਲੱਭਦੇ ਆਣਗੇ। ਬਾਬਾ ਅਰਦਾਸ ਕਰ ਮੇਰੇ ਨੌਂ ਪੁੱਤ ਮੇਰੀ ਸੇਵਾ, ਕਿਉਂ ਕਰਨ ਵੀ ਨੌਂ ਪੁੱਤ ਸੇਵਾ, ਤੁਸੀਂ ਬੀਜਿਆ ਤਾਂ ਜ਼ਹਿਰ ਹੈ। ਕਲਾਕਾਰ ਦੇ ਅਖਾੜੇ ਸੁਣਨ ਲੱਗਿਆਂ ਅਤੇ ਬੜਾ ਸਾਡੇ ਕੋਲ ਸਮਾਂ ਸੀ, ਬੜਾ ਸਾਡੇ ਕੋਲ ਟਾਈਮ ਸੀ, ਅੱਧਾ ਪੌਣਾ ਘੰਟਾ 20 ਮਿੰਟ ਲਾਉਂਦੇ ਅਸੀਂ ਲਾਵਾਂ ਵੇਲੇ, ਸਿਰਫ 20-25 ਮਿੰਟ, 20-25 ਮਿੰਟ ਲਾਵਾਂ ਵੇਲੇ ਲੱਗਦਾ, ਅਤੇ ਬਾਕੀ ਸਾਰਾ ਕੰਮ ਪੈਲਸਾਂ ਵਿੱਚ ਨੱਚਣ ਟੱਪਣ 'ਤੇ ਜ਼ੋਰ ਲੱਗਦਾ। ਉੱਥੇ ਬੀਬੀਆਂ ਦਾੜੀਆਂ ਵਾਲੇ ਵੀ ਬੈਠੇ ਨੇ, ਸਾਡੀਆਂ ਸਤਿਕਾਰਯੋਗ ਮਾਵਾਂ ਵੀ ਉੱਥੇ ਅੱਗੇ ਹੋ ਕੇ ਬੈਠੇ। ਕੋਈ ਨਹੀਂ ਕਹਿੰਦਾ ਵੀ ਅਸੀਂ ਜ਼ਹਿਰ ਨੂੰ ਬੰਦ ਕਰੋ, ਦਵਾਈ ਰੱਬ ਦੀ, ਇਸ ਪਵਿੱਤਰ ਆਨੰਦ ਕਾਰਜ ਨੂੰ ਗੰਧਲਾ ਕਰੀਏ ਆਪਾਂ। ਇੱਥੇ ਗੁਰਮਤੀਆਂ ਵਿਚਾਰਾਂ ਵੀ ਹੋ ਸਕਦੀਆਂ ਸਨ, ਇੱਥੇ ਕੋਈ ਅਕਲ ਵਿਚਾਰ ਵਾਲੀ ਵੀ ਗੱਲ ਹੋ ਸਕਦੀ ਸੀ। ਵਿਚੋਲਣ ਨੇ ਜਾ ਕੇ ਘਰ ਦੱਸਿਆ ਹੋਏਗਾ, ਬੜਾ ਦਾਨਾ ਪਰਿਵਾਰ ਹੈ ਤੇਰਾ, ਧੀਏ ਸਹੁਰਾ ਤੇਰਾ ਪੜ੍ਹਿਆ ਪੰਚਾਇਤਾਂ 'ਚ ਫੈਸਲੇ ਸੁਣਾਉਂਦਾ, ਸੱਸ ਤੇਰੀ ਨੂੰ ਪਿੰਡ ਵਿੱਚ ਮੁਹੱਲੇ ਵਿੱਚ ਲੋਕ ਪੁੱਛ ਕੇ ਤੁਰਦੇ, ਇੰਨੀ ਸਿਆਣੀ ਆ, ਦੇਰ ਜੇਠਾਂ ਦਾ ਬੜਾ ਪ੍ਰਭਾਵ ਹੈ। ਪਰ ਜਦੋਂ ਵਿਆਹੁਣ ਗਏ, ਜਦੋਂ ਉਹਨੇ ਸੱਸ ਨੂੰ ਪਹਿਲਾਂ ਪਾਉਂਦੇ ਵੇਖਿਆ ਪੈਲਸ 'ਚ, ਫੜ ਫੜ ਕੇ ਥੱਲੇ ਲਾਉਂਦੀ ਲਾਉਣੀ ਪਈ ਵੀ ਬੇਬੇ ਬਸ ਕਰ ਜਾ, ਤੇਰੀ ਤਾਂ ਡਿਸਕ ਹਿੱਲੀ ਆ। ਆਉਂਦੀ ਲੈ ਬਾਰ ਬਾਰ ਪੋਤਰੇ ਦਾ, ਪੁੱਤ ਦਾ ਵਿਆਹ ਹੋਣਾ ਕਿੱਥੇ, ਗੁੱਸਾ ਨਾ ਮਨਾਇਓ, ਹਕੀਕਤ ਹੈ ਸਾਡੇ ਸਮਾਜ ਦੀ। ਉੱਥੇ ਬਜ਼ੁਰਗ ਵੀ ਨੱਚਦਾ ਹੈ, ਮਾਵਾਂ ਵੀ ਨੱਚਦੀਆਂ ਨੇ, ਅਤੇ ਉਹ ਜਿਹੜੀ ਵਿਆਹੁਣ ਜਿਹਨੂੰ ਵਿਆਹੁਣ ਗਿਆ ਸੀ ਨਾ ਧੀ ਨੂੰ, ਉਹ ਮਨ 'ਚ ਸੋਚਦੀ ਵੀ ਚੋਲਣਾਂ ਦੀ ਸੀ, ਗੁਰਮੁਖ ਪਰਿਵਾਰ ਬੜਾ ਹੈ ਅਤੇ ਸਾਰੇ ਨਾਚਿਆਂ ਦਾ ਪਰਿਵਾਰ ਹੈ, ਮੈਨੂੰ ਤਾਂ ਹਫ਼ਤਾ ਹੋ ਗਿਆ ਪਾਠ ਸਿੱਖਣ ਡਈ, ਮੈਂ ਤਾਂ ਮੇਰੀ ਤਾਂ ਮਾਂ ਬਾਪ ਨੇ ਆਖਿਆ ਤੂੰ ਪਾਠ ਸਿੱਖ ਲੈ, ਸਹੁਰੇ ਘਰ ਪਾਠ ਕਰਨਾ ਪੈਣਾ, ਇਹ ਤਾਂ ਹੋਰ ਹੀ ਪਾਠ ਕਰਦੇ ਆ, ਇਹ ਤਾਂ ਸਹੁਰਾ ਵੀ ਨੱਚੀ ਜਾਂਦਾ, ਇਹ ਫੈਸਲੇ ਕਰਾਉਂਦਾ, ਇਹ ਤਾਂ ਵੇਖ ਕਲਾਕਾਰਾਂ ਦੇ ਉੱਤੋਂ ਦੀ ਕਿੱਦਾਂ ਦੱਥੀਆਂ ਨੋਟਾਂ ਦੀਆਂ ਵਾਰਦਾ। ਫਿਰ ਮਨ 'ਚ ਪਤਾ ਕੀ ਸੋਚਦੀ ਹੈ, ਨੱਚੋ ਨੱਚੋ ਨਚਾਓ ਤੁਹਾਨੂੰ ਮੈਂ, ਮੈਨੂੰ ਇੱਕ ਵਾਰ ਖੜੋ ਸਹੀ ਆਪਣੇ ਘਰ, ਇਹੋ ਜਿਹਾ ਪੜ੍ਹਨੇ ਪਾਉਂਦੀ ਸਾਰੇ ਟੱਬਰ ਨੂੰ। ਫਿਰ ਨਾ ਅਰਦਾਸ, ਬਾਬਾ ਜੀ ਲਾਚੀ ਦੇ ਦਿਓ, ਬਾਬਾ ਜੀ ਲੌਂਗ ਦੇ ਦਿਓ, ਕੋਈ ਨੋਂ ਨੂੰ ਅਕਲ ਆ ਜਾਏ, ਗੁੱਸਾ ਨਾ ਮਨਾਇਓ, ਜੋ ਬੀਜਿਆ ਵੱਢਣਾ ਪੈਣਾ ਹੈ। ਜਿਸ ਨੂੰ ਵਿਆਹੁਣ ਗਏ ਜੇ ਪਹਿਲੇ ਦਿਨ ਪ੍ਰਭਾਵ ਇਹ ਪੈ ਜਾਂਦਾ, ਬੜਾ ਦਾਨਾ ਪਰਿਵਾਰ ਹੈ, ਬੜਾ ਗੁਰਮੁਖ ਪਰਿਵਾਰ ਹੈ, ਐਂ ਬਾਣੀ ਦੀ ਵਿਚਾਰ ਸੁਣਦਾ, ਨਾਲ ਢਾਡੀ ਲੈ ਕੇ ਆਇਆ ਰਾਗੀ, ਨਾਲ 1.5-2 ਘੰਟੇ ਕੀਰਤਨ ਦੀ ਹੋਇਆ, ਨਾਲ ਲਾਵਾਂ ਦੀ ਵਿਆਖਿਆ ਹੋਈ ਆ। ਧੀ ਵੀ ਮਨ 'ਚ ਸੋਚੂਗੀ ਨਾ ਵੀ ਪੇਕੇ ਜੋ ਬੜੀਆਂ ਮਨਮਾਨੀਆਂ ਕੀਤੀਆਂ, ਬੜਾ ਸਿਆਣਾ ਪਰਿਵਾਰ ਤੈਨੂੰ ਮਿਲਿਆ, ਉੱਥੇ ਉਹਨਾਂ ਵਰਗੀ ਨਹੀਂ ਹੋਣਾ। ਅਸੀਂ ਤਾਂ ਪਹਿਲੇ ਦਿਨ ਯਾਰ ਬੀਜਣਾ ਸ਼ੁਰੂ ਕਰ ਦਿੱਤਾ। ਆਓ ਵਾਪਸ ਪਰਤੋ, ਇਹਨਾਂ ਆਨੰਦ ਕਾਰਜਾਂ ਦੇ ਸਮਾਗਮਾਂ ਨੂੰ ਗੁਰਮਤਿ ਸਮਾਗਮ ਬਣਾਈਏ, ਗੰਧਲੇ ਨਾ ਕਰੀਏ। ਜਿੱਦਾਂ ਆਪਾਂ ਇੱਦਾਂ ਬੈਠੇ ਹਾਂ, ਲਾਵਾਂ ਵੇਲੇ ਵੀ ਇੱਦਾਂ ਵਿਆਖਿਆ ਹੋ ਸਕਦੀ ਹੈ, ਇੱਦਾਂ ਦੇ ਸਮਾਗਮ ਲਾਵਾਂ ਵੇਲੇ ਵੀ ਹੋ ਸਕਦੇ ਆ, ਐਂ ਪੰਡਾਲ ਖਚਾ ਖਚ ਭਰੇ ਹੋਣ, ਜੇ ਗੱਡੀਆਂ ਨਾਲ 10 ਗਈਆਂ ਨੇ ਉਹ ਸਾਰੀਆਂ ਗੁਰਦੁਆਰੇ ਪਹੁੰਚਣ। ਇਮਾਨਦਾਰ ਨਾਲ ਸੋਚਿਓ, ਬਜ਼ੁਰਗ ਬੈਠੇ ਹੋ, ਸਿਆਣੇ ਮੇਰੇ ਵੀਰ ਭਰਾ ਬੈਠੇ ਹੋ, ਜੇ 100-150 ਬਰਾਤ ਜਾਂਦੀ ਹੈ ਤਾਂ ਲਾਵਾਂ ਵੇਲੇ ਕਿੰਨੇ ਪਹੁੰਚਦੇ ਭਲਾ, ਬੋਲੋ ਜੀ, ਛੇਤੀ ਮੰਨ ਜਾਓ, ਕਿੰਨੇ ਜੀ? 10-15, ਬਾਕੀ ਉਹਦੇ ਲੱਤਾਂ 'ਤੇ ਉੱਥੇ ਕੁਰਸੀਆਂ 'ਤੇ ਲੱਤਾਂ 'ਤੇ ਲੱਤ ਰੱਖ ਕੇ ਕਿਹੜੀ ਪਾਰਟੀ ਜਿੱਤੂਗੀ ਯਾਰ? ਕੀ ਇੱਦਾਂ ਗੱਲਾਂ ਹੋ ਰਹੀਆਂ ਉੱਥੇ? ਪਾਰਟੀਆਂ 'ਚ ਤਾਂ ਹੁਣ ਆਏ ਆਨੰਦ ਕਾਰਜ 'ਤੇ ਆ, ਉੱਥੇ ਪਾਰਟੀਆਂ 'ਚ ਤਾਂ ਆ ਰਹੇ ਆਨੰਦ ਕਾਰਜ 'ਚ ਬੈਠੇ, ਆਮ ਪਾਰਟੀ ਜਿੱਤੂਗੇ, ਅਕਾਲੀ ਜਿੱਤਣਗੇ, ਕਾਂਗਰਸ ਆਊਗੀ ਯਾਰ? ਕੀ
ਗੁੱਸਾ ਨਾ, ਉੱਥੇ ਮੇਰੀਆਂ ਭੈਣਾਂ ਮਾਤਾਵਾਂ ਨੂੰਹਾਂ ਇੱਕ ਬੰਨੇ ਬੇਟੀਆਂ, ਤੇਰੀ ਸੱਸ ਦਾ ਕੀ ਹਾਲ ਹੈ, ਬੜੀ ਚੰਦਰੀ ਭੈਣੇ, ਸੱਸਾਂ ਇੱਕ ਬੰਨੇ ਹੋ ਕੇ ਨੂੰਹਾਂ ਬਾਰੇ ਪੁੱਛ ਗੁਜਣਾ ਪੈਣੇ, ਵੱਡੀ ਨੇ ਪੜ੍ਹਨੇ ਪਾਇਆ ਸਾਨੂੰ, ਝੋਨਾ ਕਿੰਨਾ ਕੁ ਨਿਕਲਿਆ, ਕਣਕ ਨਿਕਲੀ, ਆਏ ਆਨੰਦਕਾਰੀ ਤੇ ਆ ਗੱਲਾਂ ਘਰੇਲੂ ਹੈ, ਗੁੱਸਾ ਨਾ ਮਨੇ, ਹਕੀਕਤ ਹੈ ਸਾਡੇ ਸਮਾਜ ਦੀ, ਬਹੁਤ ਗੱਲਾਂ ਸਮਾਜ ਵਿੱਚ ਕਰ ਲਈਆਂ, ਗੁਰੂ ਕੋਲ ਆਣ ਕੇ ਤਾਂ ਗੁਰੂ ਦੀਆਂ ਗੱਲਾਂ ਕਰ ਲਓ, ਅਸੀਂ ਆਪਣੇ ਘਰ ਜਾ ਕੇ ਤਾਂ ਆਪਣੀਆਂ ਗੱਲਾਂ ਕਰ ਲਈਆਂ, ਕਮ ਸੇ ਕਮ ਇੱਥੇ ਆਣ ਕੇ ਤਾਂ ਗੁਰੂ ਦੀ ਗੱਲ ਸੁਣ ਲਈਏ ਅਸੀਂ, ਅਸੀਂ ਤਾਂ ਗੁਰੂ ਕੋਲ, ਜੇ ਸਾਡਾ ਬੱਚਾ ਸਕੂਲੇ ਪੜ੍ਹਨ ਜਾਵੇ ਉੱਥੇ ਜਾ ਕੇ ਘਰ ਦੀਆਂ ਗੱਲਾਂ ਕਰੇ, ਸਾਡੇ ਇੰਨੇ ਕਿੱਲੇ ਪੱਠੇ ਆ ਜੀ, ਸਾਡੀਆਂ ਇੰਨੀਆਂ ਮੱਝਾਂ ਜੀ, ਸਾਡੇ 3 ਟਰੈਕਟਰ ਆ ਜੀ, ਟੀਚਰ ਕਹੇਗਾ ਇੱਥੇ ਬਹਿ ਕੇ ਪੜ੍ਹ, ਫੀਸ ਦਿੱਤੀ ਜਾਂਦੀ ਤੇਰੇ ਘਰਦਿਆਂ ਵੱਲੋਂ ਤੈਨੂੰ ਪੜ੍ਹਨ ਦੀ, ਤੂੰ ਪੜ੍ਹਨਾ ਇੱਥੇ ਆਣ ਕੇ, ਬੱਚਾ ਉੱਥੇ ਜਾ ਕੇ ਸਾਰੀਆਂ ਗੱਲਾਂ ਭੁੱਲ ਕੇ ਕੇਵਲ ਪੜ੍ਹਦਾ ਹੈ, ਅਤੇ ਅਸੀਂ ਗੁਰਦੁਆਰੇ ਆਣ ਕੇ ਗੁਰੂ ਕੋਲ ਆਣ ਕੇ ਆਪਣੀਆਂ ਗੱਲਾਂ ਕਰਦੇ ਹਾਂ। ਜਿੱਦਣ ਮੈਨੂੰ ਗੁਰੂ ਕੋਲ ਬਹਿਣਾ ਆ ਗਿਆ, ਸ਼ਾਇਦ ਉਹ ਦਿਨ ਮੇਰੇ ਅੰਦਰ ਕੋਈ ਨਾ ਕੋਈ ਕਿਣਕਾ ਗੁਰਮਤ ਦਾ ਵੱਸ ਜਾਏ, ਵਾਪਸ ਪਰਤੋ, ਸਿਆਣੇ ਬਣ ਜਾਈਏ, ਗੁਰੂ ਦੀ ਮਾਦੇ ਧਾਰਨੀ ਹੋ ਕੇ ਦੱਸ ਦਿਓ ਦੁਨੀਆਂ ਨੂੰ, ਬੜਾ ਮਜ਼ਾਕ ਉਡਾ ਲਿਆ ਅਸੀਂ ਆਪਣਾ ਆਪ ਹੀ, ਜੇ ਫਿਲਮਾਂ ਸਾਡੇ 'ਤੇ ਬਣੀਆਂ ਨੇ ਉਹ ਕੋਈ ਅਤਕਥਨੀ ਨਹੀਂ, ਅਸੀਂ ਮਜ਼ਾਕ ਆਪਣਾ ਉਡਾਇਆ ਹੈ, ਜਦੋਂ ਪੈਲਸ ਦੇ ਸਾਹਮਣੇ ਰੋਡ ਦੇ ਉੱਤੇ ਖਲੋ ਕੇ ਸਾਡੀਆਂ ਸੜਕਾਂ ਦੇ ਉੱਤੇ ਖਲੋ ਕੇ ਸਾਡੀਆਂ ਧੀਆਂ ਨੱਚਦੀਆਂ, ਬੱਸਾਂ ਵਿੱਚ ਖਲੋਤੇ ਲੋਕ ਜਦੋਂ ਵੇਂਹਦੇ ਨੇ ਉਹ ਆ ਸਰਦਾਰਾਂ ਦੀ ਧੀ ਨੱਚ ਰਹੀ ਹੈ, ਇੱਕ ਵਾਰ ਸੋਚ ਕੇ ਵੇਖੋ, ਤੁਸੀਂ ਜਿਸਮ ਦੀ ਨੁਮਾਇਸ਼ ਕਰ ਰਹੇ ਹੋ, ਉੱਥੇ ਕਿਸੇ ਨੇ ਰੋਕਿਆ, ਉਹ ਬਾਣੀ ਪੜ੍ਹ ਕੇ ਵੀ ਆਨੰਦ ਕਾਰਜ ਹੋ ਸਕਦਾ ਸੀ, ਆਓ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਬਾਣੀ ਦੀ ਵਿਚਾਰ ਵੀ ਹੋ ਸਕਦੀ ਸੀ, ਪਰ ਨਹੀਂ ਜੀ, ਉੱਥੇ ਸਾਨੂੰ ਇਹ ਗੱਲਾਂ ਕਹਿ ਕੇ ਜਾਏਗਾ ਕਿੱਥੇ ਕੋਈ, ਸਾਨੂੰ ਕੋਈ ਅਕਲ ਦੇ ਕੇ ਜਾਏਗਾ ਕਿੱਥੇ, ਸਾਧ ਸੰਗਤ ਸਾਨੂੰ ਕੋਈ ਇੰਨੀ ਗੱਲ ਸਿਆਣੀ ਕਹਿ ਕੇ ਦੱਸੇਗਾ, ਕੋਈ ਜਾਓ, ਅਸੀਂ ਸਿਆਣੀ ਗੱਲ ਕਿਸੇ ਦੀ ਮੰਨਣੀ ਨਹੀਂ, ਇਸ ਕਰਕੇ ਵਾਪਸ ਪਰਤੋ, ਸੱਚਾ ਨਹਾਉਣ ਤਾਂ ਥੀ ਹੈ, ਸੱਚਾ ਨਹਾਉਣਾ ਇਹ ਹੈ ਜਾਂ ਐਨ ਸਲਾਗੈ ਪਾਓ, ਮੇਰਾ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਬਣ ਜਾਏ, ਪੰਥਾ ਪ੍ਰੇਮ ਨਾ ਜਾਣੇ ਹੀ, ਭੁੱਲੀ ਫਿਰੈ ਗਵਾਰ, ਹੇ ਜੀਵ ਇਸਤਰੀਏ ਤੂੰ ਰੱਬ ਦੇ ਰਸਤੇ 'ਤੇ ਤੁਰਨਾ ਨਹੀਂ ਜਾਣਦੀ, ਹੋਰ ਹੀ ਕੰਮਾਂ 'ਚ ਭੁੱਲੀ ਫਿਰਦੀ ਹੈ, ਪੰਥਾ ਪ੍ਰੇਮ ਨਾ ਜਾਣੇ ਹੀ, ਭੁੱਲੀ ਫਿਰੈ ਗਵਾਰ, ਹੇ ਗਵਾਰੇ, ਹੇ ਜੀਵ ਇਸਤਰੀਏ, ਹੇ ਇਨਸਾਨ, ਤੂੰ ਕਿਹੜਿਆਂ ਕੰਮਾਂ 'ਚ ਪਿਆ ਹੋਇਆ, ਤੂੰ ਤਾਂ ਪੁੱਠੀਆਂ ਕੰਮਾਂ 'ਚ ਪੈ ਗਿਆ, ਆ ਸੱਚ ਦੇ ਰਸਤੇ 'ਤੇ ਤੁਰ, ਸੱਚਾ ਨਾਵਣ ਤਾਂ ਥੀ ਹੈ ਜਾਂ ਐਨ ਸਲਾਗੈ ਫਾਓ, ਇੱਕ ਲੋਕੀ ਧਿਆਨ ਨਾਲ ਸੁਣਿਓ, ਅਖੀਰਲਾ ਬੰਦ ਹੈ, ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ, ਤਿੰਨ ਪਿੰਨੇ ਵੱਟਦਾ ਬ੍ਰਾਹਮਣ, ਇੱਕ ਦੇਵਤਿਆਂ ਅੱਗੇ ਰੱਖਦਾ, ਇੱਕ ਮਰ ਗਿਆ ਪਿੱਤਰਾਂ ਦੇ ਪ੍ਰਤੀ ਮੜੀਆਂ ਜਾ ਕੇ ਰੱਖਦਾ, ਇੱਕ ਆਪਣੇ ਲਈ ਰੱਖਦਾ, ਤਿੰਨ ਪਿੰਨੇ ਵੱਟਦਾ, ਇੱਕ ਲੋਕੀ ਹੋਰ ਸ਼ਮੇਸ਼ਰੀ, ਇੱਕ ਜਿਹੜੇ ਦੇਵੀ ਦੇਵਤੇ ਉਹਨਾਂ ਵਾਸਤੇ, ਇੱਕ ਪਿੱਤਰਾਂ ਵਾਸਤੇ, ਇੱਕ ਆਪਣੇ ਲਈ, ਬ੍ਰਾਹਮਣ ਵੱਟ ਪਿੰਡ ਖਾਏ, ਇੱਕ ਬ੍ਰਾਹਮਣ ਨੇ ਆਪਣੇ ਲਈ ਪਿੰਨਾ ਰੱਖ ਲਿਆ, ਉਹਨੇ ਆਪਣੇ ਲਈ ਵੀ ਤਾਂ ਰੱਖਣਾ ਸੀ ਨਾ, ਤਿੰਨ ਵੱਟੇ ਉਹਨੇ, ਹੁਣ ਜੇ ਉਹ ਸੱਦਾ ਕਹਿੰਦਾ ਮੈਂ ਹੀ ਖਾਣਾ, ਇੱਦਾਂ ਦੇਣਾ ਨਹੀਂ ਸੀ ਕਿਸੇ ਨੇ, ਪਹਿਲਾਂ ਉਹਨੇ ਆ ਕਿਹਾ ਤੁਹਾਡੇ ਬਾਪੂ ਵਾਸਤੇ ਹੀ, ਫਿਰ ਆਪਾਂ ਚੁੱਪ ਕਰ ਗਏ, ਦੂਜਾ ਦੇਵਤਿਆਂ ਵਾਸਤੇ ਹੈ, ਤੀਜਾ ਉਹਨੇ ਆਪਣੇ ਰੱਖ ਲਿਆ, ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵੱਟ ਪਿੰਡ ਖਾਏ, ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਬ੍ਰਾਹਮਣ ਦਾ ਜੌਵਾਂ ਦਾ ਵਟਿਆ ਹੋਇਆ ਪਿੰਨਾ ਤਾਂ ਮੁੱਕ ਜੂ, ਪਰ ਰੱਬ ਜੀ ਦੀ ਬਖਸ਼ਿਸ਼ ਦਾ ਪਿੰਨਾ ਕਦੀ ਨਹੀਂ ਜੇ ਮੁੱਕਣਾ, ਨਾਨਕ ਪਿੰਡ ਬਖਸ਼ਿਸ਼ ਕਾ ਕਬੂ ਨ ਖੂਟਸ ਨਾ ਹੈ, ਦੁਨੀਆਂ ਦੇ ਲੋਕੋ ਰੱਬ ਦੀ ਬਖਸ਼ਿਸ਼ ਦਾ ਪਿੰਨਾ ਵੰਡੋ ਜਿਹੜਾ ਕਦੀ ਮੁੱਕਦਾ ਹੀ ਨਹੀਂ, ਦਿੰਦਾ ਦੇ ਬਹੁਤਾ ਕਰਮ, ਪਰਮੇਸ਼ੁਰ ਦੀ ਬਖਸ਼ਿਸ਼ ਦਾ ਪਿੰਨਾ ਲਓ ਜਿਹੜਾ ਕਦੀ ਤੁਹਾਡੇ ਕੋਲੋਂ ਮੁੱਕਣਾ ਹੀ ਨਹੀਂ, ਤੁਸੀਂ ਲੈਂਦਿਆਂ ਲੈਂਦਿਆਂ ਪਦਾਰਥ ਥੱਕ ਜਾਣਾ,
ਪਰ ਪਰਮੇਸ਼ੁਰ ਦਿੰਦਿਆਂ ਪਦਾਰਥ ਤੁਹਾਨੂੰ ਥੱਕੇਗਾ ਨਹੀਂ। ਆਓ ਇੱਕ ਵਾਰ ਇਹਨਾਂ ਤੁਕਾਂ ਨੂੰ ਪੜੋ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਦੰਦ ਨਵੇਂ ਲਵਾਉਣੇ ਪਏ 50-60-70 ਸਾਲ ਦੀ ਉਮਰ ਤੋਂ ਬਾਅਦ, ਪਰ ਪਦਾਰਥ ਨਹੀਂ ਮੁੱਕੇ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਕੱਪੜਾ ਪਹਿਨਦੇ ਅੰਗ ਵਿਰਧ ਹੋ ਗਏ। ਤ੍ਰਿਗਤ ਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਮਹਾਰਾਜ ਕਹਿੰਦੇ ਲਾਣਤ ਇਹੋ ਜਿਹੇ ਜੀਵਨ 'ਤੇ, ਫਿਟਕਾਰ ਯੋਗ ਐਸਾ ਜੀਵਨ ਜਿਹੜਾ ਇੰਨਾ ਕੁਝ ਖਾਂਦਿਆਂ ਪੀਂਦਿਆਂ ਵੀ ਤੇਰਾ ਅਜੇ ਪਰਮੇਸ਼ੁਰ ਨਾਲ ਪਿਆਰ ਨਹੀਂ ਬਣਿਆ, ਤੂੰ ਅਜੇ ਵੀ ਉਹਦੀ ਸ਼ਿਵ ਸਲਾਹ ਦੇ ਵਿੱਚ ਜੁੜਿਆ ਨਹੀਂ। ਆਓ ਐਸੇ ਮਹਾਨ ਸਤਿਗੁਰ ਤੋਂ ਵਾਰਨੇ ਜਾਈਏ। ਇਹ ਅਹਿਸਾਸ ਕਰੋ ਜੋ ਕੁਝ ਅੱਜ ਸਾਡੇ ਕੋਲ ਹੈ ਇਹ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਇੱਕੋ ਹੀ ਪਰਮਾਤਮਾ ਹੈ। ਇੱਕ ਪਰਮਾਤਮਾ ਤੋਂ ਬਿਨਾਂ ਸਾਨੂੰ ਸੁੱਖ ਨਹੀਂ ਮਿਲਿਆ, ਉਹਨੇ ਸਾਨੂੰ ਸਾਰੇ ਸੁੱਖ ਦਿੱਤੇ। ਇੱਕ ਵਾਰ ਸਾਰੇ ਪੜੋ। ਤੂੰ ਮੇਰੋ ਸੁਖਦਾਤਾ ਪਿਆਰੇ, ਤੂੰ ਮੇਰੋ ਸੁਖਦਾਤਾ, ਤੂੰ ਮੇਰੋ ਸੁਖਦਾਤਾ ਪਿਆਰੇ, ਤੂੰ ਮੇਰੋ ਸੁਖਦਾਤਾ। ਵਾਹ ਵਾਹ। ਤੂੰ ਮੇਰੋ ਸੁਖਦਾਤਾ ਪਿਆਰੇ, ਤੂੰ ਮੇਰੋ ਸੁਖਦਾਤਾ, ਤੂੰ ਮੇਰੋ ਸੁਖਦਾਤਾ ਪਿਆਰੇ, ਤੂੰ ਮੇਰੋ ਸੁਖਦਾਤਾ। ਗੁਰਪੁਰੇ ਦੀਆਂ ਉਪਦੇਸ਼ਾਂ, ਗੁਰਪੁਰੇ ਦੀਆਂ ਉਪਦੇਸ਼ਾਂ, ਤੁਮ ਹੀ ਸੰਗ ਪਰਾਤਾ ਪਿਆਰੇ, ਤੂੰ ਮੇਰੋ ਸੁਖਦਾਤਾ, ਤੂੰ ਮੇਰੋ ਸੁਖਦਾਤਾ ਪਿਆਰੇ, ਤੂੰ ਮੇਰੋ ਸੁਖਦਾਤਾ। ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਹੀ ਮੇਰੇ ਵਾਸਤੇ ਸੁੱਖਾਂ ਦੇ ਦਾਤੇ ਹੋ। ਇਹ ਉਪਦੇਸ਼ ਕਿੱਥੋਂ ਮਿਲਿਆ? ਗੁਰਪੁਰੇ ਦੀਆ ਉਪਦੇਸ਼ਾ, ਤੁਮ ਹੀ ਸੰਗ ਪਰਾਤਾ। ਮੇਰਾ ਮਨ ਹੁਣ ਤੁਹਾਡੇ ਨਾਲ ਪਰੋਇਆ ਗਿਆ, ਜਿਵੇਂ ਇਕੱਲਾ ਇਕੱਲਾ ਫੁੱਲ ਤੋੜ ਕੇ ਵਿੱਚੋਂ ਦੀ ਧਾਗਾ ਲੰਘਾ ਕੇ ਹਾਰ ਪਰੋਇਆ ਜਾਂਦਾ ਹੈ। ਮੇਰਾ ਇਹ ਮਨ ਤੁਹਾਡੇ ਨਾਲ ਪਰੋਇਆ ਗਿਆ ਹੈ। ਇਹ ਮਨ ਪਰੋਣ ਵਾਲਾ ਕੋਈ ਹੋਰ ਨਹੀਂ, ਗੁਰੂ ਹੈ। ਇੱਕ ਵਾਰ ਸਾਰੇ ਕੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਜਿਨ੍ਹਾਂ ਦੇ ਦਿਨਾਂ ਨੂੰ, ਸ਼ਹੀਦੀ ਦਿਨਾਂ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਸਜਾਏ ਜਾ ਰਹੇ ਨੇ, ਜਿਨ੍ਹਾਂ ਦੇ ਜੀਵਨ ਨੂੰ ਆਪ ਕਿਤਾਬ ਲੈ ਕੇ ਪੜ੍ਹੋ। ਵਿਦਵਾਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਦਾ ਜੀਵਨ ਲਿਖਿਆ ਹੈ। ਆਪਾਂ ਬਾਣੀ ਦੀ ਵਿਚਾਰ ਕੀਤੀ ਹੈ, ਨਾਲ ਨਾਲ ਗੁਰੂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕੀਤਾ ਹੈ। ਜਦੋਂ ਵੀ ਕਿਸੇ ਗੁਰੂ ਜਾਂ ਸਿੱਖ ਦਾ ਇਤਿਹਾਸਿਕ ਦਿਨ ਆਉਂਦਾ ਹੈ, ਉਹਨਾਂ ਨਾਲ ਸੰਬੰਧਿਤ ਧਾਰਮਿਕ ਪੁਸਤਕਾਂ ਲੈ ਕੇ ਆਪ ਪੜ੍ਹਨ ਦੀ ਆਦਤ ਪਾਓ, ਤਾਂ ਕਿ ਸਾਨੂੰ ਇਹਨਾਂ ਯੋਧਿਆਂ ਵਰਗੀ ਦ੍ਰਿੜਤਾ, ਜੇ ਉਹ ਆਪਣੇ ਸਾਹਿਬਜ਼ਾਦੇ ਦਾ ਦਿਲ ਕਢਵਾ ਕੇ ਮੂੰਹ 'ਚ ਪਵਾ ਕੇ ਵੀ ਡੋਲੇ ਨਹੀਂ, ਪਤਨੀ ਵੀ ਸ਼ਹੀਦ ਹੋ ਗਈ, ਆਪ ਵੀ ਸ਼ਹਾਦਤ ਦਾ ਜਾਮ ਪੀ ਗਏ, ਪਰ ਭਰੋਸਾ ਇੱਕ ਪਰਮਾਤਮਾ 'ਤੇ ਰੱਖਿਆ। ਇਹ ਦਿਨ ਮਨਾਉਣ ਦਾ ਅਰਥ ਇਹ ਹੈ ਵੀ ਸਾਡੇ ਅੰਦਰ ਇਹ ਦ੍ਰਿੜਤਾ, ਇਹ ਵਿਸ਼ਵਾਸ, ਇਹ ਭਰੋਸਾ, ਇਹ ਅਕੀਦਾ ਉਹਨਾਂ ਯੋਧਿਆਂ ਵਰਗਾ ਆਵੇ, ਸਾਡੇ ਅੰਦਰ ਉਹ ਵਿਸ਼ਵਾਸ ਬਣ ਸਕੇ, ਅਸੀਂ ਗੁਰੂ ਤੋਂ ਸਿਵਾਏ ਕਿਸੇ ਹੋਰ ਦਰ 'ਤੇ ਜਾ ਕੇ ਨਾ ਡਿੱਗੀਏ। ਕੋਈ ਸਤਿਕਾਰਯੋਗ ਮਿਲਦਾ ਫਤਿਹ ਬੁਲਾਓ, ਸਿਰ ਕੇਵਲ ਗੁਰੂ ਅੱਗੇ ਝੁਕਾਉਣਾ, ਆ ਕੇ ਆਵੇ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ।
ਜਿੰਨਾ ਵੀ ਕੋਈ ਸਤਿਕਾਰਯੋਗ ਹੋਵੇ, ਗਾਂਹ ਹੋ ਕੇ ਗੋਡੀਆਂ ਹੱਥ ਪੈਰੀ ਨਹੀਂ ਡਿੱਗਣਾ, ਫਤਿਹ ਬੁਲਾਉਣੀ ਹੈ, ਨਮਸਕਾਰ ਕੇਵਲ ਆਪਣੇ ਗੁਰੂ ਨੂੰ ਕਰਨੀ ਹੈ, ਇਹ ਆਪਣੀ ਜ਼ਿੰਦਗੀ 'ਚ ਪ੍ਰਣ ਰੱਖਣਾ। ਥਾਂ ਥਾਂ 'ਤੇ ਮੜੀਆਂ 'ਤੇ ਕਬਰਾਂ 'ਤੇ ਦੀਵੇ ਨਹੀਂ ਜਗਾਉਣੇ, ਥਾਂ ਥਾਂ 'ਤੇ ਸਿਰ ਨਹੀਂ ਝੁਕਾਉਣਾ, ਕੇਵਲ ਗੁਰੂ ਦੀ ਬਾਣੀ ਨੂੰ ਖੁਦ ਪੜ੍ਹਨਾ ਅਤੇ ਵਿਚਾਰਨਾ ਹੈ। ਆਪ ਸਹਿਜ ਪਾਠ ਕਰੋ, ਆਪ ਗੁਰਬਾਣੀ ਅਰਥਾਂ ਸਹਿਤ ਪੜ੍ਹ ਕੇ ਵਿਚਾਰੋ, ਜਿੰਨੀ ਪੜ੍ਹਨੀ ਵਿਚਾਰੋ, ਨਾਲ ਨਾਲ ਬਾਣੀ ਕਹਿੰਦੀ ਕੀ ਹੈ। ਆਹ ਸ਼ਬਦ ਆਪਾਂ ਜਿਵੇਂ ਪੜ੍ਹਿਆ, ਇੱਦਾਂ ਚਾਰ ਵੀਰ ਰਲ ਕੇ, ਭੈਣਾਂ ਰਲ ਕੇ ਵੀ ਆਪਣੇ ਘਰਾਂ 'ਚ ਬਾਣੀ ਪੜ੍ਹ ਕੇ ਤੁਸੀਂ ਵਿਚਾਰ ਸਕਦੇ ਹੋ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਿਉਂ ਜਿਉਂ ਅਸੀਂ ਬਾਣੀ ਦੀ ਵਿਚਾਰ ਕਰਾਂਗੇ, ਗੁਰੂ ਦੀ ਸੰਗਤ ਕਰਾਂਗੇ, ਤਿਉਂ ਤਿਉਂ ਸਾਡੇ ਮਨਾਂ ਦੇ ਜਿਹੜੇ ਵਿਕਾਰ ਲਹਿ ਜਾਣਗੇ, ਮਨ ਸਾਫ ਹੋ ਜਾਏਗਾ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੈਲ ਖੋਈ, ਕੋਟ ਅੱਗ ਹਰੇ ਨਿਰਮਲ ਪੈ ਚੀਤਾਓ। ਖੰਡੇ ਬਾਟੇ ਦੀ ਪੌਲ ਲੈ ਕੇ, ਨਸ਼ਿਆਂ ਦਾ ਤਿਆਗ ਕਰਕੇ, ਅੰਮ੍ਰਿਤਧਾਰੀ ਹੋ ਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਨਸ਼ਿਆਂ ਨੂੰ ਛੱਡ ਕੇ ਗੁਰਮਤ ਦੇ ਗਾਡੀ ਰਾਹ ਦੇ ਉੱਤੇ ਆਪਣੇ ਜੀਵਨ ਨੂੰ ਤੋਰਨ ਦਾ ਯਤਨ ਕਰਨਾ ਹੈ। ਵੱਡਿਆਂ ਦਾ ਸਤਿਕਾਰ ਕਰੋ, ਵੱਡਿਆਂ ਦਾ ਵੀ ਫਰਜ਼ ਬਣਦਾ ਹੈ, ਪਰਿਵਾਰਾਂ ਨੂੰ ਇਕੱਠੇ ਰੱਖਣ ਵਾਸਤੇ ਆਪਣਾ ਮੇਨ ਰੋਲ ਅਦਾ ਕਰਨ, ਘਰਾਂ 'ਚ ਵਿਤਕਰਿਆਂ ਤੋਂ ਉੱਪਰ ਉੱਠ ਕੇ ਨੌਵਾਂ ਪੁੱਤਾਂ ਨੂੰ ਬਰਾਬਰਤਾ ਦਾ ਦਰਜਾ ਦੇਣ। ਇਹ ਨਾ ਹੋਵੇ ਕਿਤੇ ਕਾਣੀ ਵੰਡ ਹੋਵੇ, ਇਹਨਾਂ ਕਰਕੇ ਸਾਡੇ ਘਰਾਂ ਦੇ ਬਖੇੜੇ ਨੇ, ਇਹਨਾਂ ਵਖਰੇਵਿਆਂ ਨੇ ਸਾਡੇ ਸਮਾਜ ਨੂੰ ਪਾੜ ਕੇ ਰੱਖਿਆ। ਆਓ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਰਾਗੀ ਜਥਾ, ਗ੍ਰੰਥੀ ਸਾਹਿਬਾਨ, ਸਾਰਿਆਂ ਦਾ ਧੰਨਵਾਦ, ਸਮੁੱਚੀ ਸੰਗਤ ਦਾ ਧੰਨਵਾਦ, ਅਤੇ ਕੋਟਾਨ ਕੋਟ ਸ਼ੁਕਰਾਨਾ ਅਕਾਲ ਪੁਰਖ ਪਰਮਾਤਮਾ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ 'ਤੇ ਪਾਰ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਿਆਰੀ ਗੋਦ ਵਿੱਚ ਬਿਠਾ ਕੇ ਇਹ ਦੀਵਾਨ ਸਜ ਰਹੇ ਨੇ, ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਕੀਤੀ ਹੈ। ਅਦਭੁਤ ਸਤਿਕਾਰ ਨਾਲ ਫਤਿਹ ਬੁਲਾਓ, ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।